बहुत ही प्यारे विद्यार्थियों, मैं सुनील सांगवाल तुहाडा जिथे लैसन विच स्वागत करदा। अज टॉपिक जिहड़ा लैके आया मैं वह है मॉडल प्रश्न पत्र जमात 9वीं दे लई। ते इस प्रश्न पत्र दा जिहड़ा पहला नमूना देखदे हां कि किस तरह दा पेपर जिहड़ा है तुहाडे कोल आएगा। तां इस दे विच चार भाग होणगे, भाग उड़ा, ऐड़ा, ईड़ी ते सस्सा। भाग उड़ा दे विच तुहाडे कोल 1 तों 3 तक प्रश्न आउणगे। प्रश्न 1 ਦੇ ਵਿੱਚ 16 ਬਹੁਵਿਕਲਪੀ ਮਤਲਬ ਮਲਟੀਪਲ ਚੋਇਸ ਕੁਐਸਚਨਸ ਹੋਣਗੇ, ਜਿਹਦੇ ਵਿੱਚ ਏ ਬੀ ਸੀ ਡੀ 4 ਆਪਸ਼ਨਸ ਤੁਹਾਨੂੰ ਦਿੱਤੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਤੁਸੀਂ ਇੱਕ ਜਿਹੜੀ ਹੈ ਉਹ ਸਿਲੈਕਟ ਕਰਨੀ ਹੋਵੇਗੀ। ਤੇ ਇਹ ਹਰ ਇੱਕ ਪ੍ਰਸ਼ਨ ਜਿਹੜਾ ਹੈ ਉਹ 1-1 ਅੰਕ ਦਾ ਹੋਵੇਗਾ। ਇਸ ਤੋਂ ਬਾਅਦ ਹੈ ਪ੍ਰਸ਼ਨ ਨੰਬਰ 2। ਪ੍ਰਸ਼ਨ ਨੰਬਰ 2 ਜਿਹੜਾ ਹੈ ਉਹ 8 ਸਹੀ ਗਲਤ ਉੱਤਰ ਵਾਲੇ ਜਿਹੜੇ ਹੋਣਗੇ, ਟਰੂ ਫਾਲਸ ਦੇ ਕੁਐਸਚਨਸ ਹੋਣਗੇ, ਇਹਦੇ ਵਿੱਚ ਟਰੂ ਫਾਲਸ ਦੇ ਕੁਐਸਚਨ ਆਉਣਗੇ ਤੇ 8 ਕੁਐਸਚਨ ਹੋਣਗੇ ਜੀ ਇਹਦੇ ਵਿੱਚ। ਠੀਕ ਹੈ, ਹਰੇਕ ਜਿਹੜਾ ਹੈ ਉਹ 1-1 ਅੰਕ ਦਾ ਹੋਵੇਗਾ। ਇਸ ਤੋਂ ਬਾਅਦ ਪ੍ਰਸ਼ਨ 3 ਤੋਂ 8 ਜਿਹੜਾ ਹੈਗਾ, ਪ੍ਰਸ਼ਨ 3 ਵਿੱਚ ਜਿਹੜਾ 8 ਖਾਲੀ ਥਾਵਾਂ ਹੋਣਗੀਆਂ ਤੁਹਾਡੇ ਕੋਲ 1-1 ਨੰਬਰ ਦੀਆਂ, ਤਾਂ ਉਹ ਜਿਹੜਾ ਹੈ ਆਪਸ਼ਨ ਦਿੱਤੇ ਵੀ ਹੋ ਸਕਦੇ ਅਤੇ ਨਹੀਂ ਵੀ ਦਿੱਤੇ ਹੋ ਸਕਦੇ, ਦੋਨੇ ਆਪਸ਼ਨਸ ਹੈਗੀਆਂ ਇਹਦੇ 'ਚ। ਅਤੇ ਇਸ ਤੋਂ ਬਾਅਦ ਤੁਹਾਡੇ ਕੋਲ ਭਾਗ ਐੜਾ ਦੇ ਵਿੱਚ ਪ੍ਰਸ਼ਨ 4 ਤੋਂ 11 ਤੱਕ 2 ਅੰਕ ਵਾਲੇ ਪ੍ਰਸ਼ਨ ਹੋਣਗੇ ਤੁਹਾਡੇ ਕੋਲ ਇਹਦੇ 'ਚ। ਅਤੇ ਪ੍ਰਸ਼ਨ 12 ਤੋਂ 16 ਜਿਹੜਾ ਕਿ ਭਾਗ ਈਡੀ ਹੈ, ਇਸ ਦੇ ਵਿੱਚ ਤੁਹਾਡੇ ਕੋਲ 4 ਅੰਕਾਂ ਦੇ ਜਿਹੜੇ ਹੈ ਉਹ ਸਵਾਲ ਹੋਣਗੇ। ਇਹਨਾਂ ਪ੍ਰਸ਼ਨਾਂ ਵਿੱਚ ਕਿਸੇ ਵੀ 3 ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਵੀ ਹੋਵੇਗੀ। ਤਾਂ ਇਹਦੇ 'ਚ ਜਿਹੜੇ ਤੁਸੀਂ ਦੇਖੋਗੇ 12 ਦੇ ਵਿੱਚੋਂ 5, 12 ਤੋਂ ਲੈ ਕੇ 16 ਤੱਕ 5 ਪ੍ਰਸ਼ਨ ਹੁੰਦੇ ਤੁਹਾਡੇ ਕੋਲ, ਅਤੇ ਇਹਨਾਂ 5 ਵਿੱਚੋਂ ਤੁਹਾਡੇ ਕੋਲ 3 ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੋਵੇਗੀ, ਮਤਲਬ ਜਾਂ ਦਿੱਤਾ ਹੋਵੇਗਾ ਤੁਹਾਨੂੰ ਇੱਕ ਹੋਰ ਆਪਸ਼ਨ, ਇੱਕ ਹੋਰ ਸਵਾਲ ਤੁਹਾਨੂੰ 3 ਦੇ ਨਾਲ ਦਿੱਤਾ ਹੋਵੇਗਾ ਜਿਹੜਾ ਕਿ ਤੁਸੀਂ ਕਰ ਸਕਦੇ ਹੋ। ਤਾਂ ਇਸ ਦੇ ਨਾਲ ਹੀ ਜਿਹੜਾ ਹੈ ਤੁਹਾਡੇ ਕੋਲ ਭਾਗ ਸੱਸਾ ਜਿਹੜਾ ਕਿ ਆਖਰੀ ਭਾਗ ਹੋਵੇਗਾ, ਜਿਹਦੇ 'ਚ 17 ਤੋਂ ਲੈ ਕੇ 18 ਮਤਲਬ 2 ਸਵਾਲ ਹੈਗੇ, ਅਤੇ ਦੋਨੇ ਜਿਹੜੇ ਆ ਉਹ 6-6 ਅੰਕਾਂ ਦੇ ਸਵਾਲ ਹੋਣਗੇ। ਅਤੇ ਇਸ ਦੇ ਵਿੱਚ ਸਾਰੇ ਪ੍ਰਸ਼ਨਾਂ ਦੇ ਵਿੱਚ ਮਤਲਬ ਦੋਨੇ ਪ੍ਰਸ਼ਨ 17ਵਾਂ ਅਤੇ 18ਵਾਂ ਦੋਨੇ ਪ੍ਰਸ਼ਨਾਂ ਦੇ ਵਿੱਚ ਅੰਦਰੂਨੀ ਛੋਟ ਹੋਵੇਗੀ, ਮਤਲਬ 1 ਦੇ ਨਾਲ ਦੂਸਰਾ ਸਵਾਲ ਵੀ ਤੁਹਾਨੂੰ ਦਿੱਤਾ ਹੋਵੇਗਾ। ਇਸ ਤੋਂ ਅੱਗੇ ਚੱਲਦੇ ਹਾਂ ਆਪਾਂ। ਤਾਂ ਅੱਜ ਦਾ ਜਿਹੜਾ ਪ੍ਰਸ਼ਨ ਪੱਤਰ ਹੈਗਾ, ਇਸ ਦੇ ਵਿੱਚ ਆਪਾਂ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਕਿਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਆ ਤੁਹਾਡੇ ਕੋਲ ਹੋਣਗੇ। ਤਾਂ ਇਸ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾ ਸਵਾਲ ਹੈਗਾ, ਹੇਠ ਦਿੱਤੇ ਪ੍ਰਸ਼ਨਾਂ ਵਿੱਚੋਂ ਸਹੀ ਵਿਕਲਪ ਚੁਣੋ, ਹਰੇਕ ਪ੍ਰਸ਼ਨ ਦਾ 1 ਅੰਕ ਹੈ। ਤਾਂ ਇਹ ਇਸ ਤਰ੍ਹਾਂ ਦੇ ਜਿਹੜੇ 16 ਕੁਐਸਚਨ ਤੁਹਾਡੇ ਕੋਲ ਦਿੱਤੇ ਹੋਣਗੇ। ਸਭ ਤੋਂ ਪਹਿਲਾ ਜਿਹੜਾ ਸਮ ਹੈਗਾ ਜਿਹਦੇ 'ਚ ਮਲਟੀਪਲ ਚੋਇਸ ਕੁਐਸਚਨਸ ਹੈਗੇ, ਐਮ ਸੀ ਕਿਊਜ਼ ਹੈਗੇ। ਤਾਂ ਐਨ ਦੀ ਕੀਮਤ ਲਈ ਐਨ ਵਰਗਮੂਲ ਇੱਕ ਪਰਿਮੇ ਸੰਖਿਆ ਹੈ, ਪਰਿਮੇ ਸੰਖਿਆ ਦੱਸਣੀ ਹੈਗੀ, ਪਰਿਮੇ ਸੰਖਿਆ ਪਹਿਲਾਂ ਐਨ ਵਰਗਮੂਲ ਇੱਕ ਪਰਿਮੇ ਸੰਖਿਆ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੂਰਨ ਵਰਗ ਦੀ ਗੱਲ ਕਰਦੇ ਹਾਂ, ਪੂਰਨ ਵਰਗ ਕੀ ਹੁੰਦਾ? ਤਾਂ ਪੂਰਨ ਵਰਗ ਜਾਂ ਪਰਫੈਕਟ ਸਕੇਅਰ, ਇੰਗਲਿਸ਼ ਵਾਲਿਆਂ ਦੇ ਲਈ ਪਰਫੈਕਟ ਸਕੇਅਰ ਜਿਹੜਾ ਹੈ ਉਹ ਕੀ ਹੁੰਦੇ ਆ? ਪਰਫੈਕਟ ਸਕੇਅਰ ਉਹ ਨੰਬਰ ਹੁੰਦੇ ਆ ਜਿਹੜੇ ਕਿਸੇ ਇੱਕ ਨੈਚੁਰਲ ਨੰਬਰ ਦਾ ਸਕੇਅਰ ਹੋਣ। ਠੀਕ ਹੈ, ਜਿਵੇਂ 1 ਦਾ ਸਕੇਅਰ 2 ਦਾ ਸਕੇਅਰ 3 ਦਾ ਸਕੇਅਰ। ਠੀਕ ਹੈ, ਮਤਲਬ 1 ਦਾ ਸਕੇਅਰ 1 ਹੁੰਦਾ ਹੈ, 2 ਦਾ ਸਕੇਅਰ ਵਰਗ ਵੀ ਕਹਿੰਦੇ ਆ ਇਸਨੂੰ, 2 ਦਾ ਵਰਗ ਜਿਹੜਾ ਉਹ 4 ਹੁੰਦਾ, 3 ਦਾ ਵਰਗ 3 × 3 = 9 ਹੁੰਦਾ, 4 ਦਾ ਵਰਗ 16, 5 ਦਾ ਵਰਗ 25, ਇਸ ਤਰੀਕੇ ਨਾਲ। ਤਾਂ ਇਹਦੇ ਵਿੱਚ ਜਿਹੜੇ ਆਹ ਵਾਲੀਆਂ ਸੰਖਿਆਵਾਂ ਜਿਹੜੀਆਂ ਤੁਸੀਂ ਇਸ ਪਾਸੇ ਦੇਖ ਰਹੇ ਹੋ, ਇਹ ਇਸ ਤਰੀਕੇ ਨਾਲ ਆਪਾਂ ਹੋਰ ਵੀ ਲਿਖ ਸਕਦੇ ਹਾਂ, ਤਾਂ ਇਹਨਾਂ ਨੂੰ ਜਿਹੜਾ ਉਹ ਆਪਾਂ ਪਰਫੈਕਟ ਸਕੇਅਰਸ ਕਹਿੰਦੇ ਹਾਂ ਜੀ, ਪਰਫੈਕਟ ਸਕੇਅਰਸ। ਤਾਂ ਇਹ ਪੂਰਨ ਵਰਗ ਵੀ ਕਹਿੰਦੇ ਆ। ਤਾਂ ਪੂਰਨ ਵਰਗ ਜਦੋਂ ਹੁੰਦਾ ਤੁਹਾਡੇ ਕੋਲ ਇਹ ਵਾਲੀਆਂ ਸੰਖਿਆਵਾਂ, ਮਤਲਬ ਇਹ ਜਿਹੜੀਆਂ 1, 4, 9, 16, 25 ਜਿਹੜਾ ਕਿ 4 ਦਾ ਵਰਗ ਹੈਗਾ ਅੱਗੇ, ਤਾਂ 4 ਦਾ ਵਰਗ 16 ਹੈਗਾ, 5 ਦਾ ਵਰਗ 25 ਹੈਗਾ, ਤਾਂ 1, 4, 9, 16, 25 ਇਸ ਤਰ੍ਹਾਂ ਦੀਆਂ ਸੰਖਿਆਵਾਂ ਜਿਹੜੀਆਂ ਨੇ ਤੁਹਾਡੇ ਕੋਲ, ਮਤਲਬ ਜਿਹੜੀਆਂ ਪੂਰਨ ਵਰਗ ਨੇ ਉਹਨਾਂ ਦੇ ਵਰਗਮੂਲ ਆਪਾਂ ਲਈਏ ਤਾਂ ਉਹ ਵਰਗਮੂਲ ਜਿਹੜੇ ਆ ਉਹ 1, 2, 3 ਇਸ ਤਰ੍ਹਾਂ ਦੀਆਂ ਸੰਖਿਆਵਾਂ ਆਉਂਦੀਆਂ ਆਪਣੇ ਕੋਲ। ਤਾਂ ਮਤਲਬ ਇਹਨਾਂ ਸੰਖਿਆਵਾਂ 1, 4, 9 ਵਗੈਰਾ ਇਸ ਤਰ੍ਹਾਂ ਦੀਆਂ ਸੰਖਿਆਵਾਂ ਨੇ ਜਿਹੜੀਆਂ, ਇਹਨਾਂ ਦਾ ਵਰਗਮੂਲ ਕਰਨ 'ਤੇ ਇੱਕ ਪਰਿਮੇ ਸੰਖਿਆ ਪ੍ਰਾਪਤ ਹੁੰਦੀ ਹੈ, ਕਿਉਂਕਿ 1, 2, 3 ਪੂਰਨ ਪ੍ਰਾਕ੍ਰਿਤਿਕ ਸੰਖਿਆਵਾਂ ਵੀ ਹੈਗੀਆਂ ਅਤੇ ਇਹ ਪਰਿਮੇ ਸੰਖਿਆਵਾਂ ਵੀ ਹੈਗੀਆਂ, ਕਿਉਂਕਿ ਪਰਿਮੇ ਸੰਖਿਆ ਤੁਹਾਨੂੰ ਪਤਾ ਹੈਗੀ ਉਹ ਹੁੰਦੀ ਹੈ ਜਿਹੜੀ ਜਿਸ ਨੂੰ ਤੁਸੀਂ P/Q ਰੂਪ ਵਿੱਚ ਲਿਖ ਸਕੋ, ਜਿੱਥੇ ਪੀ ਅਤੇ ਕਿਊ ਜਿਹੜਾ ਹੈ ਉਹ ਸੰਪੂਰਨ ਸੰਖਿਆਵਾਂ ਹੋਣ। ਤਾਂ ਆਪਾਂ ਇਹ ਦੇਖ ਰਹੇ ਹਾਂ ਕਿ ਇੱਥੇ ਜਿਹੜਾ ਹੈ 2, ਜਿਵੇਂ ਉਦਾਹਰਣ ਦੇ ਤੌਰ 'ਤੇ 2 ਹੈਗਾ, 2 ਆਪਾਂ ਪ੍ਰਾਕ੍ਰਿਤਿਕ ਸੰਖਿਆ ਵੀ ਕਹਿੰਦੇ ਹਾਂ, ਅਤੇ 2 ਨੂੰ ਜਿਹੜਾ 2/1 ਵੀ ਲਿਖਿਆ ਜਾ ਸਕਦਾ, ਤਾਂ ਆਹ ਜਿਹੜਾ P/Q ਰੂਪ ਬਣ ਜਾਂਦਾ ਹੈ। ਤਾਂ ਇਸ ਕਰਕੇ ਜਿਹੜਾ ਇਹ ਇੱਕ ਪਰਿਮੇ ਸੰਖਿਆ ਹੋਵੇਗੀ।
ਤਾਂ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹਨਾਂ 'ਚੋਂ ਜਿਹੜਾ ਦੋ ਦਾ ਵਰਗਮੂਲ ਆਪਾਂ ਨੂੰ ਪਤਾ ਹੈ ਕਿ ਕੋਈ ਇੱਕ ਪ੍ਰਾਕ੍ਰਿਤਿਕ ਸੰਖਿਆ ਨਹੀਂ ਆਉਂਦੀ, ਤਿੰਨ ਦਾ ਵਰਗਮੂਲ ਨਹੀਂ ਆਉਂਦੀ, ਚਾਰ ਦਾ ਵਰਗਮੂਲ ਆਪਾਂ ਦੇਖ ਰਹੇ ਹਾਂ ਇੱਥੇ, ਆਹ ਚਾਰ ਦਾ ਵਰਗਮੂਲ ਹੈਗਾ, ਠੀਕ ਹੈ। ਤਾਂ ਆਹ ਚਾਰ ਦਾ ਵਰਗਮੂਲ ਜਿਹੜਾ ਹੈ, ਇੱਥੋਂ ਚਾਰ ਦਾ ਵਰਗਮੂਲ ਕਰਾਂਗੇ ਤਾਂ ਦੋ ਆ ਜਾਏਗਾ, ਮਤਲਬ ਇਹਦਾ ਵਰਗਮੂਲ ਜਿਹੜਾ ਦੋ ਹੋ ਜਾਏਗਾ। ਤਾਂ ਇਸ ਦੇ ਲਈ ਕਿਸ ਕੀਮਤ ਦੇ ਲਈ, ਤਾਂ ਮਤਲਬ ਚਾਰ ਵਰਗਮੂਲ ਜਿਹੜਾ ਉਹ ਦੋ ਹੁੰਦਾ, ਤਾਂ ਆਪਣਾ ਜਵਾਬ ਜਿਹੜਾ ਉਹ ਸੀ ਆਪਸ਼ਨ ਰਹੇਗਾ ਇੱਥੇ। ਅਗਲੇ ਸਮ ਤੇ ਆਉਂਦੇ ਹਾਂ, ਸੈਕਿੰਡ, ਸੱਤ ਦਾ ਪੰਜਵਾਂ ਮੂਲ, ਫਿਫਥ ਰੂਟ ਆਫ ਸੈਵਨ ਦਾ ਘਾਤ ਅੰਕ ਰੂਪ ਕੀ ਹੈ? ਤਾਂ ਘਾਤ ਅੰਕ ਰੂਪ ਦੇ ਲਈ ਪਹਿਲਾਂ ਤੁਸੀਂ, ਇਸ ਤੋਂ ਪਹਿਲਾਂ ਜਿਹੜਾ ਤੁਸੀਂ ਇਹ ਧਿਆਨ ਰੱਖੋ ਕਿ ਕੀ ਚੀਜ਼ ਹੈਗੀ ਹੈ। ਤਾਂ ਕਿਸੇ ਵੀ ਨੰਬਰ ਏ ਦੀ ਘਾਤ ਐਨਵਾਂ ਮੂਲ ਜਿਹੜਾ ਹੈਗਾ, ਇਹ ਏ ਦੀ ਪਾਵਰ ਇੱਕ ਬਟਾ ਐਨ ਹੁੰਦਾ ਸੀ, ਇਹ ਤੁਸੀਂ ਯਾਦ ਹੀ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ, ਅਤੇ ਇਹ ਤੁਹਾਨੂੰ ਵਾਰੀ ਵਾਰੀ ਸਵਾਲਾਂ ਦੇ ਵਿੱਚ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ। ਤਾਂ ਏ ਦਾ ਐਨਵਾਂ ਮੂਲ ਜਿਹੜਾ ਹੈ, ਇਹ ਤੁਹਾਡੇ ਕੋਲ ਏ ਦੀ ਪਾਵਰ ਇੱਕ ਬਟਾ ਐਨ ਹੋਵੇਗਾ, ਜਿਹੜਾ ਐਨਵਾਂ ਮੂਲ ਐਨ ਇੱਥੇ ਲਿਖਿਆ ਜਿਹੜਾ, ਉਹਦਾ ਇੱਕ ਉਲਟਾ ਕੇ ਮਤਲਬ ਉਹਦਾ ਗੁਣਾਤਮਕ ਉਲਟਾ ਜਿਹੜਾ ਤੁਸੀਂ ਏ ਦੀ ਪਾਵਰ ਲਿਖਣਾ ਹੁੰਦਾ। ਤਾਂ ਇੱਥੇ ਹੈਗਾ ਪੰਜ, ਤੁਹਾਡੇ ਕੋਲ ਤੁਸੀਂ ਦੇਖ ਰਹੇ ਹੋ ਇੱਥੇ ਪੰਜ ਹੈਗਾ, ਠੀਕ ਹੈ, ਆਹ ਵਾਲਾ ਪੰਜ ਹੈਗਾ, ਤਾਂ ਪੰਜ ਹੈਗਾ, ਤਾਂ ਇਹਦਾ ਪਾਵਰ ਸੱਤ ਦੀ ਪਾਵਰ ਇੱਕ ਬਟਾ ਪੰਜ ਹੋ ਜਾਏਗਾ, ਜਿਹੜਾ ਕਿ ਆਹ ਵਾਲਾ ਉੱਤਰ ਹੈਗਾ, ਤਾਂ ਇਸਦਾ ਜਵਾਬ ਜਿਹੜਾ ਉਹ ਵੀ ਸੀ ਹੈ। ਇਸ ਤੋਂ ਅੱਗੇ ਹੈਗਾ ਚੌਂਹਠ ਦੀ ਪਾਵਰ ਇੱਕ ਬਟਾ ਦੋ, ਇੱਕ ਚੌਂਹਠ ਦੀ ਪਾਵਰ, ਹੁਣ ਆਪਾਂ ਨੇ ਗੱਲ ਕੀਤੀ ਇੱਕ ਬਟਾ ਦੋ ਪਾਵਰ ਦਾ ਮਤਲਬ ਹੈਗਾ ਕਿ ਉਹਦਾ ਉਨਵਾਂ ਹੀ ਮੂਲ, ਮਤਲਬ ਐਨਵਾਂ ਮੂਲ ਹੀ ਹੈ ਦੂਸਰਾ ਮੂਲ, ਇਹਦਾ ਦੂਸਰਾ ਮੂਲ ਦਾ ਮਤਲਬ ਵਰਗ ਮੂਲ ਹੁੰਦਾ। ਤਾਂ ਚੌਂਹਠ ਦਾ ਜਿਹੜਾ ਵਰਗ ਮੂਲ ਹੈ, ਆਹ ਜਿਹੜਾ ਹੈ ਇਹ ਤੁਹਾਡਾ ਚੌਂਹਠ ਦੇ ਬਰਾਬਰ, ਚੌਂਹਠ ਦੇ ਵਰਗ ਮੂਲ ਦੇ ਬਰਾਬਰ ਹੀ ਹੁੰਦਾ, ਅਤੇ ਚੌਂਹਠ ਦਾ ਵਰਗ ਮੂਲ ਜਿਹੜਾ ਤੁਹਾਨੂੰ ਪਤਾ ਇਹ ਅੱਠ ਹੁੰਦਾ। ਦੂਸਰਾ ਤਰੀਕਾ ਵੀ ਇਹਦਾ ਇਹ ਹੈ ਕਿ ਤੁਸੀਂ ਇਸ ਨੂੰ ਚੌਂਹਠ ਦੀ ਪਾਵਰ ਇੱਕ ਬਟਾ ਦੋ ਬਰਾਬਰ ਅੱਠ ਦੀ ਪਾਵਰ ਦੋ, ਅੱਠ ਦੀ ਪਾਵਰ ਦੋ ਜਿਹੜਾ ਅੱਠ ਦਾ ਸਕੇਅਰ ਹੋ ਗਿਆ, ਅੱਠ ਦਾ ਸਕੇਅਰ ਚੌਂਹਠ ਹੁੰਦਾ, ਤਾਂ ਚੌਂਹਠ ਨੂੰ ਤੁਸੀਂ ਅੱਠ ਦਾ ਸਕੇਅਰ ਲਿਖ ਸਕਦੇ ਹੋ, ਇਹਦੀ ਪਾਵਰ ਇੱਕ ਬਟਾ ਦੋ, ਅਤੇ ਆਹ ਨੂੰ ਜਿਹੜਾ ਅੱਠ ਦੀ ਪਾਵਰ ਦੋ ਗੁਣਾ ਇੱਕ ਬਟਾ ਦੋ ਲਿਖ ਸਕਦੇ ਹੋ, ਇਹਨੂੰ ਆਹ ਦੋ ਜਿਹੜਾ ਆਹ ਇਹਦੇ ਨਾਲ ਕੱਟਿਆ ਜਾਏਗਾ, ਅੱਠ ਦੀ ਪਾਵਰ ਇੱਕ ਰਹਿ ਜਾਏਗਾ, ਤਾਂ ਅੱਠ ਜਵਾਬ ਜਿਹੜਾ ਤੁਹਾਡੇ ਕੋਲ ਹੋ ਜਾਏਗਾ। ਤਾਂ ਆਹ ਵੀ ਅੱਠ ਹੈਗਾ, ਆਹ ਵੀ ਅੱਠ ਹੈਗਾ, ਤਾਂ ਤੁਹਾਡਾ ਜਿਹੜਾ ਆਹ ਜਵਾਬ ਜਿਹੜਾ ਸਹੀ ਜਵਾਬ ਹੈਗਾ। ਇਸ ਤੋਂ ਅੱਗੇ ਹੈਗਾ ਕਹਿੰਦਾ ਸੰਖਿਆ ਦਾ ਪਰਿਮੇਯੀਕ੍ਰਿਤ ਰੂਪ ਲਿਖੋ, ਕਹਿੰਦਾ ਰੈਸ਼ਨਲਾਈਜ਼ ਕਰਕੇ ਅਤੇ ਇਸ ਨੰਬਰ ਨੂੰ ਲਿਖੋ, ਕਹਿੰਦਾ ਕਿੰਨਾ ਹੋਏਗਾ। ਤਾਂ ਰੈਸ਼ਨਲਾਈਜੇਸ਼ਨ ਦੇ ਵਿੱਚ ਇਹ ਨੰਬਰ ਕੀ ਬਣਦਾ ਹੈ, ਤਾਂ ਆਪਾਂ ਦੇਖਦੇ ਹਾਂ। ਤਾਂ ਇੱਕ ਬਟਾ ਪੰਜ ਵਰਗ ਮੂਲ ਪਲੱਸ ਦੋ ਵਰਗ ਮੂਲ, ਅਤੇ ਇਸਨੂੰ ਇਸਦਾ ਪਰਿਮੇਯੀਕਰਨ ਕਰਨਾ, ਤਾਂ ਇਸ ਨੂੰ ਤੁਸੀਂ ਧਿਆਨ ਦੇਣਾ ਕਿ ਇਹ ਜਿਹੜੇ ਨੰਬਰ ਹੈਗੇ ਉਵੇਂ ਰੱਖਣੇ ਆ, ਬਸ ਇੱਥੇ ਪਲੱਸ ਦੀ ਥਾਂ 'ਤੇ ਜਿਹੜਾ ਤੁਸੀਂ ਇਸਨੂੰ ਮਾਈਨਸ ਲਗਾ ਕੇ ਗੁਣਾ ਕਰਨਾ ਹੈ, ਗੁਣਾ 'ਤੇ ਭਾਗ ਕਰਨਾ ਹੈ। ਪੰਜ ਮਾਈਨਸ ਵਰਗ ਮੂਲ ਦੋ ਅੰਡਰ ਰੂਟ ਬਟਾ ਪੰਜ ਅੰਡਰ ਰੂਟ ਮਾਈਨਸ ਦੋ ਅੰਡਰ ਰੂਟ, ਇੱਕੋ ਜਿਹਾ ਗੁਣਾ ਇੱਕੋ ਜਿਹਾ ਭਾਗ, ਇਸ ਤਰ੍ਹਾਂ ਕਰਨ ਨਾਲ ਨੰਬਰ ਦੇ ਉੱਪਰ ਫਰਕ ਨਹੀਂ ਪੈਂਦਾ ਹੈ। ਤਾਂ ਹੁਣ ਪੰਜ ਅੰਡਰ ਰੂਟ ਮਾਈਨਸ ਦੋ ਅੰਡਰ ਰੂਟ ਨੂੰ ਇੱਕ ਨਾਲ ਗੁਣਾ ਕਰਦੇ ਹਾਂ, ਤਾਂ ਇਹ ਨੰਬਰ ਜਿਹੜਾ ਤੁਹਾਡੇ ਕੋਲ ਵਾਪਸ ਆ ਜਾਂਦਾ ਹੈ ਜਿਵੇਂ। ਤਾਂ ਨੀਚੇ ਜਿਹੜਾ ਹੈ ਪੰਜ ਅੰਡਰ ਰੂਟ ਦਾ ਸਕੇਅਰ, ਪੰਜ ਅੰਡਰ ਰੂਟ ਦਾ ਸਕੇਅਰ ਜਿਹੜਾ ਉਹ ਪੰਜ ਹੋ ਜਾਏਗਾ, ਅਤੇ ਦੋ ਮਾਈਨਸ ਅੰਡਰ ਰੂਟ ਦੋ ਗੁਣਾ ਅੰਡਰ ਰੂਟ ਦੋ, ਮਤਲਬ ਅੰਡਰ ਰੂਟ ਦੋ ਦਾ ਸਕੇਅਰ ਜਿਹੜਾ ਉਹ ਦੋ ਹੋ ਜਾਏਗਾ, ਅਤੇ ਆਹ ਵਾਲਾ ਜਿਹੜਾ ਤੁਹਾਡੇ ਕੋਲ ਬਟਾ ਤਿੰਨ, ਅਤੇ ਆਹ ਵਾਲਾ ਅੰਡਰ ਰੂਟ ਪੰਜ ਮਾਈਨਸ ਅੰਡਰ ਰੂਟ ਦੋ ਜਿਹੜਾ ਤੁਹਾਡੇ ਕੋਲ ਆ ਜਾਏਗਾ। ਆਪਸ਼ਨ ਦੇਖਦੇ ਹਾਂ ਕਿੱਥੇ ਹੈਗਾ, ਤਾਂ ਆਹ ਸੀ ਆਪਸ਼ਨ ਜਿਹੜਾ ਹੈ ਉਹ ਇਸ ਦੇ ਵਿੱਚ ਹੈਗਾ। ਤਾਂ ਇਸ ਦਾ ਜਵਾਬ ਹੈ ਜੀ, ਇਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹਰ ਜਿਹੜਾ ਹੈ ਉਹ ਇੱਕ ਪਰਿਮੇਯ ਸੰਖਿਆ ਹੈਗੀ ਹੈ, ਹਰ ਇੱਕ ਪਰਿਮੇਯ ਸੰਖਿਆ ਹੈਗੀ ਹੈ, ਇਸੇ ਨੂੰ ਹੀ ਆਪਾਂ ਇਸ ਵਿਧੀ ਨੂੰ ਲਗਾਉਣ ਨੂੰ ਹੀ ਆਪਾਂ ਹਰ ਦਾ ਪ੍ਰਮੇਯੀਕਰਨ ਕਰਨਾ ਕਹਿੰਦੇ ਹਾਂ, ਰੈਸ਼ਨਲਾਈਜੇਸ਼ਨ ਆਫ ਦਾ ਡਿਨੋਮੀਨੇਟਰ। ਨੈਕਸਟ ਸਮ ਤੇ ਆਉਂਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਸਮੀਕਰਨ 2x ਪਲੱਸ y ਬਰਾਬਰ 7 ਦਾ ਹੱਲ ਹੈ? ਤਾਂ ਹੱਲ ਕੀ ਹੁੰਦਾ ਹੈ, ਹੱਲ ਉਹ ਵਾਲੇ ਆਹ ਜਿਹੜਾ ਆਪਣੇ ਕੋਲ ਆਰਡਰਡ ਪੇਅਰ ਹੈਗਾ ਇਹ ਐਕਸ ਵਾਈ ਦੀ ਤਰ੍ਹਾਂ ਇਹਨੂੰ ਗਿਣਨਾ ਹੈ ਤੁਸੀਂ, ਪਹਿਲਾ ਨੰਬਰ ਜਿਹੜਾ ਉਹ x ਹੈਗਾ, ਦੂਸਰਾ y ਹੈਗਾ, ਇਸ ਸਮੀਕਰਨ ਦੇ ਵਿੱਚ ਤੁਸੀਂ x ਦੀ ਥਾਂ 'ਤੇ ਵੈਲਿਊ ਪੁੱਟ ਕਰਨੀ ਹੈ, y ਦੀ ਥਾਂ 'ਤੇ y ਦੀ ਵੈਲਿਊ ਪੁੱਟ ਕਰਨੀ ਹੈ, ਅਤੇ ਤੁਸੀਂ ਦੇਖਣਾ ਹੈ ਕਿ ਇਹ ਇਕੁਏਸ਼ਨ ਜਿਹੜੀ ਉਹ ਇਹ ਨੰਬਰ ਇਸ ਇਕੁਏਸ਼ਨ ਨੂੰ ਕੀ ਇਹ ਸੈਟਿਸਫਾਈ ਕਰਦੇ ਹੈ, ਜੇ ਕਰਦੇ ਹੈਗੇ ਤਾਂ ਇਹ ਇਸਦਾ ਹੱਲ ਹੈਗਾ, ਜੇ ਨਹੀਂ ਕਰਦੇ ਤਾਂ ਇਹ ਹੱਲ ਨਹੀਂ ਹੁੰਦਾ, ਆਪਾਂ ਇਹ ਕਹਿੰਦੇ ਹਾਂ। ਤਾਂ 2x ਪਲੱਸ y ਬਰਾਬਰ 7, ਤਾਂ ਹੁਣ ਇਹਦੇ 'ਚ 7 0 ਆਪਾਂ ਰੱਖ ਕੇ ਦੇਖਦੇ ਹਾਂ ਕੀ ਬਣਦਾ। ਤਾਂ 2 ਗੁਣਾ 7 ਪਲੱਸ y ਦੀ ਥਾਂ 'ਤੇ 0 ਪੁੱਟ ਕਰਾਂਗੇ ਅਤੇ ਬਰਾਬਰ 7, ਇਹ ਕੀ ਹੁੰਦਾ ਹੈ ਕਿ ਨਹੀਂ ਹੁੰਦਾ, ਤਾਂ ਇਹ ਆਪਾਂ ਨੇ ਚੈੱਕ ਕਰਨਾ ਹੈ।
एक्स की थान पर 7 लेना है, वाई की थान पर 0 लेना है। पहला नंबर आप चैक कर रहे हैं कि यह हल है कि नहीं है। तो 2 7 जो आप देख रहे हैं कि 14 होंगे, प्लस 0 कर दिया, ये 7 की है तो 14 की 7 के बराबर है कि नहीं है, तो नहीं है अपन पता है, तो यह मतलब की है कि आ वाला यदा जवाब नहीं है। इस तरीके आप इन चैक करा तो इतने देखो कि 2 गुणा आ पहला नंबर इतने जाएगा, आ दूसरा जोड़ा वह इतने लगावे, तो 2 गुणा 0 0 ही होंगे, तो पिछे दे 2 जोड़ा तो 2 हो गया, खब्बे पासे 2 बनता है, तो सज्जे पासे 7 है, तो आ भी जोड़ा जवाब नहीं बनेगा। 0 0 में देखते हैं तो 0 इतने 0 इतने रखा, तो आ भी जोड़ा लैफ्ट हैंड साइड जी खब्बा पासा सारा 0 हो जाएगा, तो सज्जे पासे 7 होगा, तो आ भी जवाब जोड़ा नहीं होगा। यदा जवाब जोड़ा वो 3,1 है, 3 2 6 तो प्लस 1 जो जोड़ते हैं तो 7 बन जाता है, इधर भी 7 है इधर भी 7 है, तो यह मतलब 3,1 जो इसका जवाब है आ वाला सही उत्तर है। नैक्सट सम है वाई धुरे से स्थित किसी बिंदु का निर्देशांक की होंगे है। वाई धुरे से स्थित तो सब तो पहला जो आप धुरे ड्रॉ करते हैं देखते हैं किस तरह के होंगे। आ वाला जी लेटवीं लाइन है उसनों आप एक्स धुरा मानते हैं, तो जी खड़वीं लाइन हैगी है वर्टिकल लाइन है उसनों आप वाई धुरा कहते हैं वाई एक्सिस कहते हैं एक्स एक्सिस वाई एक्सिस। एक्स धुरे से स्थित किसी बिंदु का निर्देशांक हूँ सॉरी वाई धुरा है वाई धुरे से स्थित तो वाई धुरा जो को वाली लाइन है इस लाइन के उपर कोई बिंदु लेना है तो इस बिंदु के जो जो है जो आप इस तरफ चलते हैं सज्जे पासे खब्बे पासे तो वह एक्स बदलता है तो जो इस उपर चलते तो वाई बदलता है तो मतलब इस लाइन के उपर ही आप चल रहे हैं इतों इतने तक आप जा रहे हैं जिमें तो इतने देख रहे हैं कि एक्स के कोई परिवर्तन नहीं हो रहा जिन्ना एक्स थोड़ा इतने मूल बिंदु पर सगा उन्ना ही जोड़ा वो इतने है तो दैट मीनस इस जोड़ा है एक्स 0 रहेगा क्योंकि इस बिंदु के उपर एक्स 0,0 होंगे। तो इस तो अगे अगले सब अगले सम से आते हैं सॉरी इसका जवाब जोड़ा आप देना रह गया अपना तो वाई धुरे के उपर स्थित किसी बिंदु के निर्देशन किस तरह के होंगे तो यह एक्स जोड़ा वह 0 होंगे तो वाई जोड़ा वह कुछ भी हो सकता है तो 0,y जोड़ा वह इसका जवाब है तो आ वाला जो ऑप्शन है 0,y ये इसका जवाब है जी ठीक है बी ऑप्शन इसका आंसर है। वह बिंदु कितने स्थित होंगे है जिस दे दोवें निर्देशांक ऋणात्मक होंगे हूँ ये भी जोड़ा है आप देखते हैं कि किस तरह ये जो अपने को तो साइंस जोड़े ने वो किस तरह ने उन्होंने ध्यान देखना तुम तो सब तो पहला जोड़ा है इस दे विच ए पहली चौथाई होती है अपनी तो ये आ पहली चौथाई हैगी है आ दूसरी चौथाई है आ तीसरी चौथाई है तो आ चौथी चौथाई है। पहली चौथाई के दोने जोड़े निर्देशांक है ये प्लस के होंगे प्लस प्लस ये जोड़ा है पहला माइनस हों दूसरा प्लस हों ठीक है तो तीसरी चौथाई के पहला माइनस है दूसरा भी माइनस है मतलब वाई भी इन माइनस है तो तीसरी चौथाई के पहला प्लस है तो दूसरा जोड़ा वह माइनस होंगे वाई वाला जो माइनस है आप देख रहे हैं थले है तो आ वाला प्लस का पासा है वाई का तो आ वाई डैश वाला पासा जो नैगेटिव वाला पासा है तो इस करके जोड़ा इतने भी तुम देख रहे हो नैगेटिव है तो इधर भी नैगेटिव है तो इस लाइन तो थले जो वाई नैगेटिव होंगे इस लाइन तो एक्स एक्सिस तो उपर जो वाई पॉजिटिव होंगे तो इतने तुम देख रहे हो वाई पॉजिटिव है इस तरीके इस लाइन तो राइट देख रहे हैं आप वाई एक्सिस तो राइट देख रहे हैं तो ये जो एक्स पॉजिटिव होंगे इस करके जो है आ वाला इतने भी पॉजिटिव है तो इतने भी पॉजिटिव है एक्स जोड़ा तो इस तरीके इस पास एक्स जो नैगेटिव है तो इतने नैगेटिव तुम नज़र आ रहे हैं। इस तो बाद वह बिंदु कितने स्थित होंगे जिस दे दोवें निर्देशांक ऋणात्मक होने दोवें निर्देशांक तुम देख रहे हो कि तीसरे चौथाई के तीजी चौथाई के थर्ड क्वाड्रेंट के जो दोनों नैगेटिव है तो यह जवाब जो तीजी चौथाई मतलब बी ऑप्शन जो सही है। 3y-6 = 2x दा ए एक्स जमा बी वाई प्लस सी बराबर 0 तुलना करने ए का मुल पता करो कहता तो हूँ तुम देख रहे हो कि ये जोड़ा इक्वेशन कुछ घुमा फिरा के लिखी हुई है तो ए का मुल पता करना है ए का मुल पता करना है ए देख रहे हो इस समीकरण के एक्स के नाल लगी हुई है ठीक है तो तुम सब तो पहला जोड़ा है वह इस समीकरण को इस रूप में लिखोगे ठीक है। इसनों किवें लिख सकते हैं आप
ਤਾਂ ਇਸ ਨੂੰ ਜਿਹੜਾ ਹੈ ਤੁਸੀਂ ਲਿਖ ਸਕਦੇ ਹੋ ਇਸ ਸਮੀਕਰਨ ਨੂੰ ਜਿਹੜਾ ਦਿੱਤੀ ਹੋਈ ਸਮੀਕਰਨ 3y-6 = 2x ਨੂੰ ਤੁਸੀਂ 2x-3y-+6 = 0 ਲਿਖਿਆ ਜਾ ਸਕਦਾ ਹੈ। ਤਾਂ ਇਹਦੇ ਵਿੱਚ ਜਿਹੜਾ ਹੈ a ਦਾ ਮੁੱਲ 2 ਲੈ ਸਕਦੇ ਹਾਂ ਆਪਾਂ, a ਦਾ ਮੁੱਲ ਜਿਹੜਾ ਇਸਦੀ ਤੁਲਨਾ ਕਰਦੇ ਹਾਂ x ਦਾ ਗੁਣਾਂਕ ਜਿਹੜਾ ਹੈ ਉਹ 2 ਲਿਆ ਜਾ ਸਕਦਾ ਹੈ। ਪਰ ਇੱਕ ਦੂਸਰਾ ਪਾਸਾ ਵੀ ਪੱਖ ਵੀ ਇਹਦਾ ਦੇਖਣ ਨੂੰ ਜਿਹੜਾ ਹੈ, ਤਾਂ ਇਹਦੇ ਵਿੱਚ ਇਸ ਨੂੰ ਤੁਸੀਂ -2x+3y-6 = 0 ਵੀ ਲਿਖਿਆ ਜਾ ਸਕਦਾ ਇਸ ਨੂੰ। ਤਾਂ ਜੇ ਸਮੀਕਰਨ ਨੂੰ ਐਵੇਂ ਲਿਖਦੇ ਹਾਂ ਤਾਂ ਇਹਦੇ ਵਿੱਚ ਜਿਹੜਾ ਹੈ ਇਹ ਜਿਹੜਾ ਤੁਹਾਡੇ ਕੋਲ -2 ਰਹੇਗਾ। ਪਰੰਤੂ ਹੁਣ ਸਵਾਲ ਥੋੜ੍ਹਾ ਜਿਹਾ ਐਮਬੀਗੁਅਸ ਹੀ ਹੈਗਾ, ਮਤਲਬ ਇਹਦੇ ਦੋ ਅਰਥੇ ਹੋ ਸਕਦੇ ਆ, ਦੋ ਮੀਨਿੰਗ, ਦੋ ਇਹਦੇ ਜਵਾਬ ਹੋ ਸਕਦੇ ਆ, ਆਹ ਵੀ ਇਹਦਾ ਜਵਾਬ ਹੋ ਸਕਦਾ ਅਤੇ ਆਹ ਵੀ ਹੋ ਸਕਦਾ, ਡਿਪੈਂਡਿੰਗ ਔਨ ਹਾਓ ਵੀ ਟਰਾਂਸਫੋਰਮ ਦਿਸ ਇਕੁਏਸ਼ਨ। ਠੀਕ ਹੈ, ਇਸ ਇਕੁਏਸ਼ਨ ਨੂੰ ਜਿਹੜਾ ਕਿਸ ਤਰ੍ਹਾਂ ਆਪਾਂ ਟਰਾਂਸਫੋਰਮ ਕਰਦੇ ਹਾਂ, ਤਾਂ ਇਹ ਇੰਨਾ ਵਧੀਆ ਸਵਾਲ ਦੇ ਵਿੱਚ ਨਹੀਂ ਗਿਣਿਆ ਜਾ ਸਕਦਾ ਇਸ ਨੂੰ। ਠੀਕ ਹੈ, ਜੋ ਵੀ ਹੈ ਨੈਕਸਟ। ਜੇ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟੇ ਤਾਂ ਕਿੰਨੇ ਕੋਣ ਬਣਦੇ ਹਨ? ਦੋ ਸਮਾਂਤਰ ਰੇਖਾਵਾਂ ਨੂੰ ਇੱਕ ਕਾਟਵੀਂ ਰੇਖਾ ਕੱਟੇ ਤਾਂ ਕਿੰਨੇ ਕੋਣ ਬਣਦੇ ਹਨ? ਤਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਕੋਣ, ਦੋ ਕੋਣ, ਤਿੰਨ ਕੋਣ ਅਤੇ ਆਹ ਵਾਲਾ 4 ਕੋਣ। ਇਸੇ ਤਰੀਕੇ ਨਾਲ 4 ਕੋਣ ਜਿਹੜੇ ਆ ਉਹ ਇੱਥੇ ਬਣਦੇ ਹੈਗੇ, ਤਾਂ 4+4 ਜਿਹੜੇ ਆ ਉਹ ਤੁਹਾਡੇ ਕੋਲ 8 ਕੋਣ ਬਣ ਗਏ ਜੀ। ਤਾਂ 8 ਕੋਣ ਬਣਦੇ ਆ ਜੀ, 8 ਕੋਣ ਜਿਹੜੇ ਆ ਤੁਹਾਡੇ ਕੋਲ, ਆਹ ਵਾਲਾ ਜਵਾਬ ਹੈ ਸੀ ਆਪਸ਼ਨ। ਜੇਕਰ ਕੋਈ ਕਿਰਨ ਕਿਸੇ ਰੇਖਾ 'ਤੇ ਖੜੀ ਹੈ ਤਾਂ ਲਾਗਵੀਂ ਕੋਣਾਂ ਦਾ ਜੋੜ ਕੀ ਹੁੰਦਾ? ਤਾਂ ਕੋਈ ਇੱਕ ਰੇਖਾ ਹੈ ਤੁਹਾਡੇ, ਕੋਈ ਇੱਕ ਰੇਖਾ 'ਤੇ ਖੜੀ ਹੈ, ਕੋਈ ਕਿਰਨ ਆ ਰੇਖਾ ਹੈਗੀ ਹੈ, ਲਾਈਨ ਹੈਗੀ ਹੈ, ਅਤੇ ਇੱਕ ਜਿਹੜਾ ਹੈ ਕੋਈ ਕਿਰਨ ਹੈ। ਠੀਕ ਹੈ, ਇੱਥੋਂ ਸ਼ੁਰੂ ਹੁੰਦੀ ਹੈ ਅਤੇ ਉੱਪਰ ਨੂੰ ਜਿਵੇਂ ਚੱਲ ਰਹੀ ਹੈ, ਤਾਂ ਇਹਦੇ ਨਾਲ ਕਿੰਨੇ ਕੋਣ ਬਣਦੇ ਹੈਗੇ? ਕੀ ਪੁੱਛੇ, ਲਾਗਵੇਂ ਕੋਣਾਂ ਦਾ ਜੋੜ ਕੀ ਹੁੰਦਾ, ਲਾਗਵੇਂ ਕੋਣ ਕਿੱਥੇ ਬਣਦੇ ਹੈਗੇ? ਤਾਂ ਇੱਕ ਆਹ ਵਾਲਾ ਕੋਣ ਹੈ ਜੀ, ਇੱਕ ਆਹ ਵਾਲਾ ਕੋਣ ਹੈ, ਇਹ ਦੋ ਕੋਣ ਜਿਹੜੇ ਆ ਉਹ ਲਾਗਵੇਂ ਕੋਣ ਹੈਗੇ, ਅਤੇ ਇਹ ਲਾਗਵੇਂ ਕੋਣ ਜਿਹੜੇ ਹੈਗੇ ਆ ਇਹਨਾਂ ਦਾ ਜੋੜ, ਕਿਉਂਕਿ ਆਹ ਥੱਲੇ ਜਿਹੜੀ ਹੈ ਇੱਥੇ ਇੱਕ ਰੇਖਾ, ਸਰਲ ਰੇਖਾ ਬਣਦੀ ਹੈ, ਸਿੱਧੀ ਰੇਖਾ ਬਣਦੀ ਹੈ, ਅਤੇ ਸਿੱਧੀ ਰੇਖਾ ਜਿਹੜੀ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਕਿ 180 ਡਿਗਰੀ ਹੁੰਦਾ, ਅਤੇ ਇਸ ਕਰਕੇ ਇਹਨਾਂ ਦੋ ਕੋਣਾਂ ਦਾ ਜੋੜ ਜਿਹੜਾ ਉਹ 180 ਡਿਗਰੀ ਹੋਵੇਗਾ। ਇਹਦਾ ਜਵਾਬ ਜਿਹੜਾ ਤੁਹਾਡੇ ਕੋਲ ਉਹ 180 ਡਿਗਰੀ ਹੋਵੇਗਾ। ਇੱਕ ਚਤੁਰਭੁਜ ਦੇ 3 ਕੋਣ ਇੰਨੇ ਹਨ ਤਾਂ ਚੌਥਾ ਕੋਣ ਕਿੰਨਾ ਹੋਏਗਾ? 75 ਡਿਗਰੀ, 75 ਡਿਗਰੀ, 90 ਡਿਗਰੀ। ਤਾਂ ਚਤੁਰਭੁਜ ਦੇ ਅਸੀਂ ਆਪਾਂ ਕੀ ਜਾਣਦੇ ਹਾਂ ਕਿ ਇੱਕ ਚਤੁਰਭੁਜ ਦੇ 4 ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ। ਤਾਂ ਇਹਨਾਂ ਤਿੰਨਾਂ ਦਾ ਜੋੜ ਪਲੱਸ ਇੱਕ ਚੌਥੇ ਦਾ ਜੋੜ ਜਿਹੜਾ ਉਹ 360 ਹੈ। ਤਾਂ ਮਤਲਬ 75 ਡਿਗਰੀ + 75 ਡਿਗਰੀ + 90 ਡਿਗਰੀ + ਇੱਕ ਚੌਥਾ ਮੰਨ ਲਓ ਉਹ ਐਕਸ ਹੈਗਾ, ਅਤੇ ਇਹਨਾਂ ਚਾਰਾਂ ਦਾ ਕੋਣਾਂ ਦਾ ਜੋੜ ਜਿਹੜਾ ਉਹ 360 ਡਿਗਰੀ ਹੈ। ਤਾਂ ਐਕਸ ਕਿੰਨਾ ਹੋਇਆ? ਐਕਸ ਬਰਾਬਰ 360 ਅਤੇ ਇਹਨਾਂ ਦਾ ਜੋੜ, ਆਹ ਵਾਲਾ ਜੋੜ ਜਿਹੜਾ ਹੈ ਕਿੰਨਾ ਹੋ ਜਾਏਗਾ? 150, 150 ਅਤੇ 90 ਕਿੰਨਾ ਹੋ ਗਿਆ? 240। ਤਾਂ -240 ਘਟਾ ਦੇਣਾ ਤੁਸੀਂ, ਇਹ ਤੁਹਾਡੇ ਕੋਲ 120 ਡਿਗਰੀ ਜਿਹੜਾ ਹੈ ਉਹ ਜਵਾਬ ਆ ਜਾਏਗਾ ਜੀ। 120 ਡਿਗਰੀ ਸੀ ਆਪਸ਼ਨ ਹੈਗਾ। ਹੇਠ ਲਿਖੀਆਂ ਚਤੁਰਭੁਜਾਵਾਂ ਵਿੱਚੋਂ ਕਿਹੜੀ ਸਮਾਂਤਰ ਚਤੁਰਭੁਜ ਨਹੀਂ ਹੈ? ਤਾਂ ਸਮਾਂਤਰ ਚਤੁਰਭੁਜ ਜਿਹੜੀ ਹੈ ਉਹ ਕਿਹੜੀ ਹੁੰਦੀ ਹੈ? ਉਹ ਚਤੁਰਭੁਜ ਹੁੰਦੀ ਹੈ ਜਿਸ ਦੇ ਵਿੱਚ ਦੋ ਜੋੜੇ ਸਮਾਂਤਰ ਰੇਖਾਵਾਂ ਦੇ ਹੋਣ, ਦੋ ਜੋੜੇ ਸਮਾਂਤਰ ਰੇਖਾਵਾਂ ਦੇ ਹੋਣ। ਇੱਕ ਆਹ ਵਾਲਾ ਇਹਦੇ ਸਮਾਂਤਰ ਹੋਵੇ, ਆ ਇਹਦੇ ਸਮਾਂਤਰ ਹੋਵੇ, ਤਾਂ ਆਪਾਂ ਇਹ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀ ਆਕ੍ਰਿਤੀ ਜਿਹੜੀ ਬਣਦੀ ਹੈ ਉਸਨੂੰ ਆਪਾਂ ਸਮਾਂਤਰ ਚਤੁਰਭੁਜ ਜਾਂ ਪੈਰਲੈਲੋਗ੍ਰਾਮ ਕਹਿੰਦੇ ਹਾਂ। ਆਹ ਪੈਰਲੈਲੋਗ੍ਰਾਮ ਹੈਗੀ ਹੈ ਜੀ, ਠੀਕ ਹੈ। ਅਤੇ ਹੁਣ ਇਹਦੇ 'ਚ ਕਿਹੜੀ ਨਹੀਂ ਹੈਗੀ ਉਹ ਦੇਖਦੇ ਹਾਂ ਆਪਾਂ। ਸਮਾਂਤਰ ਚਤੁਰਭੁਜ ਕਿਹੜੀ ਨਹੀਂ ਹੈਗੀ? ਸਮ ਚਤੁਰਭੁਜ। ਸਮ ਚਤੁਰਭੁਜ ਕਿਹੜੀ ਹੁੰਦੀ ਹੈ? ਜਿਸ ਦੇ ਵਿੱਚ ਆਪਣੇ ਕੋਲ ਚਾਰੇ ਭੁਜਾਵਾਂ ਬਰਾਬਰ ਹੋਣ, ਚਾਰੇ ਭੁਜਾਵਾਂ ਬਰਾਬਰ ਵੀ ਹੋਣ, ਅਤੇ ਦੋ ਜੋੜੇ ਜਿਹੜੇ ਇਹਦੇ 'ਚ ਸਮਾਂਤਰ ਰੇਖਾਵਾਂ ਦੇ ਵੀ ਹੋਣ। ਆਹ ਇਹਦੇ ਸਮਾਂਤਰ ਵੀ ਹੋਵੇ ਅਤੇ ਬਰਾਬਰ ਵੀ ਹੋਵੇ, ਇਸੇ ਤਰੀਕੇ ਨਾਲ ਆਹ ਵਾਲੀ ਅਤੇ ਆਹ ਵਾਲੀ ਵੀ ਬਰਾਬਰ ਵੀ ਹੋਵੇ, ਅਤੇ ਇਹ ਚਾਰੇ ਅਸਲ 'ਚ ਬਰਾਬਰ ਹੈਗੀਆਂ ਸਮਾਂਤਰ ਸਮ ਚਤੁਰਭੁਜ ਦੇ ਵਿੱਚ, ਅਤੇ ਆਹ ਵਾਲਾ ਇਹਦੇ ਇਹਦੇ ਵੀ ਬਰਾਬਰ ਸਮਾਂਤਰ ਹੋਵੇ।
समांतर दो जोड़े समांतर रेखावां दे ਅਤੇ ਚਾਰੇ ਭੁਜਾਵਾਂ ਬਰਾਬਰ ਆਪਸ ਦੇ ਵਿੱਚ ਹੋਣ ਤਾਂ ਉਸਨੂੰ ਆਪਾਂ ਸਮਚਤੁਰਭੁਜ ਕਹਿੰਦੇ ਹਾਂ। ਇਹਦੇ 'ਚ ਆਪਾਂ ਇਹ ਦੇਖਦੇ ਹਾਂ ਕਿ ਦੋ ਜੋੜੇ ਸਮਾਂਤਰ ਭੁਜਾਵਾਂ ਦੇ ਹੈਗੇ ਆ, ਤਾਂ ਇਸ ਕਰਕੇ ਆਹ ਇੱਕ ਸਮਾਂਤਰ ਚਤੁਰਭੁਜ ਹੈਗੀ ਆ, ਆ ਤਾਂ ਹੈਗੀ ਹੈ। ਠੀਕ ਹੈ, ਵਰਗ ਵਰਗ ਦੇ ਵਿੱਚ ਵੀ ਇਹੀ ਗੱਲ ਲਾਗੂ ਹੁੰਦੀ ਹੈ। ਠੀਕ ਹੈ, ਵਰਗ ਜਿਹੜਾ ਹੈ ਉਹਦੇ ਵਿੱਚ ਸਾਰੇ ਕੋਣ 90-90 ਡਿਗਰੀ ਦੇ ਹੁੰਦੇ, ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ, ਦੋ ਜੋੜੇ ਸਮਾਂਤਰ ਰੇਖਾਵਾਂ ਦੇ ਹੁੰਦੇ, ਤਾਂ ਇਹਦੇ 'ਚ ਵੀ ਦੋ ਜੋੜੇ ਸਮਾਂਤਰ ਰੇਖਾਵਾਂ ਦੇ, ਇਸ ਕਰਕੇ ਇਹ ਵੀ ਇੱਕ ਸਮਾਂਤਰ ਚਤੁਰਭੁਜ ਹੈਗੀ ਹੈ। ਹੁਣ ਹੈਗੇ ਸਮਲੰਬ ਚਤੁਰਭੁਜ, ਪਹਿਲੇ ਇੱਕ ਆਇਤ ਦੀ ਗੱਲ ਕਰ ਲੈਂਦੇ ਹਾਂ। ਆਇਤ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਕਿ ਇਹ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ, ਜਿਹਦੇ 'ਚ ਆਹ ਭੁਜਾ ਦੇ ਬਰਾਬਰ ਅਤੇ ਸਮਾਂਤਰ ਹੁੰਦੀ ਹੈ, ਆਹ ਭੁਜਾ ਅਤੇ ਆਹ ਭੁਜਾ ਸਮਾਂਤਰ ਅਤੇ ਬਰਾਬਰ ਹੁੰਦੀ ਹੈ। ਠੀਕ ਹੈ, ਇਸ ਤਰ੍ਹਾਂ ਦੀ ਆਕ੍ਰਿਤੀ, ਅਤੇ ਇਹਦੇ 'ਚ ਇਹ ਸਾਰੇ ਕੋਣ 90 ਡਿਗਰੀ ਦੇ ਹੁੰਦੇ, ਇਹ ਵੀ ਹੈ ਤੁਸੀਂ ਧਿਆਨ ਰੱਖਣਾ, ਤਾਂ ਇਸ ਨੂੰ ਆਪਾਂ ਆਇਤ ਕਹਿੰਦੇ ਹਾਂ। ਤਾਂ ਇਹਦੇ 'ਚ ਦੋ ਜੋੜੇ ਜਿਹੜੇ ਉਹ ਸਮਾਂਤਰ ਰੇਖਾਵਾਂ ਦੇ ਹੈਗੇ, ਇਸ ਕਰਕੇ ਇਹ ਇੱਕ ਸਮਾਂਤਰ ਚਤੁਰਭੁਜ ਵੀ ਹੁੰਦੀ ਹੈ। ਠੀਕ ਹੈ, ਹੁਣ ਸਮਲੰਬ ਚਤੁਰਭੁਜ ਦੀ ਗੱਲ ਕਰਦੇ ਹਾਂ, ਤਾਂ ਇਹਦੇ 'ਚ ਜਿਹੜਾ ਹੈ ਇਸਦੀ ਆਕ੍ਰਿਤੀ ਜਿਹੜੀ ਹੈ ਕੁਛ ਆਪਾਂ ਇਸ ਤਰ੍ਹਾਂ ਡਰਾਅ ਕਰ ਸਕਦੇ ਹਾਂ, ਜਿਹਦੇ 'ਚ ਇੱਕ ਜੋੜਾ ਸਮਾਂਤਰ ਰੇਖਾਵਾਂ ਦਾ ਆਉਣਾ ਲਾਜ਼ਮੀ ਹੈਗਾ, ਦੂਸਰਾ ਹੋਵੇ ਨਾ ਹੋਵੇ, ਤਾਂ ਇਹਦੇ 'ਚ ਆਮ ਤੌਰ 'ਤੇ ਜਨਰਲੀ ਆਪਾਂ ਹੀ ਲੈਂਦੇ ਹਾਂ ਕਿ ਦੂਜਾ ਨਹੀਂ ਹੈਗਾ, ਤਾਂ ਸਮਲੰਬ ਚਤੁਰਭੁਜ ਜਿਹੜੀ ਹੈਗੀ ਹੈ ਉਹਦੇ ਵਿੱਚ ਇੱਕ ਜੋੜਾ ਸਮਾਂਤਰ ਰੇਖਾਵਾਂ ਦਾ ਆਉਣਾ ਲਾਜ਼ਮੀ ਹੈ, ਤਾਂ ਇਸ ਕਰਕੇ ਇਹ ਇੱਕ ਸਮਾਂਤਰ ਚਤੁਰਭੁਜ ਨਹੀਂ ਹੈ, ਕਿਉਂਕਿ ਸਮਾਂਤਰ ਚਤੁਰਭੁਜ ਵਿੱਚ ਦੋ ਜੋੜੇ ਸਮਾਂਤਰ ਰੇਖਾਵਾਂ ਦੇ ਹੋਣੇ ਚਾਹੀਦੇ ਹਨ। ਤਾਂ ਇਸ ਕਰਕੇ ਜਿਹੜਾ ਹੈ ਆਹ ਇਸਦਾ ਜਵਾਬ ਹੋਏਗਾ ਜੀ, ਕਿਹੜਾ ਨਹੀਂ ਹੈ, ਤਾਂ ਸਮਲੰਬ ਚਤੁਰਭੁਜ ਜਿਹੜੀ ਹੈ ਉਹ ਕੀ ਨਹੀਂ ਹੈਗਾ, ਪੈਰਲੈਲੋਗ੍ਰਾਮ ਨਹੀਂ ਹੈਗੀ, ਸਮਾਂਤਰ ਚਤੁਰਭੁਜ ਨਹੀਂ ਹੈਗੀ। ਠੀਕ ਹੈ, ਅਤੇ ਸਮਲੰਬ ਚਤੁਰਭੁਜ ਨੂੰ ਇੰਗਲਿਸ਼ ਦੇ ਵਿੱਚ ਆਪਾਂ ਟ੍ਰਪੀਜ਼ੀਅਮ ਕਹਿੰਦੇ ਹਾਂ ਜੀ, ਟ੍ਰਪੀਜ਼ੀਅਮ, ਟ੍ਰਪੀਜ਼ੀਅਮ। ਠੀਕ ਹੈ ਜੀ, ਅਤੇ ਸਮ ਚਤੁਰਭੁਜ ਇਸ ਨੂੰ ਰੋਮਬਸ ਕਹਿੰਦੇ ਹਾਂ, ਰੋਮਬਸ। ਅਤੇ ਵਰਗ ਜਿਹੜਾ ਸਕੇਅਰ ਹੈਗਾ, ਅਤੇ ਆਇਤ ਰੈਕਟੈਂਗਲ ਹੈਗੀ। ਚੱਕਰ ਦੀ ਸਭ ਤੋਂ ਲੰਬੀ ਜੀਵਾ, ਜੀਵਾ ਕਾਰਡ ਨੂੰ ਕਹਿੰਦੇ ਹਾਂ ਜੀ, ਕਾਰਡ, CHORD, ਕਾਰਡ। ਚੱਕਰ ਦੀ ਸਭ ਤੋਂ ਲੰਬੀ ਜੀਵਾ, ਚੱਕਰ ਹੈ ਇੱਕ ਇੱਕ ਉਹਦੇ 'ਚ ਜੀਵਾ, ਜੀਵਾ ਕੀ ਹੈ, ਕਿਸ ਚੱਕਰ ਦੇ ਉੱਪਰ ਸਥਿਤ ਕਿਸੇ ਵੀ ਦੋ ਬਿੰਦੂਆਂ ਨੂੰ ਮਿਲਾਉਣ ਨਾਲ ਜਿਹੜੇ ਰੇਖਾਖੰਡ ਪ੍ਰਾਪਤ ਹੁੰਦਾ ਹੈ ਉਸਨੂੰ ਆਪਾਂ ਜੀਵਾ ਕਹਿੰਦੇ ਹਾਂ। ਆਹ ਵਾਲੀ ਇੱਕ ਜੀਵਾ ਹੈਗੀ ਹੈ ਜੀ, ਇਹ ਵੀ ਸਿੱਧੀ ਰੇਖਾ ਜਿਹੜੀ ਹੈਗੀ ਹੈ, ਰੇਖਾਖੰਡ ਜਿਹੜਾ ਹੈ ਇਹ ਜੀਵਾ ਹੈਗੀ ਹੈ। ਹੁਣ ਇਹਦੇ 'ਚ ਚੱਕਰ ਦੇ ਵਿੱਚ ਜੀਵਾ ਸਭ ਤੋਂ ਲੰਬੀ ਕਿੱਥੇ ਹੁੰਦੀ ਹੈ, ਉਹ ਜੀਵਾ ਸਭ ਤੋਂ ਲੰਬੀ ਹੁੰਦੀ ਹੈ ਜਿਹੜੀ ਕਿ ਕੇਂਦਰ ਵਿੱਚੋਂ ਹੋ ਕੇ ਲੰਘੇ, ਤਾਂ ਕੇਂਦਰ ਵਿੱਚੋਂ ਹੋ ਕੇ ਲੰਘਦੀ ਹੈ, ਤਾਂ ਇਸ ਨੂੰ ਮੈਂ PQ ਨਾਲ ਲਿਖ ਦਿੰਦਾ, ਤਾਂ ਕੇਂਦਰ ਵਿੱਚ ਹੋ ਕੇ ਲੰਘਣ ਵਾਲਾ ਰੇਖਾਖੰਡ ਜਿਹੜਾ ਹੈ ਉਸਨੂੰ ਵਿਆਸ ਵੀ ਕਹਿੰਦੇ ਹੈ, ਤਾਂ ਇਸ ਕਰਕੇ ਦਾ ਜਵਾਬ ਜਿਹੜਾ ਉਹ ਵਿਆਸ ਹੋਵੇਗਾ। ਤਾਂ ਚੱਕਰ ਦੀ ਇਹ ਸਭ ਤੋਂ ਲੰਬੀ ਜੀਵਾ ਹੁੰਦੀ ਹੈ ਜੀ, ਵਿਆਸ ਹੁੰਦਾ ਜੀ, ਜਿਸ ਨੂੰ ਆਪਾਂ ਡਾਇਆਮੀਟਰ ਕਹਿੰਦੇ ਹਾਂ, ਡਾਇਆਮੀਟਰ। ਇੰਗਲਿਸ਼ ਦੇ ਨਾਮ ਜਿਹੜੇ ਤੁਸੀਂ ਇਹ ਨਾਲ ਨਾਲ ਨੋਟ ਕਰ ਸਕਦੇ ਹੋ, ਕੇਂਦਰ ਜਿਹੜਾ ਉਹ ਸੈਂਟਰ ਆਫ ਦਾ ਸਰਕਲ ਹੁੰਦਾ ਹੈ, ਅਰਧ ਵਿਆਸ ਰੇਡੀਅਸ ਹੁੰਦਾ ਹੈ, ਅਤੇ ਸਪਰਸ਼ ਰੇਖਾ ਨੂੰ ਆਪਾਂ ਟੇਂਜੈਂਟ ਕਹਿੰਦੇ ਹਾਂ, ਜਿਹੜੀ ਕਿ ਇਸਨੂੰ ਛੂਹ ਕੇ ਲੱਗਦੀ ਹੈ, ਇੱਕ ਥਾਂ 'ਤੇ ਹੀ ਛੂਹਦੀ ਹੈਗੀ ਹੈ। ਠੀਕ ਹੈ, ਇੱਕ ਪੁਆਇੰਟ ਦੇ ਉੱਪਰ ਹੀ ਛੂਹਦੀ ਹੈਗੀ ਹੈ ਜੀ। ਠੀਕ ਹੈ, ਇਸ ਤਰੀਕੇ ਨਾਲ, ਤਾਂ ਇਹ ਜਿਹੜੀ ਇੱਕ ਟੇਂਜੈਂਟ ਹੈਗੀ ਹੈ ਜੀ, ਆਹ ਵਾਲੀ ਇੱਕ ਟੇਂਜੈਂਟ ਹੈਗੀ ਹੈ। ਇਸ ਤੋਂ ਬਾਅਦ ਹੈ, ਜੇ ਚਾਪ AB ਕੇਂਦਰ 'ਤੇ 60 ਡਿਗਰੀ ਦਾ ਕੋਣ ਬਣਾਵੇ, ਤਾਂ ਚੱਕਰ 'ਤੇ ਸਥਿਤ ਬਿੰਦੂ ਦਾ ਕਿਹੜਾ ਕੋਣ, ਬਿੰਦੂ 'ਤੇ ਕਿਹੜਾ ਕੋਣ ਬਣਦਾ ਹੈਗਾ। ਤਾਂ ਹੁਣ ਦੇਖੋ ਜਰਾ, ਇਹ ਇੱਕ ਚੱਕਰ ਹੈ ਤੁਹਾਡੇ ਕੋਲ, ਸਹੀ ਨਹੀਂ ਬਣਿਆ, ਦੁਬਾਰਾ ਬਣਾਉਂਦੇ ਹਾਂ, ਚਲੋ ਠੀਕ ਹੈ। ਅਤੇ ਚਾਪ AB ਕੇਂਦਰ 'ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ, ਤਾਂ ਆਹ ਕੋਈ ਚਾਪ ਹੈਗੀ ਹੈ ਜਿਹੜੀ ਕਿ 60 ਡਿਗਰੀ ਦਾ ਕੋਣ ਬਣਾਉਂਦੀ ਹੈ, ਆਹ AB ਹੈ, ਆਹ ਬੜੀ ਚਾਪ ਹੈਗੀ ਹੈ। ਠੀਕ ਹੈ, ਅਤੇ ਇਹ ਕੇਂਦਰ 'ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ, ਮਤਲਬ ਇੱਥੇ 60 ਡਿਗਰੀ ਦਾ ਕੋਣ ਬਣਾਉਂਦੀ ਹੈ। ਤਾਂ ਹੁਣ ਕੀ ਪੁੱਛਿਆ ਕਿ ਚੱਕਰ 'ਤੇ ਸਥਿਤ ਬਿੰਦੂ 'ਤੇ ਕਿਹੜਾ ਕੋਣ ਹੈ। ਹੁਣ ਇਹ ਬਾਕੀ ਚੱਕਰ ਦੇ, ਚਾਪ ਤੋਂ ਬਾਹਰ ਦਾ ਬਾਕੀ ਚੱਕਰ ਜਿਹੜਾ ਹੈਗਾ, ਮੰਨ ਲਓ ਕਿਤੇ ਕਿਤੇ ਵੀ ਬਿੰਦੂ ਹੈਗਾ, ਉਹ ਦੂਸਰਾ ਭਾਗ ਜਿਹੜਾ ਇਸ ਚਾਪ ਨੂੰ ਛੱਡ ਕੇ ਕਿਤੇ ਬਿੰਦੂ ਲੈਣਾ, ਅਤੇ ਇਸ ਨੂੰ ਏ ਅਤੇ ਬੀ ਨਾਲ ਮਿਲਾਉਂਦੇ ਹਾਂ, ਤਾਂ ਤੁਹਾਡੇ ਕੋਲ ਇਸ ਤਰ੍ਹਾਂ ਇਹ ਕੋਣ ਦਾ ਨਿਰਮਾਣ ਹੁੰਦਾ ਹੈ। ਤਾਂ ਆਹ ਕੋਣ ਕਿੰਨੇ ਡਿਗਰੀ ਦਾ ਹੋਇਆ, ਤੁਸੀਂ ਦੇਖ ਰਹੇ ਹੋ ਕਿ ਆਹ ਕੋਣ ਵੱਡਾ ਹੈਗਾ ਅਤੇ ਆਹ ਛੋਟਾ ਹੈਗਾ। ਠੀਕ ਹੈ, ਛੋਟਾ ਹੈਗਾ, ਅਤੇ ਇਹਦੇ 'ਚ ਸੰਬੰਧ ਵੀ ਤੁਸੀਂ ਜਾਣਦੇ ਹੋ ਕਿ ਇਹ ਜਿਹੜਾ ਹੈ ਚੱਕਰ ਦੇ ਉੱਪਰ ਸਥਿਤ ਕਿਸੇ ਬਿੰਦੂ 'ਤੇ ਬਣੇ ਕੋਣ, ਬਣਿਆ ਕੋਣ ਜਿਹੜਾ ਹੈ ਕੇਂਦਰ 'ਤੇ ਬਣੇ ਕੋਣ ਦਾ ਅੱਧਾ ਹੁੰਦਾ ਹੈ, ਜਾਂ ਕੇਂਦਰ 'ਤੇ ਬਣੇ ਕੋਣ ਦੁੱਗਣਾ ਹੁੰਦਾ ਹੈ। ਠੀਕ ਹੈ, ਤਾਂ ਆਹ 60 ਡਿਗਰੀ ਹੈ, ਆਹ ਇਹਦਾ ਅੱਧਾ ਹੋਏਗਾ, ਅੱਧਾ ਹੋਏਗਾ, ਤਾਂ ਆਹ 30 ਡਿਗਰੀ ਹੋਏਗਾ ਜੀ। ਠੀਕ ਹੈ, ਤਾਂ 30 ਡਿਗਰੀ ਜਿਹੜਾ ਜਵਾਬ ਆਹ ਵਾਲਾ ਰਹੇਗਾ, C ਆਪਸ਼ਨ। ਇਸ ਤੋਂ ਅੱਗੇ ਹੈ ਆਪਣੇ ਕੋਲ ਮੱਧਿਕਾ ਪਤਾ ਕਰੋ, ਮੱਧਿਕਾ ਪਤਾ ਕਰੋ, ਇਹਨਾਂ ਨੰਬਰਾਂ ਦੀ ਮੱਧਿਕਾ ਪਤਾ ਕਰਨੀ ਹੈ।
ਤਾਂ ਮੱਧਿਕਾ ਪਤਾ ਕਰਨ ਦੇ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਵੱਧੇ ਜਾਂ ਘਟਦੇ ਕ੍ਰਮ ਦੇ ਵਿੱਚ ਲਿਖਣਾ ਅਤੇ ਉਹਨਾਂ ਦੇ ਵਿੱਚ ਵਿਚਾਲੇ ਕੀ ਆਉਂਦਾ ਹੈਗਾ ਉਹ ਆਪਾਂ ਨੇ ਦੇਖਣਾ ਹੁੰਦਾ ਹੈਗਾ। ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜਿਹੜਾ ਵੱਧਦੇ ਜਾਂ ਘਟਦੇ ਕ੍ਰਮ ਦੇ ਵਿੱਚ ਲਿਖ ਲੈਂਦੇ ਹਾਂ। ਤਾਂ ਦੇਖੋ ਸਭ ਤੋਂ ਪਹਿਲਾਂ ਜਿਹੜਾ ਛੋਟਾ ਨੰਬਰ ਆਪਾਂ ਦੇਖ ਰਹੇ ਹਾਂ ਕਿ ਪੰਜ ਹੈਗਾ, ਪੰਜ ਹੈਗਾ, ਪੰਜ ਲਿਖਿਆ। ਇਸ ਤੋਂ ਬਾਅਦ ਹੈ ਅੱਠ, ਫਿਰ ਨੌਂ, ਫਿਰ ਗਿਆਰਾਂ, ਸੱਤ ਵੀ ਹੈਗਾ। ਪਹਿਲਾਂ ਦੇਖੋ ਸੱਤ ਵੀ ਹੈਗਾ, ਪੰਜ, ਸੱਤ, ਅੱਠ, ਅੱਠ ਹੈਗਾ, ਹੈਗਾ ਨੌਂ, ਗਿਆਰਾਂ, ਤੇਰਾਂ ਅਤੇ ਸੋਲ੍ਹਾਂ। ਮੇਰੇ ਖਿਆਲ ਕੰਪਲੀਟ ਹੋ ਗਿਆ। ਤਿੰਨ ਤਿੰਨ ਛੇ ਇੱਕ ਸੱਤ, ਤਿੰਨ ਤਿੰਨ ਛੇ ਅਤੇ ਇੱਕ ਸੱਤ, ਠੀਕ ਹੈ ਜੀ। ਹੁਣ ਇਹਦੇ 'ਚ ਤੁਸੀਂ ਦੇਖ ਰਹੇ ਹੋ ਕਿ ਵਿਚਾਲੇ ਕੀ ਕੌਣ ਹੈਗਾ, ਵਿਚਾਲੇ ਹੈਗਾ ਜੀ ਇਹਦੇ 'ਚ ਨਾਈਨ। ਵਿਚਾਲੇ ਕੀ ਹੈ? ਨਾਈਨ। ਇਹਨਾਂ ਨੂੰ ਪਹਿਲਾਂ ਸਭ ਫਿਰ ਯਾਦ ਕਰਾਉਂਦਾ, ਮੱਧਿਕਾ ਪਤਾ ਕਰਨ ਦੇ ਲਈ ਨੰਬਰਾਂ ਨੂੰ ਪਹਿਲਾਂ ਚੜ੍ਹਦੇ ਜਾਂ ਵੱਧਦੇ ਕ੍ਰਮ ਘੱਟਦੇ ਕ੍ਰਮ ਦੇ ਵਿੱਚ, ਚੜ੍ਹਦੇ ਜਾਂ ਲਹਿੰਦੇ ਕ੍ਰਮ ਦੇ ਵਿੱਚ, ਵੱਧਦੇ ਘੱਟਦੇ ਵਿੱਚ, ਕਿਸੇ ਵੀ ਕ੍ਰਮ ਦੇ ਵਿੱਚ ਲਿਖਣਾ ਤੁਸੀਂ। ਤਾਂ ਮੈਂ ਇੱਥੇ ਵੱਧਦੇ ਕ੍ਰਮ ਦੇ ਵਿੱਚ ਲਿਖਿਆ ਇਹਨਾਂ ਨੂੰ, ਅਤੇ ਉਹਨਾਂ ਵਿੱਚੋਂ ਇਹ ਦੇਖੇ ਕਿ ਵਿਚਾਲੇ ਕੀ ਆਉਂਦਾ ਹੈਗਾ। ਵਿਚਾਲੇ ਇੱਕ ਨੰਬਰ ਜਿਹੜਾ ਤੁਸੀਂ ਦੇਖ ਰਹੇ ਹੋ ਇੱਥੇ ਨਾਈਨ ਆ ਰਿਹਾ, ਤਾਂ ਇਹਦਾ ਮਤਲਬ ਨਾਈਨ ਇਸ ਦੀ ਮੱਧਿਕਾ ਹੋਏਗੀ। ਹਾਂ, ਇੱਕ ਹੋਰ ਹੈ, ਜੇ ਇਹਦੇ ਨਾਲ ਇੱਕ ਤੁਹਾਡੇ ਕੋਲ ਇੱਕ ਹੋਰ ਨੰਬਰ ਇਹਦੇ ਨਾਲ ਅਟੈਚ ਕਰ ਦਈਏ, ਮੰਨ ਲਓ ਤੁਹਾਡੇ ਕੋਲ ਇੱਥੇ ਜਿਹੜਾ ਮੈਂ 17 ਲਿਖ ਦਿੰਦਾ ਜਾਂ 18-19 ਕਿੰਨਾ ਵੀ ਲਿਖ ਦਿੰਦਾ, ਤਾਂ ਹੁਣ ਦੇਖੋ ਇਹਦੇ 'ਚ ਮੱਧਿਕਾ ਦਾ ਵਿੱਚ ਕੀ ਫਰਕ ਪਿਆ। ਤਾਂ ਮੱਧਿਕਾ ਹੁਣ ਕਿੱਥੇ ਹੈਗੀ ਹੈ? ਤਾਂ ਮੱਧਿਕਾ ਹੁਣ ਮੱਧਿਕਾ ਇਹਦੀ ਜਿਹੜੀ ਹੈ ਵਿਚਾਲੇ ਦੋ ਨੰਬਰਾਂ ਦਾ ਅਰਥਮੈਟਿਕ ਮੀਨ ਜਾਂ ਮੱਧਮਾਨ ਹੈਗਾ ਜੀ। ਇਹਨਾਂ ਦੋ ਨੰਬਰ ਵਿਚਾਲੇ ਵਾਲੇ ਦੋ ਨੰਬਰ ਦੇਖਣੇ ਆ, ਤਿੰਨ ਇੱਧਰ ਛੱਡੇ, ਤਿੰਨ ਇੱਧਰ ਛੱਡੇ, ਠੀਕ ਹੈ। ਪਿੱਛੇ ਕੀ ਰਹਿ ਗਿਆ? ਇਹ ਦੋ ਰਹਿ ਗਏ, ਕਿਉਂਕਿ ਇੱਕ ਤਾਂ ਹੈ ਨਹੀਂ ਗਾ ਵਿਚਾਲੇ, ਕਿਉਂਕਿ ਨੰਬਰਾਂ ਦੇ ਜਿਹੜੇ ਸਮ ਸੰਖਿਆ ਹੈਗੀ ਇਹਨਾਂ ਦੀ, ਈਵਨ ਨੰਬਰ ਹੈਗੇ, ਤਾਂ ਇਹਨਾਂ ਦਾ ਅਰਥਮੈਟਿਕ ਮੀਨ ਆਪਾਂ ਨੇ ਪਤਾ ਕਰਨਾ ਹੈ, ਮਤਲਬ ਮੱਧਮਾਨ ਪਤਾ ਕਰਨਾ ਹੈ। ਤਾਂ ਉਹ ਜਿਹੜਾ ਹੈਗਾ 9 + 11/2 ਦੇ ਬਰਾਬਰ ਹੁੰਦਾ ਹੈ। 9 ਤੇ 11 20 ਹੁੰਦਾ, 20/2 10 ਹੁੰਦਾ। ਤਾਂ ਇਹਦਾ ਜਵਾਬ ਜਿਹੜਾ ਉਸ ਵੇਲੇ 10 ਹੋ ਜਾਣਾ ਸੀਗਾ ਜੀ, ਜੇ ਇੱਥੇ ਇੱਕ ਨੰਬਰ ਹੋਰ ਲਗਾ ਦਿੰਦੇ ਹਾਂ ਤਾਂ, ਅਤੇ ਉਹ 16 ਤੋਂ ਵੱਡਾ ਹੋਵੇ, ਠੀਕ ਹੈ ਜੀ। ਇਹ ਮੱਧਿਕਾ ਸੀਗੀ, ਧਿਆਨ ਰੱਖਣਾ ਇਹਦਾ। ਇਸ ਤੋਂ ਅੱਗੇ ਆਪਣੇ ਕੋਲ ਹੈਗਾ ਜੀ 2, 5, 9, 11, 17, 18, 19 ਦਾ ਮੱਧਮਾਨ ਪਤਾ ਕਰੋ। ਮੱਧਮਾਨ ਪਤਾ ਕਰਨ ਦੇ ਲਈ ਇਹਨਾਂ ਦਾ ਜੋੜ ਬਟਾ ਇਹਨਾਂ ਦੀ ਗਿਣਤੀ ਨਾਲ ਆਪਾਂ ਨੇ ਭਾਗ ਕਰਨਾ ਹੁੰਦਾ। ਤਾਂ ਆਪਾਂ ਚੈੱਕ ਕਰ ਲੈਂਦੇ ਹਾਂ ਕਿੰਨਾ ਜੋੜ ਬਣਦਾ ਹੈਗਾ। 2 ਅਤੇ 5 7, 7 ਆਹ ਵਾਲਾ ਬਣ ਗਿਆ ਜੀ ਤੁਹਾਡੇ ਕੋਲ, ਅਤੇ ਆਹ ਵਾਲਾ 20 ਹੈਗਾ, ਅਤੇ ਆਹ ਵਾਲਾ 35 ਹੈਗਾ, ਠੀਕ ਹੈ, ਅਤੇ ਆਹ 19 ਹੈਗਾ ਜੀ ਤੁਹਾਡੇ ਕੋਲ। ਹੁਣ ਇਹਨਾਂ ਨੂੰ ਦੇਖ ਲਓ ਤੁਸੀਂ ਕਿੰਨਾ ਕਿੰਨਾ ਜੋੜ ਬਣ ਜਾਏਗਾ। 20 ਅਤੇ 35 ਹੋ ਗਿਆ 55, 55 ਅਤੇ 7 ਕਿੰਨਾ ਹੋ ਗਿਆ? 55 ਅਤੇ 7 62, 62 ਅਤੇ 20, 62 ਅਤੇ 20 ਜਿਹੜਾ ਤੁਹਾਡੇ ਕੋਲ ਹੋ ਗਿਆ 82, 82 ਪਰ ਲੇਕਿਨ ਆਪਾਂ ਨੇ 19 ਜੋੜਨਾ ਸੀਗਾ, ਤਾਂ 81 ਆਪਣੇ ਕੋਲ ਜੋੜ ਆ ਗਿਆ ਜੀ, ਠੀਕ ਹੈ। ਇਹਨਾਂ ਦਾ ਜੋੜ ਸਾਰਿਆਂ ਦਾ 81 ਹੈ। 81 ਨੂੰ ਹੁਣ ਇਹਨਾਂ ਦੀ ਗਿਣਤੀ ਨਾਲ ਭਾਗ ਕਰਨਾ ਹੈ, 1, 2, 3, 4, 5, 5 ਅਤੇ 6 ਅਤੇ 7, 7 ਨਾਲ ਇਹਨੂੰ ਭਾਗ ਕਰਨਾ ਹੈ। ਕੁਛ ਠੀਕ ਨਹੀਂ ਲੱਗ ਰਿਹਾ, ਹੋ ਸਕਦਾ ਕਿ ਆਪਣਾ ਜੋੜ ਜਿਹੜਾ ਉਹ ਸਹੀ ਨਾ ਹੋਵੇ। ਚੈੱਕ ਕਰ ਲੈਂਦੇ ਦੁਬਾਰਾ, 9 ਅਤੇ 8 17, 17 ਅਤੇ 7 24, ਅਤੇ 25, 25 ਅਤੇ 9 34, 34 ਅਤੇ 5 39, 39 ਅਤੇ 2 41, 41 ਦਾ 1, ਅਤੇ 4 ਆਪਣੇ ਕੋਲ ਹਾਸਲ ਹੈਗੀ ਹੈ। 4 ਅਤੇ 5 ਅਤੇ 6 ਅਤੇ 7 ਅਤੇ 8 ਜੋੜ ਤਾਂ ਇਹ ਬਣ ਰਿਹਾ ਜੀ, ਸ਼ਾਇਦ ਕੁਛ ਮਿਸਟੇਕ ਹੈਗੀ ਹੈ, ਠੀਕ ਹੈ। ਤਾਂ 81 ਜਿਹੜਾ 7 ਨਾਲ ਭਾਗ ਨਹੀਂ ਹੁੰਦਾ ਹੈਗਾ, ਠੀਕ ਹੈ। ਤਾਂ ਵੈਸੇ ਕਰਨਾ ਆਪਾਂ ਨੇ ਇਸ ਤਰ੍ਹਾਂ ਹੀ ਹੈ, ਇਹਨਾਂ ਦਾ ਮੱਧਮਾਨ ਪਤਾ ਕਰਨ ਦੇ ਲਈ ਜੋੜ ਬਟਾ ਗਿਣਤੀ, ਕਿੰਨੇ ਕਿੰਨੀਆਂ ਸੰਖਿਆਵਾਂ ਨੇ ਉਹਨੇ ਨਾਲ ਭਾਗ ਕਰਨਾ ਹੁੰਦਾ ਹੈਗਾ, ਤਾਂ ਇਹ ਮੱਧਮਾਨ ਆ ਜਾਂਦਾ ਹੈ, ਠੀਕ ਹੈ। ਕੁਸ਼ਚਨ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਜਾਂ ਮੇਰੇ ਲਿਖਣ ਬਣਾਉਣ ਦੇ ਵਿੱਚ ਕੋਈ ਦਿੱਕਤ ਹੋ ਗਈ ਹੈ? ਇਸ ਤੋਂ ਅੱਗੇ ਹੈਗਾ ਜੀ ਆਪਣੇ ਕੋਲ ਪ੍ਰਸ਼ਨ ਨੰਬਰ 2 ਦਿੱਤੇ, ਪ੍ਰਸ਼ਨ ਵਿੱਚ ਸਹੀ ਗਲਤ ਉੱਤਰ ਚੁਣੋ, ਹਰੇਕ ਪ੍ਰਸ਼ਨ ਦਾ ਇੱਕ ਅੰਕ ਹੈ। ਸੰਭਾਵਨਾ ਕਿਸੇ ਘਟਨਾ, ਪੀ ਈ ਜਿਹੜਾ ਸੰਭਾਵਨਾ ਘਟਨਾ ਈ ਦੀ ਹੈ, ਪੀ ਪ੍ਰੋਬੇਬਿਲਿਟੀ ਤੋਂ ਹੈ, ਪ੍ਰੋਬੇਬਿਲਿਟੀ ਆਫ ਈ ਪਲੱਸ ਪ੍ਰੋਬੇਬਿਲਿਟੀ ਆਫ ਨੋਟ ਈ। ਤਾਂ ਘਟਨਾ ਈ ਅਤੇ ਈ ਨਹੀਂ ਦੀ ਸੰਭਾਵਨਾ ਕਿੰਨੀ ਹੋਵੇਗੀ? ਤਾਂ ਇਹਨਾਂ ਦਾ ਜੋੜ ਜਿਹੜਾ ਹੈ ਉਹ 1 ਹੁੰਦਾ ਹੈ ਜੀ, ਠੀਕ ਹੈ। ਇਹਦੇ 'ਚੋਂ ਆਹ ਵਾਲਾ ਆਪਸ਼ਨ ਜਿਹੜਾ ਉਹ ਤੁਸੀਂ ਚੂਜ਼ ਕਰਨਾ, 1 ਹੈ ਇਹਦਾ ਜਵਾਬ। ਹੀਰੋ ਦਾ ਸੂਤਰ ਅਨੁਸਾਰ ਤ੍ਰਿਭੁਜ ਦਾ ਖੇਤਰਫਲ ਕੀ ਹੁੰਦਾ? ਹੀਰੋ ਦਾ ਸੂਤਰ ਜਿਹੜਾ ਹੈ ਉਹ ਕੀ ਹੈ? ਐਸ ਗੁਣਾ ਐਸ ਮਾਈਨਸ ਏ, ਐਸ ਮਾਈਨਸ ਬੀ, ਐਸ ਮਾਈਨਸ ਸੀ, 3 ਭੁਜਾਵਾਂ ਨੇ, ਏ ਬੀ ਸੀ ਕੀ ਹੈ? 3 ਭੁਜਾਵਾਂ ਨੇ, ਅਤੇ ਕੌਣ ਦੀਆਂ ਇਹਨਾਂ ਦੀ ਲੰਬਾਈ ਹੈ, ਅਤੇ ਐਸ ਕੀ ਹੈ? ਅਰਧ ਪਰਿਮਾਪ ਹੈ ਜੀ, ਪਰਿਮਾਪ ਦਾ ਦਾ ਮਤਲਬ ਏ ਬੀ ਸੀ ਨੂੰ ਜੋੜਨਾ ਹੈ। ਐਸ ਜਿੱਥੇ ਐਸ ਜਿਹੜਾ ਹੈ ਉਹ ਏ ਪਲੱਸ ਬੀ ਪਲੱਸ ਸੀ ਬਟਾ 2 ਦੇ ਬਰਾਬਰ ਹੋਵੇਗਾ, ਠੀਕ ਹੈ। ਤਾਂ ਇਸ ਫਾਰਮੂਲੇ ਨੂੰ ਹੀਰੋ ਦਾ ਸੂਤਰ ਜਾਂ ਹੈਰੋਨਸ ਫਾਰਮੂਲਾ ਵੀ ਕਹਿੰਦੇ ਆ, ਹੈਰੋਨਸ ਫਾਰਮੂਲਾ। ਨੈਕਸਟ 'ਤੇ ਆਉਂਦੇ ਹਾਂ,
ਅਰਧ ਚੱਕਰ ਵਿੱਚ ਬਣੇ ਕੋਣ ਦਾ ਮਾਪ ਕਿੰਨੇ ਡਿਗਰੀ ਹੁੰਦਾ ਹੈ? ਅਰਧ ਚੱਕਰ ਜਿਹੜਾ ਤੁਹਾਡੇ ਕੋਲ ਕੁਛ ਇਸ ਤਰ੍ਹਾਂ ਦਾ ਹੋਏਗਾ, ਅਰਧ ਚੱਕਰ, ਠੀਕ ਹੈ, ਇਹਦੇ ਵਿੱਚ ਬਣੇ ਕੋਣ ਦਾ ਮਾਪ ਕਿੰਨਾ ਹੋਏਗਾ? ਤਾਂ ਆਹ ਵਾਲਾ ਕੋਣ ਜਿਹੜਾ ਇਹ ਹਮੇਸ਼ਾ ਸਮਕੋਣ ਬਣਦਾ ਹੈ ਜੀ, ਠੀਕ ਹੈ। ਸਮਕੋਣ 90 ਡਿਗਰੀ ਦਾ ਹੁੰਦਾ ਅਤੇ ਇਹਦਾ ਜਵਾਬ ਜਿਹੜਾ ਉਹ 90 ਡਿਗਰੀ ਹੁੰਦਾ। ਯਾਦ ਰੱਖਣੀ ਹੈ ਲਾਈਨ, ਅਰਧ ਚੱਕਰ ਵਿੱਚ ਬਣਿਆ ਕੋਣ ਸਮਕੋਣ ਹੁੰਦਾ ਹੈ। ਫਿਰ ਰਿਪੀਟ ਕਰਦਾ, ਅਰਧ ਚੱਕਰ ਵਿੱਚ ਬਣਿਆ ਕੋਣ ਸਮਕੋਣ ਹੁੰਦਾ ਹੈ। ਐਂਗਲ ਇਨ ਅ ਸੈਮੀ ਸਰਕਲ ਇਜ਼ ਅ ਰਾਈਟ ਐਂਗਲ। ਜੇ ਸਮਭੁਜੀ ਤ੍ਰਿਭੁਜ ਜਿਸ ਦੀ ਹਰੇਕ ਭੁਜਾ ਇਹ ਹੋਵੇ ਤਾਂ ਖੇਤਰਫਲ ਕਿੰਨਾ ਹੁੰਦਾ ਹੈ? ਤਾਂ ਇੱਕ ਤ੍ਰਿਭੁਜ ਜਿਸ ਦੀਆਂ ਸਾਰੀਆਂ ਭੁਜਾਵਾਂ ਜਿਹੜੀਆਂ ਨੇ ਉਹ ਬਰਾਬਰ ਹੋਣ, ਆਹ ਵੀ ਭੁਜਾ ਜਿਹੜੀ ਤੁਹਾਡੇ ਕੋਲ ਏ ਹੋਵੇ, ਬਾਕੀ ਵੀ ਏ ਹੋਣ, ਮਤਲਬ ਸਾਰੀਆਂ ਏ ਹੋਣ, ਤਾਂ ਇਸਦਾ ਖੇਤਰਫਲ ਦਾ ਫਾਰਮੂਲਾ ਜਿਹੜਾ ਤੁਸੀਂ ਯਾਦ ਰੱਖਣਾ ਹੈ, ਅੰਡਰ ਰੂਟ 3/4 ਇੰਟੂ ਸਾਈਡ ਸਕੁਏਅਰ, ਮਤਲਬ ਏ ਸਕੁਏਅਰ, ਸਾਈਡ ਦੀ ਏ ਹੈ ਤਾਂ ਏ, ਤਾਂ ਇਹ ਇਸਦਾ ਫਾਰਮੂਲਾ ਹੈ ਜੀ ਏਰੀਆ ਦਾ। ਤਾਂ ਇਹ ਜਿਹੜਾ ਤੁਸੀਂ ਇੱਥੇ ਲਿਖਣਾ ਸੀਗਾ ਜੀ, ਅੰਡਰ ਰੂਟ 3/4 ਇੰਟੂ ਸਾਈਡ ਸਕੁਏਅਰ, ਠੀਕ ਹੈ। ਜਿੰਨਾ ਇੱਥੇ ਏ ਲਿਖਿਆ ਤਾਂ ਇੱਥੇ ਏ ਪਾਉਣਾ ਹੈ, ਜੇ ਇੱਥੇ ਐਕਸ ਲਿਖਿਆ ਤਾਂ ਇੱਥੇ ਐਕਸ ਸਕੁਏਅਰ ਪਾਉਣਾ ਹੈ, ਜੇ ਇੱਥੇ ਵਾਈ ਲਿਖਿਆ ਤਾਂ ਵਾਈ ਸਕੁਏਅਰ ਪਾਉਣਾ ਹੈ। ਜੋ ਵੀ ਤੁਹਾਨੂੰ ਭੁਜਾ ਦਿੱਤੀ ਹੋਈ ਹੈ ਉਹਦਾ ਸਕੇਅਰ ਜਿਹੜਾ ਤੁਸੀਂ ਇੱਥੇ ਲਿਖਣਾ ਹੁੰਦਾ, ਠੀਕ ਹੈ। ਇੱਥੇ ਇੱਥੇ ਜੇਕਰ ਤੁਸੀਂ ਭੁਜਾ ਦਾ ਵਰਗ ਲਿਖੋਗੇ ਤਾਂ ਉਹ ਸਹੀ ਨਹੀਂ ਗਿਣਿਆ ਜਾਏਗਾ। ਸ਼ੰਕੂ ਦਾ ਆਇਤਨ, ਇਹਦਾ ਫਾਰਮੂਲਾ ਜਿਹੜਾ ਤੁਸੀਂ ਯਾਦ ਰੱਖਣਾ, ਆਇਤਨ ਕੀ ਹੁੰਦਾ ਹੈ? ਆਇਤਨ ਕਿੰਨਾ ਕੀ ਕੁਛ ਉਸਦੇ ਵਿੱਚ ਆਪਾਂ ਸਮਾਨ ਪਾ ਸਕਦੇ ਹੈਗੇ ਹਾਂ, ਜਿਵੇਂ ਇੱਕ ਲੀਟਰ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਕਿੰਨਾ, ਕੋਈ ਵੀ ਕੰਟੇਨਰ ਹੈਗਾ ਜਿਹੜਾ ਉਹਦੇ ਵਿੱਚ ਕਿੰਨਾ ਕੁਛ ਪਾ ਸਕਦੇ ਆਪਾਂ, ਜਿਵੇਂ ਦੁੱਧ ਹੈ, ਪਾਣੀ ਹੈ, ਲਿਕੁਇਡ ਜਾਂ ਕੋਈ ਵੀ ਚੀਜ਼ ਜਿਹੜੀ ਹਵਾ ਵੀ ਹੋ ਸਕਦੀ ਹੈ, ਤਾਂ ਕੀ ਕੁਛ ਕਿੰਨਾ ਕਿੰਨੀ ਮਾਤਰਾ ਦੇ ਵਿੱਚ ਪੈ ਸਕਦਾ ਹੈਗਾ ਜਾਂ ਕਿੰਨੀ ਥਾਂ ਘੇਰਦਾ ਹੈਗਾ, ਕਿੰਨਾ ਸਪੇਸ ਘੇਰਦਾ ਹੈਗਾ, ਤਾਂ ਉਸ ਨੂੰ ਆਪਾਂ ਉਹਦਾ ਆਇਤਨ ਜਾਂ ਉਹਦਾ ਵੋਲਿਊਮ ਕਹਿੰਦੇ ਹਾਂ। ਵੋਲਿਊਮ ਵੋਲਿਊਮ ਜਿਹੜਾ ਹੈ ਸ਼ੰਕੂ ਕੋਨ ਨੂੰ ਕਹਿੰਦੇ ਜੀ, ਇੰਗਲਿਸ਼ ਦੇ ਵਿੱਚ ਇਸਦਾ ਨਾਮ ਕੋਨ ਹੈ। ਅਤੇ ਇਸ ਤੋਂ ਪਹਿਲਾਂ ਜਿਹੜਾ ਸੰਭੁਜੀ ਤ੍ਰਿਭੁਜ ਆਪਾਂ ਨੇ ਪੜ੍ਹਿਆ ਸੀਗਾ, ਸੰਭੁਜੀ ਤ੍ਰਿਕੋਣ ਦੇ ਵਿੱਚ ਜਿਹੜਾ ਹੈ ਇਸਨੂੰ ਆਪਾਂ ਇਕੁਲੇਟਰਲ ਟ੍ਰਾਇੰਗਲ ਕਹਿੰਦੇ ਹਾਂ ਜੀ, ਠੀਕ ਹੈ। ਇੰਗਲਿਸ਼ ਮੀਡੀਅਮ ਵਾਲੇ ਵਿਦਿਆਰਥੀ ਇਸ ਨੂੰ ਨੋਟ ਕਰ ਲੈਣ, ਇਕੁਲੇਟਰਲ ਟ੍ਰਾਇੰਗਲ। ਤਾਂ ਵਾਪਸ ਆਪਾਂ ਸ਼ੰਕੂ ਵਾਲੀ ਗੱਲ 'ਤੇ ਆਉਂਦੇ ਹਾਂ, ਸ਼ੰਕੂ ਦਾ ਆਇਤਨ ਦਾ ਫਾਰਮੂਲਾ ਜਿਹੜਾ ਉਹ ਹੈਗਾ 1/3 ਪਾਈ ਆਰ ਸਕੇਅਰ ਐਚ, ਠੀਕ ਹੈ। ਅਤੇ ਇਸ ਦੀ ਸ਼ੇਪ ਜਿਹੜੀ ਹੈਗੀ ਤੁਹਾਨੂੰ ਮੈਂ ਇੱਥੇ ਡਰਾਅ ਕਰਕੇ ਦਿਖਾ ਦਿੰਦਾ ਕਿਸ ਤਰ੍ਹਾਂ ਦਾ ਹੁੰਦਾ। ਤਾਂ ਇਹ ਥੱਲੇ ਜਿਹੜਾ ਹੈ ਇਹ ਸਰਕੂਲਰ ਹੁੰਦਾ, ਅਤੇ ਸੋਰੀ ਥੋੜ੍ਹਾ ਉੱਧਰ ਜ਼ਿਆਦਾ ਚਲਾ ਗਿਆ, ਠੀਕ ਹੈ। ਤਾਂ ਇਸ ਤਰੀਕੇ ਦੀ ਜਿਹੜੀ ਸ਼ੇਪ ਹੈਗੀ ਤੁਹਾਡੇ ਕੋਲ, ਦੁਬਾਰਾ ਡਰਾਅ ਕਰਦੇ, ਠੀਕ ਹੈ। ਅਤੇ ਇਹ ਨੀਚੇ ਜਿਹੜਾ ਬੇਸ ਹੈਗਾ ਇਹਦਾ, ਇਹ ਸਰਕਲ ਹੁੰਦਾ, ਠੀਕ ਹੈ। ਅਤੇ ਬਾਕੀ ਜਿਹੜਾ ਇਹ ਤਿੱਖਾ ਹੈਗਾ, ਅਤੇ ਕਵਰ ਹੈਗਾ ਜੀ ਇਹਦਾ, ਮਤਲਬ ਰਾਊਂਡ ਜਿਹੜਾ ਹੈਗਾ, ਠੀਕ ਹੈ। ਕਿਸ ਤਰ੍ਹਾਂ ਕੋਈ ਇਗਜ਼ਾਮਪਲ ਜਿਹੜੀ ਹੈਗੀ, ਬਰਥਡੇ ਕੈਪ ਜਿਹੜੀ ਜਿਵੇਂ ਹੈਗੀ ਹੈ, ਆਈਸਕ੍ਰੀਮ ਦਾ ਕੋਨ ਹੈਗਾ, ਠੀਕ ਹੈ। ਤਾਂ ਇਸ ਤਰ੍ਹਾਂ ਹੈਗਾ। ਤਾਂ ਸ਼ੰਕੂ ਦਾ ਆਇਤਨ ਜਿਹੜਾ ਹੈਗਾ 1/3 ਪਾਈ ਆਰ ਸਕੇਅਰ ਐਚ ਹੁੰਦਾ। ਆਰ ਕੀ ਹੈਗਾ ਜੀ? ਆਰ ਜਿਹੜਾ ਆਧਾਰ ਦਾ ਅਰਧ ਵਿਆਸ ਹੈਗਾ, ਰੇਡੀਅਸ ਆਫ ਦਾ ਬੇਸ ਹੈਗਾ, ਆ ਆਰ ਹੈਗਾ। ਅਤੇ ਹਾਈਟ ਕੀ ਹੈਗੀ ਹੈ? ਹਾਈਟ ਆਹ ਵਾਲੀ ਜਿਹੜੀ ਬੇਸ ਸੈਂਟਰ ਤੋਂ ਜਿਹੜਾ ਇਹਦਾ ਵਰਟੈਕਸ ਹੈਗਾ ਇਹ ਤੱਕ ਕਿੰਨੀ ਉਚਾਈ ਹੈਗੀ ਹੈ? ਦੈਟ ਇਜ਼ ਐਚ, ਠੀਕ ਹੈ। 1/3 ਪਾਈ ਆਰ ਸਕੇਅਰ ਐਚ, ਕਾਣੀ ਕਾਈਆਂ ਹੁੰਦਾ ਜੀ। ਆਹ ਪਹਿਲਾ ਜਿਹੜਾ ਜਵਾਬ ਹੈਗਾ ਇਹਦਾ ਆਹ ਸਹੀ ਹੈਗਾ। ਅਤੇ ਪਾਈ ਆਰ ਸਕੇਅਰ ਐਚ ਕੀ ਦਾ ਫਾਰਮੂਲਾ ਹੁੰਦਾ? ਤਾਂ ਇਹ ਸਿਲੰਡਰ ਦਾ ਫਾਰਮੂਲਾ ਹੁੰਦਾ, ਵੇਲਣ ਦਾ ਫਾਰਮੂਲਾ ਹੁੰਦਾ ਜੀ, ਵੇਲਣ ਦਾ ਆਇਤਨ, ਠੀਕ ਹੈ। ਸਿਲੰਡਰ ਦਾ ਆਇਤਨ, ਸਿਲੰਡਰ ਦਾ ਵੋਲਿਊਮ, ਠੀਕ ਹੈ, ਯਾਦ ਰੱਖਣਾ। ਕਣ ਦੀ ਕੁੱਲ ਸਤਹ ਦਾ ਖੇਤਰਫਲ, ਕਣ ਕੀ ਹੈਗਾ? ਤਾਂ ਜਿਹੜਾ ਸ਼ਤਰੰਜ, ਸੋਰੀ, ਲੂਡੋ ਖੇਡਣ ਵਾਲਾ ਜਿਹੜਾ ਪਾਸਾ ਹੈਗਾ ਤੁਹਾਡੇ ਕੋਲ, ਲੂਡੋ ਕੀ ਕਹਿੰਦੇ, ਸੱਪ ਪੌੜੀ ਵਾਲਾ ਖੇਡ ਜਿਹੜੀ ਹੈਗੀ ਹੈ, ਉਹਦੇ ਵਿੱਚ ਜਿਹੜਾ 1 ਤੋਂ ਲੈ ਕੇ 6 ਤੱਕ ਖੇਡਣ ਵਾਲਾ ਬਣਾ ਦਿੰਦੇ ਹਾਂ, ਚਲੋ। ਤਾਂ ਕੁਛ ਇਸ ਤਰ੍ਹਾਂ ਦਾ ਜਿਹੜਾ ਤੁਹਾਡੇ ਕੋਲ ਬਣਿਆ ਹੁੰਦਾ ਹੈ, ਜਿਹਦੇ 'ਚ ਨੰਬਰ ਲਿਖੇ ਹੁੰਦੇ 1, 2, ਠੀਕ ਹੈ, ਇੱਥੇ ਜਿਹੜਾ ਹੋ ਸਕਦਾ 3 ਹੋਣ, ਠੀਕ ਹੈ, ਇਸ ਤਰੀਕੇ ਨਾਲ ਇਹ ਬਣਿਆ ਹੁੰਦਾ। ਤਾਂ ਇਸ ਨੂੰ ਆਪਾਂ ਹਿਲਾ ਕੇ ਰੈਂਡਮਲੀ ਜਿਹੜਾ ਸੁੱਟਦੇ ਹੈਗੇ ਹਾਂ, ਤਾਂ ਇਹਦੇ 'ਚ ਜੋ ਪਾਸਾ ਉੱਪਰ ਆਉਂਦਾ ਹੈਗਾ ਤਾਂ ਟੋਪਿਕ ਤੋਂ ਭਟਕ ਗਏ। ਇਹਦੀ ਆਕ੍ਰਿਤੀ ਜਿਹੜੀ ਹੈਗੀ ਹੈ ਉਹ ਕਣ ਹੈਗੀ ਹੈ, ਅਤੇ ਕਣ ਦਾ ਜਿਹੜਾ ਖੇਤਰਫਲ ਹੈਗਾ ਉਹ ਏ ਕਿਊਬ ਜਾਂ ਇਸਦੀ ਭੁਜਾ ਦਾ ਕਿਊਬ ਹੁੰਦਾ ਜੀ, ਭੁਜਾ ਜਾਂ ਸਾਈਡ ਦਾ ਕਿਊਬ ਪਾਵਰ 3, ਠੀਕ ਹੈ। ਕਣ ਦੀ ਸਤਹ, ਕੁੱਲ ਸਤਹ ਦਾ ਖੇਤਰਫਲ ਗਲਤ ਹੋ ਗਿਆ ਜੀ, ਇਹ 1, ਇਹਦੇ 'ਚ 6 ਪਾਸੇ ਹੁੰਦੇ ਹੈ,
ਤੇ 6 ਪਾਸੇ ਇੱਕ ਪਾਸਾ ਜਿਹੜਾ ਹੈ ਉਹ ਇੱਕ ਵਰਗ ਹੁੰਦਾ ਹੈ। ਵਰਗ ਜਿਹੜਾ ਹੈ ਉਹ ਤੁਹਾਡੇ ਕੋਲੇ ਪੂਜਾ ਦਾ ਵਰਗ ਹੁੰਦਾ ਹੈ ਇਹ ਖੇਤਰਫਲੇ ਦਾ, ਤੇ ਇਸ ਤਰ੍ਹਾਂ ਦੇ 6 ਪਾਸੇ ਹੁੰਦੇ ਤਾਂ ਇਹਦਾ ਜਿਹੜਾ ਫਾਰਮੂਲਾ ਬਣੇਗਾ 6 ਗੁਣਾ ਪੂਜਾ ਦਾ ਵਰਗ ਬਣੇਗਾ ਜੀ, ਕੁੱਲ ਸਤ੍ਹਾ ਦਾ ਖੇਤਰਫਲ। ਸਤ੍ਹਾ ਦਾ ਖੇਤਰਫਲ ਪੁੱਛਿਆ ਜੀ ਇਸਨੇ, 6 ਫਲਕ ਹੁੰਦੇ ਇਹਦੇ ਤੇ ਇੱਕ ਫਲਕ ਦਾ ਖੇਤਰਫਲ ਪੂਜਾ ਦਾ ਵਰਗ, ਤੇ 6ਵਾਂ ਦਾ ਖੇਤਰਫਲ ਜਿਹੜਾ ਉਹ 6 ਗੁਣਾ ਪੂਜਾ ਦਾ ਵਰਗ ਹੋ ਗਿਆ। ਠੀਕ ਹੈ, ਤਾਂ ਇਹ ਜਵਾਬ ਰਹੇਗਾ। ਜੇ ਗੋਲੇ ਦਾ ਅਰਧ ਵਿਆਸ 21 ਸੈਂਟੀਮੀਟਰ ਹੋਵੇ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਕਿੰਨਾ ਹੋਵੇਗਾ? ਜੇ ਗੋਲੇ ਦਾ ਅਰਧ ਵਿਆਸ 21 ਸੈਂਟੀਮੀਟਰ ਹੈ ਤਾਂ ਅਰਧ ਵਿਆਸ ਤਾਂ ਕੁੱਲ ਸਤ੍ਹਾ ਦਾ ਖੇਤਰਫਲ, ਪਹਿਲੇ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਜਿਹੜਾ ਤੁਸੀਂ ਉਹ ਨੋਟ ਕਰ ਸਕਦੇ ਹੋ। ਤਾਂ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੁੰਦਾ ਜੀ 4πr², ਤੇ ਇਹ ਤੁਹਾਨੂੰ ਦਿੱਤਾ ਹੋਇਆ, ਇਹ ਪਤਾ ਕਰਨਾ ਹੈ। ਤੇ ਇਹ ਦਿੱਤਾ ਹੋਇਆ ਕਿ ਅਰਧ ਵਿਆਸ 21 ਸੈਂਟੀਮੀਟਰ ਹੈ, ਮਤਲਬ ਆਰ ਜਿਹੜਾ ਉਹ 21 ਦਿੱਤਾ ਹੋਇਆ, ਤਾਂ ਇਸ ਨੂੰ ਤੁਸੀਂ ਕੈਲਕੂਲੇਟ ਕਰੋਗੇ 4π(21²). ਠੀਕ ਹੈ, ਤਾਂ ਇਹ ਤੁਹਾਡੇ ਕੋਲ ਕਿੰਨਾ ਬਣਦਾ ਹੈਗਾ ਤਾਂ ਤੁਸੀਂ ਇਸ ਨੂੰ ਦੇਖ ਲਓ। ਆਹ ਤੁਹਾਨੂੰ 21 ਦੇਣ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਪਾਈ ਦੀ ਥਾਂ 'ਤੇ 2/7 ਭਰਨਾ ਹੈਗਾ। ਠੀਕ ਹੈ, ਕਿਉਂਕਿ 2/7 ਦੇ ਵਿੱਚ ਜਿਹੜਾ ਉਹ 21 ਕੱਟਿਆ ਜਾਏਗਾ 7 ਨਾਲ, ਤਾਂ 21 ਗੁਣਾ 21 ਗੁਣਾ 21, ਤਾਂ ਇੱਥੇ 1 ਕੱਟ ਦਿਓ ਅਤੇ ਬਾਕੀ ਨੂੰ ਇਹਨੂੰ ਗੁਣਾ ਕਰਕੇ ਜਿਹੜਾ ਤੁਸੀਂ ਇੱਥੇ ਲਿਖ ਦੇਣਾ ਹੈਗਾ। ਮੈਂ ਤੁਹਾਡੇ ਲਈ ਛੱਡਦਾ ਇਹਨੂੰ। ਜੇ ਇੱਕ ਸਿਲੰਡਰ ਦਾ ਵਿਆਸ 28 ਸੈਂਟੀਮੀਟਰ ਅਤੇ ਉੱਚਾਈ 20 ਸੈਂਟੀਮੀਟਰ ਹੋਵੇ ਤਾਂ ਇਸਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ। ਵਕਰ ਸਤ੍ਹਾ, ਤਾਂ ਵਕਰ ਸਤ੍ਹਾ ਜਿਹੜੀ ਹੈਗੀ ਹੈ ਜੀ ਉਹ ਤੁਹਾਡੇ ਕੋਲ ਹੋਏਗੀ 2πr². ਵਕਰ ਸਤ੍ਹਾ, ਵੇਲਣ ਦੀ ਵਕਰ ਸਤ੍ਹਾ, ਸਿਲੰਡਰ ਵੇਲਣ ਹੁੰਦਾ ਤਾਂ ਵੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਹੈ 2πr². ਠੀਕ ਹੈ, ਫਾਰਮੂਲੇ ਜਿਹੜੇ ਉਹ ਧਿਆਨ ਨਾਲ ਨੋਟ ਕਰ ਲੈਣੇ ਹੈਗੇ ਕਿ ਇਹਦਾ ਫਾਰਮੂਲਾ ਕਿਸ ਦਾ ਹੈਗਾ। ਤਾਂ ਸਿਲੰਡਰ ਦੀ ਵਕਰ ਸਤ੍ਹਾ ਜਿਹੜੀ ਹੈ ਉਹ 2πr² ਹੈ, ਤਾਂ 2 ਗੁਣਾ π, ਅਤੇ ਆਰ ਕਿੰਨਾ ਦਿੱਤਾ ਹੋਇਆ, ਵਿਆਸ ਤੁਹਾਨੂੰ 28 ਦਿੱਤਾ ਹੋਇਆ, ਵਿਆਸ 28 ਦਿੱਤਾ ਹੋਇਆ, ਤਾਂ 28 ਦਾ ਅੱਧਾ ਕਰ ਦਿਓਗੇ ਤਾਂ ਅਰਧ ਵਿਆਸ ਹੋ ਜਾਏਗਾ 28 ਦਾ ਅੱਧਾ ਜਿਹੜਾ 14 ਹੁੰਦਾ, ਅਤੇ ਉੱਚਾਈ ਜਿਹੜੀ ਹੈ ਉਹ 20 ਸੈਂਟੀਮੀਟਰ ਦਿੱਤੀ ਹੋਈ, ਤਾਂ 20 ਨਾਲ ਇਹਨੂੰ ਗੁਣਾ ਕਰ ਦੇਣਾ ਅਤੇ ਇਹਨੂੰ ਹੱਲ ਕਰ ਦੇਣਾ ਜੀ। ਇਹਨੂੰ ਤੁਸੀਂ ਆ ਪਾਈ ਜਿਹੜੇ ਨਾਲ ਲੱਗੇ ਰਹਿਣ ਦਿਓ, ਕੋਈ ਦਿੱਕਤ ਨਹੀਂ ਹੈਗੀ, ਅਤੇ ਬਾਕੀ ਦਾ ਗੁਣਾ ਕਰ ਦਿਓ। ਚਲੋ 2 × 2 = 4 ਤਾਂ 40 ਆ ਹੋ ਗਿਆ ਜੀ ਤੁਹਾਡੇ ਕੋਲ 2 × 20, ਅਤੇ 14 ਨਾਲ ਹੋਰ ਗੁਣਾ ਕਰਨਾ ਹੈ ਤਾਂ 560π ਹੋ ਗਿਆ ਜੀ ਇਹਦਾ ਜਵਾਬ। ਠੀਕ ਹੈ, 560π। ਇਸ ਤੋਂ ਅੱਗੇ ਹੈ ਖਾਲੀ ਸਥਾਨ ਭਰੋ। ਇੱਕ ਸਿੱਕੇ ਨੂੰ ਸੁੱਟਣ 'ਤੇ ਚਿੱਤ ਆਉਣ ਦੀ ਸੰਭਾਵਨਾ 1/3 ਹੈ, ਤਾਂ ਇੱਕ ਸਿੱਕੇ ਨੂੰ ਜਦੋਂ ਸੁੱਟਦੇ ਹਾਂ ਤਾਂ ਜਾਂ ਤਾਂ ਹੈੱਡ ਆਏਗਾ ਜਾਂ ਟੇਲ ਆਏਗਾ, ਤਾਂ ਦੋਨਾਂ ਦੀ ਸੰਭਾਵਨਾ ਜਿਹੜੀ ਹੈ ਉਹ 1/2 1/2 ਹੁੰਦੀ ਹੈ, ਇਸ ਕਰਕੇ ਆਹ ਵਾਲਾ ਗਲਤ ਹੈ ਜੀ। ਠੀਕ ਹੈ, y+y² + 4 ਇੱਕ 3 ਘਾਤੀ ਬਹੁਪਦ ਹੈ, 3 ਘਾਤੀ ਬਹੁਪਦ ਹੈ, ਤਾਂ ਇਹਦੇ 'ਚ ਤੁਸੀਂ ਚੱਲ ਦੇਖਣਾ ਹੈਗਾ ਕਿਹੜਾ ਹੈਗਾ, ਚੱਲ ਤੁਹਾਡੇ ਕੋਲ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ ਕਿ y ਹੈਗਾ, ਵੇਰੀਏਬਲ ਕਿਹੜਾ ਹੈਗਾ y ਹੈਗਾ, ਅਤੇ y ਜਿਹੜਾ ਹੈ ਇਹਦੇ 'ਚ ਵੱਧ ਤੋਂ ਵੱਧ ਪਾਵਰ ਕਿੰਨੀ ਆ ਰਹੀ ਹੈ ਤੁਹਾਡੇ ਕੋਲ, ਤਾਂ 2 ਆ ਰਹੀ ਹੈ ਜੀ, ਵੱਧ ਤੋਂ ਵੱਧ ਪਾਵਰ 2 ਆ ਰਹੀ ਹੈ, ਅਤੇ ਇਹਦਾ ਮਤਲਬ ਇੱਕ 3 ਘਾਤੀ ਨਹੀਂ 2 ਘਾਤੀ ਬਹੁਪਦ ਹੈ ਜੀ, ਇਹ 3 ਦੀ ਥਾਂ 'ਤੇ 2 ਘਾਤੀ ਬਹੁਪਦ ਹੈ, ਤਾਂ ਇਸ ਕਰਕੇ ਆ ਕਥਨ ਜਿਹੜਾ ਗਲਤ ਹੈਗਾ ਜੀ, ਆਹ ਗਲਤ ਆਪਸ਼ਨ ਲੱਗੇਗਾ। ਬਹੁਪਦ ਦੀ 0-D/C ਹੈ, ਤਾਂ 0 ਪਹਿਲਾਂ ਹੁੰਦਾ ਕੀ ਹੈ ਉਹ ਦੇਖ ਲਈਏ, ਤਾਂ ਕਿਸੇ ਵੀ ਬਹੁਪਦ ਦੀ 0 ਪਤਾ ਕਰਨ ਦੇ ਲਈ ਕੀ ਕਰਨਾ ਹੈ, ਉਸ ਬਹੁਪਦ ਨੂੰ 0 ਕਰਨਾ ਹੈ ਅਤੇ ਚੱਲ ਦਾ ਮਾਨ ਪਤਾ ਕਰਨਾ ਹੈ, ਤਾਂ ਚੱਲ ਜਿਹੜਾ ਉਹ ਇਹਦੇ 'ਚ ਜਿਹੜਾ ਉਹ y ਹੈਗਾ, ਇਸ ਨੂੰ ਆਪਾਂ 0 ਕਰਦੇ ਹਾਂ। ਠੀਕ ਹੈ, CY+D = 0, ਤਾਂ y ਦਾ ਮਾਨ ਇੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ y ਇਹਦੇ 'ਚ ਜਿਹੜਾ ਹੈ ਉਹ -D/C ਬਣ ਜਾਂਦਾ ਹੈ। ਇਸ ਨੂੰ ਇਹ ਪਹਿਲਾਂ ਇੱਧਰ ਕਰਾਂਗੇ -D, ਆ CY ਰਹਿ ਜਾਏਗਾ, CY = -D, ਅਤੇ ਸੀ ਨਾਲ ਭਾਗ ਕਰਾਂਗੇ ਤਾਂ -D/C, ਤਾਂ ਇਹ ਜਿਹੜਾ ਜਵਾਬ ਸਹੀ ਹੈਗਾ, ਆ ਸਹੀ ਆਪਸ਼ਨ ਲਗਾਉਣਾ ਹੈਗਾ। ਨੈਕਸਟ, ਬਹੁਪਦ ਜਿਸ ਦੇ 2 ਪਦ ਹੋਣ ਨੂੰ 2-ਪਦੀ ਬਹੁਪਦ ਕਿਹਾ ਜਾਂਦਾ ਹੈ, ਜਿਸ ਦੇ 2 ਪਦ ਹੋਣ ਉਸਨੂੰ 2-ਪਦੀ ਕਿਹਾ ਜਾਂਦਾ ਹੈ। ਬਿਲਕੁਲ ਠੀਕ ਹੈ ਜੀ, 2 ਟਰਮਸ ਹੋਣ, ਜਿਹਦੀਆਂ 2 ਟਰਮਸ ਹੋਣ ਉਸਨੂੰ ਬਾਈਨੋਮੀਅਲ ਕਿਹਾ ਜਾਂਦਾ ਹੈਗਾ, ਤਾਂ ਸਹੀ ਹੈ ਜੀ, ਸਹੀ ਹੈ। ਤ੍ਰਿਭੁਜ ਦੀਆਂ 2 ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਧ ਹੁੰਦਾ ਹੈ, ਬਿਲਕੁਲ ਜੀ, ਤ੍ਰਿਭੁਜ ਦੀਆਂ 2 ਭੁਜਾਵਾਂ ਦਾ ਜੋੜ ਹਮੇਸ਼ਾ ਤੀਸਰੀ ਭੁਜਾ ਤੋਂ ਵੱਧ ਹੁੰਦਾ ਹੈ, ਤਾਂ ਇਹ ਵੀ ਜਿਹੜਾ ਸਹੀ ਜਵਾਬ ਹੈ ਜੀ। RH ਸਰਬੰਗ ਸਮਤਾ ਨਿਯਮ ਨੂੰ ਰਾਈਟ ਐਂਗਲ ਹਾਈਪੋਟੇਨਿਊਸ ਸਾਈਡ ਨਿਯਮ ਕਹਿੰਦੇ ਹਨ, ਬਿਲਕੁਲ ਸਹੀ ਹੈ ਜੀ ਇਹ, ਰਾਈਟ। ਜੇ ਤ੍ਰਿਭੁਜ
ਦੀਆਂ ਪੂਜਾਵਾਂ ਬਰਾਬਰ ਨਾ ਹੋਣ ਤਾਂ ਵੱਡੀ ਪੂਜਾ ਦੇ ਸਾਹਮਣੇ ਕੌਣ ਵੱਡਾ ਹੁੰਦਾ ਹੈ। ਬਿਲਕੁਲ ਠੀਕ ਹੈ ਜੀ, ਵੱਡੀ ਪੂਜਾ ਦੇ ਸਾਹਮਣੇ ਕੋਈ ਵੀ ਤਿਕੋਣ ਆਪਾਂ ਬਣਾ ਕੇ ਦੇਖ ਲਈਏ, ਜਿਵੇਂ ਦੇਖੋ ਆਹ ਵਾਲਾ ਹੈਗਾ, ਤਾਂ ਇਹਦੇ ਵਿੱਚ ਆਹ ਵਾਲੀ ਜਿਹੜੀ ਪੂਜਾ ਹੈਗੀ ਹੈ ਸਭ ਤੋਂ ਵੱਡੀ ਪੂਜਾ ਹੈਗੀ ਹੈ। ਇਸ ਦੇ ਸਾਹਮਣੇ ਵਾਲਾ ਕੌਣ ਵੀ ਤੁਸੀਂ ਦੇਖ ਰਹੇ ਹੋ ਕਿ 90 ਡਿਗਰੀ ਦੇ ਲਗਭਗ ਜਿਹੜਾ ਨਜ਼ਰ ਆ ਰਿਹਾ ਹੈਗਾ, ਅਤੇ ਬਾਕੀ ਦੇ ਕੌਣ ਦੋਨੇ ਨਿਊਨ ਕੌਣ ਨਜ਼ਰ ਆ ਰਹੇ ਹੈਗੇ, ਤਾਂ ਵੱਡੀ ਪੂਜਾ ਦੇ ਸਾਹਮਣੇ ਵਾਲਾ ਕੌਣ ਵੱਡਾ ਹੁੰਦਾ ਹੈਗਾ। ਸਹੀ ਹੈ, ਸਮ ਦੋ ਪੁਜੀ ਤਿਕੋਣ ਦੇ ਸਾਰੇ ਕੌਣ ਬਰਾਬਰ ਹੁੰਦੇ ਹਨ। ਸਮ ਦੋ ਪੁਜੀ, ਦੋ ਪੂਜਾਵਾਂ ਬਰਾਬਰ ਨੇ, ਤਾਂ ਇਹਦੇ ਵਿੱਚ ਜਿਹੜਾ ਤੁਹਾਡੇ ਕੋਲ ਕੀ ਦਿੱਤਾ ਹੈ, ਦੋ ਪੂਜਾਵਾਂ ਬਰਾਬਰ ਦਿੱਤੀਆਂ ਹੋਈਆਂ। ਤਾਂ ਜਿਹੜੀਆਂ ਦੋ ਪੂਜਾਵਾਂ, ਮੰਨ ਲਓ ਇਹ ਦੋ ਪੂਜਾਵਾਂ ਤੁਹਾਡੇ ਕੋਲ ਬਰਾਬਰ ਹੈਗੀਆਂ, ਤੀਸਰੀ ਪੂਜਾ ਜਿਹੜੀ ਕੋਈ ਇਸ ਤੋਂ ਅਲੱਗ ਹੈਗੀ ਹੈ, ਮਤਲਬ ਇਹਦੇ ਬਰਾਬਰ ਨਹੀਂ ਹੈਗੀ ਇਹਨਾਂ ਦੇ, ਤਾਂ ਜਿਹੜੀਆਂ ਬਰਾਬਰ ਪੂਜਾਵਾਂ ਨੇ ਉਹਨਾਂ ਦੇ ਸਾਹਮਣੇ ਵਾਲੇ ਕੌਣ ਬਰਾਬਰ ਹੁੰਦੇ ਆ, ਤਾਂ ਇਸ ਪੂਜਾ ਦੇ ਬਰਾਬਰ ਕੌਣ ਜਿਹੜਾ ਹੈ, ਇਸ ਪੂਜਾ ਆਹ ਵਾਲੀ ਪੂਜਾ ਦੇ ਸਾਹਮਣੇ ਕੌਣ ਜਿਹੜਾ ਉਹ ਆਹ ਵਾਲਾ ਕੌਣ ਹੈ, ਅਤੇ ਇਸ ਪੂਜਾ ਦੇ ਸਾਹਮਣੇ ਕੌਣ ਜਿਹੜਾ ਉਹ ਆਹ ਵਾਲਾ ਕੌਣ ਹੈ, ਤਾਂ ਇਸ ਕਰਕੇ ਜਿਹੜਾ ਇਹ ਵੀ ਬਰਾਬਰ ਹੋਣਗੇ। ਤਾਂ ਸਮ ਦੋ ਪੁਜੀ ਤਿਕੋਣ ਦੇ ਸਾਰੇ ਕੌਣ ਬਰਾਬਰ ਹੁੰਦੇ ਹਨ, ਦੋ ਹੀ ਕੌਣ ਬਰਾਬਰ ਹੁੰਦੇ ਆ, ਜੇ ਤੀਸਰਾ ਜਿਹੜਾ ਉਹ ਛੋਟਾ ਹੋ ਜਾਂਦਾ ਹੈ, ਠੀਕ ਹੈ। ਤਾਂ ਇਹ ਗਲਤ ਕਥਨ ਹੈ ਜੀ, ਸਾਰੇ ਨਹੀਂ ਬਰਾਬਰ ਹੁੰਦੇ, ਸਿਰਫ ਦੋ ਹੀ ਬਰਾਬਰ ਹੁੰਦੇ ਆ। ਅਤੇ ਕਿਹੜੇ ਹੁੰਦੇ ਬਰਾਬਰ ਪੂਜਾਵਾਂ ਦੇ ਸਨਮੁੱਖ ਕੌਣ ਬਰਾਬਰ ਹੁੰਦੇ ਹਨ, ਬਰਾਬਰ ਪੂਜਾਵਾਂ ਦੇ ਸਨਮੁੱਖ ਕੌਣ, ਮਤਲਬ ਸਾਹਮਣੇ ਵਾਲੇ ਕੌਣ ਬਰਾਬਰ ਹੁੰਦੇ ਹਨ, ਠੀਕ ਹੈ। ਤਾਂ ਇਹ ਕਥਨ ਗਲਤ ਹੈ। ਅੱਗੇ ਦੇਖਦੇ ਹਾਂ ਜੀ, 0.7 ਨੂੰ ਪੀ ਬਟਾ ਕਿਊ ਦੇ ਰੂਪ ਵਿੱਚ ਦਰਸਾਓ, ਜਿੱਥੇ ਪੀ ਕਿਊ ਸੰਪੂਰਨ ਸੰਖਿਆਵਾਂ ਹਨ ਅਤੇ ਕਿਊ ਜਿਹੜਾ ਉਹ ਗੈਰ ਸਿਫਰ ਹੈ। ਤਾਂ 0.7 ਨੂੰ ਤੁਸੀਂ ਕਿਵੇਂ ਲਿਖ ਸਕਦੇ ਹੋ, 0.7 ਜਿਹੜਾ ਹੈ ਤੁਸੀਂ ਇਸਨੂੰ 0.7 ਬਟਾ ਪੁਆਇੰਟ ਦੀ ਥਾਂ 'ਤੇ ਏਕਾ ਲਗਾਉਣਾ, ਤੁਸੀਂ ਪੁਆਇੰਟ ਤੋਂ ਬਾਅਦ ਕਿੰਨੇ ਅੰਕ ਹੈਗੇ ਆ, ਡਿਜਿਟਸ ਹੈਗੇ ਆ, ਇੱਕ ਡਿਜਿਟ ਹੀ ਹੈਗਾ 7, ਤਾਂ ਠੀਕ ਹੈ, ਇਹਦੀ ਥਾਂ 'ਤੇ ਜਿੰਨੇ ਡਿਜਿਟਸ ਹੈਗੇ ਆ ਪੁਆਇੰਟ ਤੋਂ ਬਾਅਦ ਉਨੀਆਂ ਸਿਫਰਾਂ ਜਿਹੜੀਆਂ ਜ਼ੀਰੋਜ਼ ਲਗਾਉਣੀਆਂ ਤੁਸੀਂ, ਤਾਂ ਆਹ ਤੁਹਾਡੇ ਕੋਲ ਹੋ ਗਿਆ ਜੀ 7/10। ਤਾਂ ਇਸ ਦਾ ਪੁਆਇੰਟ 7 ਦਾ ਪੀ ਬਟਾ ਕਿਊ ਰੂਪ 7/10 ਹੋਵੇਗਾ ਜੀ, ਇਹਦਾ ਜਵਾਬ 7/10 ਹੈ। ਕੇ ਦਾ ਮੁੱਲ ਪਤਾ ਕਰੋ, ਜੇਕਰ ਪੀ ਬਰਾਬਰ ਸੋਰੀ ਐਕਸ ਬਰਾਬਰ 3 ਅਤੇ ਵਾਈ ਬਰਾਬਰ 2 ਸਮੀਕਰਨ ਦਾ ਇੱਕ ਹੱਲ ਹੈ। ਹੁਣ ਦੇਖੋ ਸਮੀਕਰਨ ਦਾ ਇੱਕ ਹੱਲ ਹੈਗਾ, ਕੀ ਹੈਗਾ ਹੱਲ, ਐਕਸ ਬਰਾਬਰ 3 ਅਤੇ ਵਾਈ ਬਰਾਬਰ 2, ਤਾਂ ਇਹ ਜੇਕਰ ਹੱਲ ਹੈਗਾ ਤਾਂ ਇਸ ਸਮੀਕਰਨ ਨੂੰ ਇਹ ਦੋਨੇ ਮੁੱਲ ਜਿਹੜੇ ਉਹ ਸੰਤੁਸ਼ਟ ਕਰਨਗੇ। ਤਾਂ ਤੁਸੀਂ ਇਹਦੇ 'ਚ ਰੱਖ ਕੇ ਦੇਖੋ, 3 ਗੁਣਾ ਐਕਸ ਦਾ ਮਾਨ ਜਿਹੜਾ ਉਹ ਕਿੰਨਾ ਰੱਖਣਾ ਹੈ, ਤੁਸੀਂ 3 ਰੱਖਣਾ ਹੈ, ਠੀਕ ਹੈ, ਇੱਥੇ ਇਸ ਐਕਸ ਦੀ ਥਾਂ 'ਤੇ 3 ਰੱਖਣਾ ਹੈ, ਇਸ ਐਕਸ ਦੀ ਥਾਂ 'ਤੇ 3 ਰੱਖਣਾ ਹੈ, ਪਲੱਸ 2 ਗੁਣਾ ਵਾਈ, ਵਾਈ ਦਾ ਮਾਨ 2 ਰੱਖਣਾ ਹੈ, ਤਾਂ 2 ਗੁਣਾ 2 ਹੋ ਜਾਏਗਾ ਜੀ ਤੁਹਾਡੇ ਕੋਲ, ਅਤੇ ਇਹ ਬਰਾਬਰ ਕੇ ਦੇ ਹੈਗਾ ਸੀ। ਹੁਣ ਇਹਨੂੰ ਸਿੰਪਲੀਫਾਈ ਕਰੋ, ਤੁਸੀਂ ਦੇਖੋ ਕੇ ਕਿੰਨਾ ਹੁੰਦਾ, ਆਹ 3 3 9 ਹੋ ਗਿਆ, ਆਹ 2 2 4 ਹੋ ਗਿਆ, 9 ਅਤੇ 4 ਜਿਹੜਾ ਉਹ 13 ਹੁੰਦਾ ਹੈ, ਤਾਂ ਕੇ ਦਾ ਮਾਨ ਜਿਹੜਾ ਉਹ 13 ਹੋਏਗਾ ਜੀ, ਠੀਕ ਹੈ। ਅੱਗੇ ਚਿੱਤਰ ਪੀ ਕਿਊ ਆਰ, ਪੀ ਕਿਊ ਆਰ ਅਤੇ ਪੀ ਆਰ ਕਿਊ ਬਰਾਬਰ ਹਨ, ਪੀ ਕਿਊ ਆਰ ਅਤੇ ਪੀ ਆਰ ਕਿਊ, ਮਤਲਬ ਆਹ ਵਾਲਾ ਕੌਣ ਅਤੇ ਆਹ ਵਾਲਾ ਕੌਣ, 2 ਕੌਣ ਬਰਾਬਰ ਦਿੱਤੇ ਹੋਏ ਜੀ ਆਪਾਂ ਨੂੰ, ਤਾਂ ਸਿੱਧ ਕਰੋ ਕਿ ਪੀ ਕਿਊ ਐੱਸ ਅਤੇ ਪੀ ਆਰ ਟੀ ਬਰਾਬਰ ਹੈਗੇ। ਪੀ ਕਿਊ ਐੱਸ ਆਹ ਵਾਲਾ ਕੌਣ ਹੈਗਾ ਜੀ, ਅਤੇ ਪੀ ਆਰ ਟੀ ਆਹ ਬਾਹਰ ਵਾਲਾ ਕੌਣ ਹੈਗਾ, ਦੋਨੇ ਬਾਹਰ ਵਾਲੇ ਕੌਣ ਵੀ ਬਰਾਬਰ ਹੋਣਗੇ ਜੇਕਰ ਅੰਦਰੂਨੀ ਕੌਣ ਬਰਾਬਰ ਹੈਗੇ। ਤਾਂ ਇਹ ਜਿਹੜਾ 180 ਦੇ ਵਿੱਚੋਂ ਦੋਨੇ ਕੌਣ ਘਟਾ ਕੇ ਪ੍ਰਾਪਤ ਹੋਏਗਾ, ਟਰਾਈ ਕਰਨਾ ਤੁਸੀਂ, 180 ਵਿੱਚੋਂ ਅੰਦਰੂਨੀ ਕੌਣ ਘਟਾ ਦੇਣੇ ਤਾਂ ਬਾਹਰਲੇ ਕੌਣ ਆ ਜਾਣਗੇ। ਇਸ ਤੋਂ ਅੱਗੇ ਹੈ ਜੀ ਆਪਣੇ ਕੋਲ, ਚਤੁਰਭੁਜ ਏ ਬੀ ਸੀ ਡੀ ਵਿੱਚ ਏ ਸੀ ਅਤੇ ਏ ਡੀ ਬਰਾਬਰ ਹੈਗੇ, ਏ ਸੀ ਅਤੇ ਏ ਡੀ ਬਰਾਬਰ ਹੈਗੇ, ਆਹ ਵਾਲੇ ਜਿਹੜੇ ਕੱਟ ਲੱਗੇ ਤੁਹਾਨੂੰ ਨਜ਼ਰ ਆ ਰਹੇ, ਅਤੇ ਏ ਬੀ ਆ ਏ ਬੀ ਕੌਣ ਏ ਨੂੰ ਸਮ ਤੋਂ ਵਿਭਾਜਿਤ ਕਰਦੀ ਹੈ, ਹੁਣ ਏ ਨੂੰ ਸਮ ਤੋਂ ਵਿਭਾਜਿਤ ਦਾ ਮਤਲਬ ਹੈ ਇਹ 2 ਕੌਣ ਬਰਾਬਰ ਹੈਗੇ ਤੁਹਾਡੇ ਕੋਲ। ਸਿੱਧ ਕਰੋਗੇ ਤ੍ਰਿਭੁਜ ਏ ਬੀ ਸੀ ਅਤੇ ਏ ਬੀ ਡੀ ਸਰਬੰਗ ਸਮ ਹਨ, ਏ ਬੀ ਡੀ ਅਤੇ ਏ ਬੀ ਸੀ ਸਰਬੰਗ ਸਮ ਹਨ, ਠੀਕ ਹੈ। ਤੁਸੀਂ ਪੁਜਾਵਾਂ ਬੀ ਸੀ ਅਤੇ ਬੀ ਡੀ ਬਾਰੇ ਕੀ ਕਹਿ ਸਕਦੇ ਹੋ, ਬੀ ਸੀ ਅਤੇ ਬੀ ਡੀ ਬਾਰੇ ਕੀ ਕਹੋਗੇ। ਤਾਂ ਸਭ ਤੋਂ ਪਹਿਲਾਂ ਦੇਖੋ ਤੁਸੀਂ ਇੱਕ ਪੂਜਾ ਆਹ ਇਹਦੇ ਆਹ ਬਰਾਬਰ ਹੈਗੀ ਹੈ ਪੂਜਾ ਦੋਨਾਂ ਤ੍ਰਿਭੁਜਾਂ ਵਿੱਚ, ਚਲੋ ਆਪਾਂ ਲੈਂਦੇ ਹਾਂ ਤ੍ਰਿਭੁਜ ਏ ਬੀ ਸੀ ਅਤੇ ਤ੍ਰਿਭੁਜ ਏ ਬੀ ਡੀ ਵਿੱਚ, ਇਨ ਟ੍ਰਾਇੰਗਲ ਏ ਬੀ ਸੀ ਐਂਡ ਏ ਬੀ ਡੀ ਬੀ, ਤਾਂ ਏ ਸੀ ਇਜ਼ ਇਕੁਅਲ ਟੂ ਏ ਡੀ,
ਇਸ ਤੋਂ ਬਾਅਦ ਹੈ ਏ ਬੀ ਅਤੇ ਏ ਬੀ ਦੋਨਾਂ ਦੇ ਵਿੱਚ ਹੀ ਕੋਮਨ ਸਾਈਡ ਹੈਗੀ ਹੈ, ਸਾਂਝੀ ਭੁਜ ਹੈਗੀ ਹੈ, ਠੀਕ ਹੈ, ਇਸ ਕਰਕੇ ਬਰਾਬਰ ਹੈਗੀ ਹੈ। ਆਹ ਵਾਲੀ ਭੁਜਾ ਜਿਹੜੀ ਹੈ ਇਹ ਵੀ ਬਰਾਬਰ ਹੈਗੀ ਹੈ, ਅਤੇ ਇੱਕ ਕੋਣ ਆਹ ਅਤੇ ਪਹਿਲੇ ਤਿਕੋਣ ਦੇ ਵਿੱਚ ਆਹ ਕੋਣ, ਦੂਜੇ ਤਿਕੋਣ ਦੇ ਵਿੱਚ ਆਹ ਕੋਣ, ਇਹ ਬਰਾਬਰ ਹੈਗੀ ਹੈ ਜੀ। ਕੋਣ ਇੱਕ ਅਤੇ ਕੋਣ ਦੋ ਲਿਖ ਦਿੰਦਾ ਮੈਂ ਇਹਨਾਂ ਨੂੰ ਈਜ਼ੀ ਲਿਖਣ ਦੇ ਲਈ। ਤਾਂ ਕੋਣ ਇੱਕ ਅਤੇ ਕੋਣ ਦੋ ਬਰਾਬਰ ਹੈਗੇ। ਤਾਂ ਹੁਣ ਇਹ ਕਿਹੜਾ ਨਿਯਮ ਬਣਦਾ ਹੈ, ਤਾਂ ਆਹ ਵਾਲੀ ਭੁਜਾ ਹੈਗੀ ਹੈ, ਆਹ ਵਾਲੀ ਭੁਜਾ ਹੈਗੀ ਹੈ, ਅਤੇ ਵਿਚਾਲੇ ਕੋਣ ਹੈਗਾ, ਮਤਲਬ ਸਾਈਡ ਵਿਚਾਲੇ ਐਂਗਲ, ਫਿਰ ਸਾਈਡ, ਸਾਈਡ ਐਂਗਲ ਸਾਈਡ। ਤਾਂ ਇਹ ਸਾਈਡ ਐਂਗਲ ਸਾਈਡ ਰੂਲ ਦੇ ਅਕੋਰਡਿੰਗ ਟ੍ਰਾਇੰਗਲ ਜਿਹੜੀਆਂ ਨੇ ਉਹ ਕੀ ਹੋ ਜਾਣਗੀਆਂ, ਸਰਬੰਗ ਸਮ ਹੋ ਜਾਣਗੀਆਂ। ਏ ਬੀ ਸੀ ਏ ਬੀ ਸੀ ਅਤੇ ਤ੍ਰਿਭੁਜ ਏ ਬੀ ਡੀ, ਇਹ ਦੋ ਤਿਕੋਣਾਂ ਜਿਹੜੀਆਂ ਨੇ ਉਹ ਸਰਬੰਗ ਸਮ ਹੋ ਜਾਂਦੀਆਂ। ਸਰਬੰਗ ਸਮ ਹੁੰਦੀਆਂ ਤਾਂ ਇਹਨਾਂ ਦੇ ਸੰਗਤ ਭਾਗ ਬਰਾਬਰ ਹੋ ਜਾਂਦੇ ਆ, ਮਤਲਬ ਜਿਹੜੇ ਕੋਣ ਬਰਾਬਰ ਹੈਗੇ ਉਹਨਾਂ ਦੀਆਂ ਸਾਹਮਣੇ ਵਾਲੀਆਂ ਭੁਜਾਵਾਂ, ਮਤਲਬ ਇਸ ਇੱਕ ਕੋਣ ਦੇ ਸਾਹਮਣੇ ਭੁਜਾ ਕਿਹੜੀ ਹੈਗੀ ਬੀ ਸੀ, ਅਤੇ ਕੋਣ ਦੋ ਦੇ ਸਾਹਮਣੇ ਭੁਜਾ ਕਿਹੜੀ ਹੈਗੀ ਬੀ ਡੀ, ਤਾਂ ਇਹ ਵੀ ਬਰਾਬਰ ਹੋ ਜਾਣਗੀਆਂ ਜੀ। ਤਾਂ ਬੀ ਸੀ ਅਤੇ ਬੀ ਡੀ ਵੀ ਬਰਾਬਰ ਹੋਣਗੀਆਂ। ਤਾਂ ਇਹਨੇ ਪੁੱਛਿਆ ਸੀਗਾ ਕਿ ਤੁਸੀਂ ਇਹਨਾਂ ਭੁਜਾਵਾਂ ਬਾਰੇ ਕੀ ਕਹਿ ਸਕਦੇ ਹੋ, ਤਾਂ ਇਹ ਵੀ ਬਰਾਬਰ ਹੋਣਗੀਆਂ ਜੀ। ਇਸ ਨੂੰ ਆਪਾਂ ਲਿਖਦੇ ਹਾਂ ਸੀ ਪੀ ਸੀ ਟੀ, ਕੋਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ਟ੍ਰਾਇੰਗਲ। ਪੰਜਾਬੀ ਦੇ ਵਿੱਚ ਆਪਾਂ ਇਸ ਨੂੰ ਸੀ ਪੀ ਸੀ ਟੀ ਵੀ ਲਿਖ ਸਕਦੇ ਹਾਂ ਇੱਥੇ, ਤਾਂ ਪਰ ਲੇਕਿਨ ਇਹਦਾ ਜਿਹੜਾ ਪੰਜਾਬੀ ਅਨੁਵਾਦ ਕਰਾਂਗੇ ਤਾਂ ਕਰਸਪੋਂਡਿੰਗ ਪਾਰਟਸ ਆਫ ਕੋਂਗਰੂਐਂਟ ਟ੍ਰਾਇੰਗਲ, ਮਤਲਬ ਸਰਬੰਗ ਸਮ ਤਿਕੋਣਾਂ ਦੇ ਸੰਗਤ ਭਾਗ ਬਰਾਬਰ ਹੁੰਦੇ ਹਨ। ਠੀਕ ਹੈ, ਤਾਂ ਇਹ ਸੀਗਾ, ਅੱਗੇ ਚੱਲਦੇ ਹਾਂ। ਏ ਬੀ ਸੀ ਇੱਕ ਸਮ ਦਾ ਭੁਜੀ ਤ੍ਰਿਭੁਜ ਹੈ ਜਿਸ ਵਿੱਚ ਬੀ ਈ ਅਤੇ ਸੀ ਐਫ ਸਮਾਨ ਭੁਜਾਵਾਂ ਹਨ। ਸਮਾਨ ਭੁਜਾਵਾਂ ਏ ਸੀ ਅਤੇ ਏ ਬੀ ਦੇ ਖਿੱਚੇ ਗਏ ਸਿਖਰ ਲੰਬ ਹਨ, ਤਾਂ ਸਿੱਧ ਕਰੋ ਕਿ ਬੀ ਈ ਅਤੇ ਸੀ ਐਫ ਵੀ ਬਰਾਬਰ ਹੋਣਗੇ। ਦੁਬਾਰਾ ਦੇਖਦੇ ਹਾਂ, ਏ ਬੀ ਸੀ ਇੱਕ ਸਮ ਦਾ ਭੁਜੀ ਤ੍ਰਿਭੁਜ ਹੈ ਜਿਸ ਵਿੱਚ ਬੀ ਈ ਅਤੇ ਸੀ ਐਫ, ਬੀ ਈ ਅਤੇ ਸੀ ਐਫ ਸਮਾਨ ਭੁਜਾਵਾਂ ਏ ਸੀ ਅਤੇ ਏ ਬੀ। ਤਾਂ ਏ ਸੀ ਅਤੇ ਏ ਬੀ, ਮਤਲਬ ਆਹ ਵਾਲੀ ਭੁਜਾ ਸਾਰੀ ਅਤੇ ਇੱਧਰ ਆਹ ਵਾਲੀ, ਇਹ ਦੋਨੇ ਬਰਾਬਰ ਨੇ ਜੀ ਆਪਣੇ ਕੋਲ, ਅਤੇ ਆਹ ਵਾਲੇ ਸਿਖਰ ਲੰਬ ਦਿੱਤੇ ਹੋਏ ਹੈ। ਠੀਕ ਹੈ, ਅਤੇ ਸਿੱਧ ਕਰੋ ਕਿ ਬੀ ਈ ਅਤੇ ਸੀ ਐਫ ਬਰਾਬਰ ਹੋਣਗੇ, ਬੀ ਈ ਆਹ ਵਾਲਾ ਅਤੇ ਆਹ ਵਾਲਾ ਬਰਾਬਰ ਹੋਣਗੇ, ਕਹਿੰਦਾ ਸਿਖਰ ਲੰਬ ਵੀ ਬਰਾਬਰ ਹੋਣਗੇ। ਤਾਂ ਇਹ ਜਿਹੜਾ ਹੈ ਇਸ ਨੂੰ ਕਰਨ ਦਾ ਤਰੀਕਾ, ਜਿਹੜਾ ਇੱਕਦਮ ਦਿਮਾਗ ਦੇ ਵਿੱਚ ਆ ਰਿਹਾ ਮੈਨੂੰ ਉਹ ਹੈਗਾ ਕਿ ਇਸ ਦਾ ਤਿਕੋਣ ਦਾ ਏਰੀਆ ਦੋ ਤਰ੍ਹਾਂ ਨਾਲ ਲਿਖ ਦਿਓ, ਕਿ ਤੁਸੀਂ ਇੱਕ ਬਟਾ ਦੋ ਗੁਣਾ ਇਹਨੂੰ ਬੇਸ ਮੰਨ ਕੇ ਅਤੇ ਆਹ ਪਰਪੈਂਡੀਕੁਲਰ ਹੋ ਜਾਏਗਾ ਜੀ ਤੁਹਾਡੇ ਕੋਲ, ਇੱਕ ਬਟਾ ਦੋ ਗੁਣਾ ਏ ਬੀ ਗੁਣਾ ਆਹ ਪਰਪੈਂਡੀਕੁਲਰ ਡਿਸਟੈਂਸ ਹੈਗਾ ਜੀ ਸੀ ਐਫ, ਬੇਸ ਇੰਟੂ ਹਾਈਟ ਵਾਲਾ ਫਾਰਮੂਲਾ ਹੀ ਹੈਗਾ ਜੀ। ਅਤੇ ਦੂਸਰੇ ਪਾਸਿਓਂ ਇਹਨੂੰ ਬੇਸ ਮੰਨ ਕੇ ਅਤੇ ਇਹਨੂੰ ਪਰਪੈਂਡੀਕੁਲਰ ਲੈ ਕੇ ਵੀ ਆਪਾਂ ਇਹਦਾ ਏਰੀਆ ਲਿਖ ਸਕਦੇ ਹਾਂ, ਇੱਕ ਬਟਾ ਦੋ ਗੁਣਾ ਏ ਸੀ ਗੁਣਾ ਬੀ ਈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਇਸ ਨੂੰ ਲਿਖਾਂਗੇ। ਅਤੇ ਹੁਣ ਆਪਾਂ ਇਹ ਦੇਖ ਰਹੇ ਹਾਂ ਕਿ ਇੱਕ ਬਟਾ ਦੋ ਦੇ ਜਿਹੜਾ ਉਹ ਇੱਕ ਬਟਾ ਦੋ ਨਾਲ ਕੱਟਿਆ ਜਾਏਗਾ। ਠੀਕ ਹੈ, ਅਤੇ ਏ ਬੀ ਅਤੇ ਏ ਸੀ ਇਹ ਜਿਹੜਾ ਤੁਹਾਨੂੰ ਪਹਿਲਾਂ ਦਿੱਤਾ ਹੋਇਆ, ਏ ਸੀ ਅਤੇ ਏ ਬੀ ਬਰਾਬਰ ਹੈਗੇ, ਅਤੇ ਜੇਕਰ ਏ ਬੀ ਅਤੇ ਏ ਸੀ ਬਰਾਬਰ ਹੈਗੇ, ਇੱਕ ਬਟਾ ਦੋ ਗੁਣਾ ਏ ਬੀ ਗੁਣਾ ਸੀ ਐਫ ਬਰਾਬਰ ਇੱਕ ਬਟਾ ਦੋ ਏ ਸੀ ਗੁਣਾ ਬੀ ਈ। ਠੀਕ ਹੈ, ਇਹ ਸੀਗਾ ਇੱਕ ਬਟਾ ਦੋ ਨਾਲ ਇੱਕ ਬਟਾ ਦੋ ਕੱਟਿਆ ਗਿਆ ਸੀਗਾ ਆਪਣਾ, ਅਤੇ ਏ ਸੀ ਅਤੇ ਏ ਬੀ ਬਰਾਬਰ ਹੈਗੇ, ਏ ਬੀ ਅਤੇ ਏ ਸੀ ਬਰਾਬਰ ਹੈਗੇ ਆ ਸੀ ਜੀ, ਤਾਂ ਇਹ ਦੋਨੇ ਬਰਾਬਰ ਹੈਗੇ ਤਾਂ ਇਹ ਵੀ ਕੱਟੇ ਜਾਣਗੇ। ਕੀ ਰਹਿ ਗਿਆ, ਸੀ ਐਫ ਅਤੇ ਬੀ ਈ ਬਰਾਬਰ ਹੈਗੇ, ਸੀ ਐਫ ਅਤੇ ਬੀ ਈ ਬਰਾਬਰ ਹੈਗੇ। ਇਸ ਤਰੀਕੇ ਨਾਲ ਤੁਸੀਂ ਇਸ ਨੂੰ ਪ੍ਰੂਵ ਕਰ ਸਕਦੇ ਹੋ। ਅਗਲਾ, ਇੱਕ ਚਤੁਰਭੁਜ ਦੇ ਕੋਣ 3, 5, 9 ਅਤੇ 13 ਦੇ ਅਨੁਪਾਤ ਵਿੱਚ ਹਨ, ਇਸ ਚਤੁਰਭੁਜ ਦੇ ਸਾਰੇ ਕੋਣ ਪਤਾ ਕਰੋ। ਤਾਂ ਇਸ ਨੂੰ ਤੁਸੀਂ ਜਿਹੜਾ ਪਹਿਲਾ ਕੋਣ ਮੰਨ ਲਓ ਤੁਹਾਡੇ ਕੋਲ, ਕੋਣ ਇਹ ਜਿਹੜਾ ਮੰਨ ਲਓ ਕਿ ਕੋਣ ਇਹ ਜਿਹੜਾ ਤੁਹਾਡੇ ਕੋਲ 3 ਗੁਣਾ ਐਕਸ ਲੈ ਲਓ, ਕੋਣ ਬੀ ਤੁਹਾਡੇ ਕੋਲ 5 ਗੁਣਾ ਐਕਸ ਲੈਣਾ ਤੁਸੀਂ, ਅਤੇ ਕੋਣ ਸੀ ਜਿਹੜਾ ਇਸ ਨੂੰ ਤੁਸੀਂ ਲਓਗੇ 9 ਗੁਣਾ ਐਕਸ, ਇਹਨਾਂ ਸਾਰਿਆਂ ਨੂੰ ਤੁਸੀਂ ਐਕਸ ਨਾਲ ਗੁਣਾ ਕਰ ਰਹੇ ਹੋ, ਮਤਲਬ ਕੋਣ ਡੀ ਬਰਾਬਰ 13 ਗੁਣਾ ਐਕਸ, 13 ਐਕਸ। ਠੀਕ ਹੈ, ਤਾਂ ਇਹ ਕੋਣ ਲੈਣ ਤੋਂ ਬਾਅਦ ਇਹਨਾਂ ਦਾ ਅਨੁਪਾਤ ਜੇਕਰ ਆਪਾਂ ਚੈੱਕ ਕਰੀਏ ਤਾਂ ਇਹਨਾਂ ਦਾ ਅਨੁਪਾਤ ਜਿਹੜਾ ਉਹ ਆ ਹੀ ਰਹਿੰਦਾ ਹੈਗਾ ਜੀ। ਠੀਕ ਹੈ, ਇਹਨਾਂ ਨੂੰ ਲੈਣ ਦਾ ਮਤਲਬ ਇਹ ਸੀਗਾ।
ਤਾਂ ਹੁਣ ਆਪਾਂ ਨੂੰ ਇਹ ਪਤਾ ਕਿ ਚਤੁਰਭੁਜ ਦੇ ਚਾਰ ਗੁਣਾਂ ਦਾ ਜੋੜ 360 ਡਿਗਰੀ ਹੁੰਦਾ, ਤਾਂ ਤੁਸੀਂ ਇਹਨਾਂ ਚਾਰਾਂ ਦਾ ਜੋੜ ਕਰਨਾ ਹੈਗਾ। 3 ਅਤੇ 5 8, 8 ਅਤੇ 9 17, 17 ਅਤੇ 13 ਹੁੰਦਾ 30। ਤਾਂ 30 ਐਕਸ ਜਿਹੜਾ ਹੈ ਉਹ ਤੁਹਾਡੇ ਕੋਲ ਕਿੰਨਾ ਹੋ ਗਿਆ, 30 ਐਕਸ ਬਰਾਬਰ 360 ਡਿਗਰੀ। ਤਾਂ 1 ਐਕਸ ਕਿੰਨਾ ਹੋਇਆ, 1 ਐਕਸ ਤੁਹਾਡੇ ਕੋਲ ਹੋਇਆ ਜੀ, ਸਿਫਰ ਨਾਲ ਸਿਫਰ ਕੱਟੀ ਜਾਏਗੀ, 12 ਤੀ 36, 12 ਡਿਗਰੀ ਆ ਜਾਏਗਾ ਜੀ ਤੁਹਾਡੇ ਕੋਲ, ਐਕਸ 12 ਡਿਗਰੀ ਆ ਗਿਆ ਜੀ। ਹੁਣ ਕੋਣਾਂ ਦੇ ਮਾਪ ਪਤਾ ਕਰਨੇ ਆ, ਤਾਂ ਤੁਸੀਂ ਇਹਨੂੰ 12 ਨਾਲ ਗੁਣਾ ਕਰ ਦਿਓ, 3 ਗੁਣਾ 12 36 ਡਿਗਰੀ, 5 ਗੁਣਾ 12 80 ਡਿਗਰੀ, ਸੋਰੀ 12 5 60, 60 ਡਿਗਰੀ। ਅਤੇ ਸੀ ਜਿਹੜਾ 9 ਗੁਣਾ 12, 12 ਨਾਲ 108 ਹੁੰਦਾ, 108 ਡਿਗਰੀ। ਅਤੇ ਆਹ ਵਾਲਾ ਦੇਖ ਲੈਣਾ ਤੁਸੀਂ, 13 ਗੁਣਾ 12 ਕਿੰਨਾ ਹੁੰਦਾ ਹੈਗਾ, ਜਿੰਨਾ ਵੀ ਹੁੰਦਾ ਉਹ ਤੁਹਾਡਾ ਜਵਾਬ ਜਿਹੜਾ ਹੋ ਜਾਏਗਾ 156 ਡਿਗਰੀ। ਸ਼ਾਇਦ ਚਿੱਤਰ ਵਿੱਚ ਏ ਬੀ ਸੀ 69 ਡਿਗਰੀ ਹੈ, ਕਿਹੜਾ ਚਿੱਤਰ ਹੈਗਾ ਜੀ ਤੁਹਾਡਾ ਇਹਦੇ ਨਾਲ, ਏ ਬੀ ਸੀ ਆਹ ਵਾਲਾ 69 ਡਿਗਰੀ ਵਾਲਾ ਆਹ ਵਾਲਾ ਚਿੱਤਰ ਹੈ ਜੀ, ਇਸ ਸਵਾਲ ਦੇ ਨਾਲ ਆਹ ਵਾਲਾ ਚਿੱਤਰ ਡਾਇਗ੍ਰਾਮ ਜਿਹੜਾ ਨੀਚੇ। ਤਾਂ ਕੀ ਕਹਿੰਦਾ ਇਹਦੇ 'ਚ, ਬੀ ਡੀ ਸੀ ਦਾ ਮਾਪ ਪਤਾ ਕਰਨਾ, ਬੀ ਡੀ ਸੀ ਆਹ ਵਾਲਾ ਕੋਣ ਪਤਾ ਕਰਨਾ ਹੈ, ਠੀਕ ਹੈ। ਪਰ ਤੁਸੀਂ ਦੇਖੋ ਕਿ ਆਹ ਵਾਲੇ ਦੋ ਕੋਣ ਜਿਹੜੇ ਦਿੱਤੇ ਹੋਏ ਆ, ਕਿਹੜੀ ਤਿਕੋਣ ਦੇ ਕੋਣ ਹੈਗੇ, ਤਾਂ ਆਹ ਵਾਲਾ ਜਿਹੜਾ ਇਸ ਏ ਬੀ ਸੀ ਤਿਕੋਣ ਦੇ ਕੋਣ ਹੈਗੇ। ਤਾਂ ਕੀ ਇਹਨਾਂ ਦੋ ਕੋਣਾਂ ਤੋਂ ਆਪਾਂ ਆਹ ਤੀਸਰਾ ਕੋਣ ਪਤਾ ਕਰ ਸਕਦੇ ਹਾਂ, ਇਹਦਾ ਜਵਾਬ ਹੈਗਾ ਹਾਂ ਕਰ ਸਕਦੇ ਹਾਂ। ਕਿਵੇਂ ਕਰਦੇ ਹਾਂ, 180 ਦੇ ਵਿੱਚੋਂ ਇਹਨਾਂ ਦੋਨਾਂ ਦਾ ਜੋੜ ਜਿਹੜਾ ਉਹ ਘਟਾ ਦੇਣਾ, ਤਾਂ ਇਹਨਾਂ ਦੋਨਾਂ ਦਾ ਜੋੜ ਕਿੰਨਾ ਹੈਗਾ ਉਹ ਵੀ ਚੈੱਕ ਕਰ ਲੈਂਦੇ ਹਾਂ। ਤਾਂ ਇਹ ਤੁਹਾਡਾ ਪੂਰਾ ਹੀ 100 ਹੋ ਗਿਆ ਜੀ, 69 ਅਤੇ 31 ਜਿਹੜਾ 100 ਡਿਗਰੀ ਹੋ ਗਿਆ। ਜੇ 100 ਡਿਗਰੀ ਹੋ ਗਿਆ ਤਾਂ ਆਹ ਵਾਲਾ ਕੋਣ ਜਿਹੜਾ ਜਿਹੜਾ ਇੱਥੇ ਮਾਰ ਕੀਤਾ ਹੋਇਆ, ਇਹ 80 ਡਿਗਰੀ ਦਾ ਕੋਣ ਰਹਿ ਗਿਆ ਜੀ ਪਿੱਛੇ 180 ਦੇ ਵਿੱਚੋਂ ਇਹਨਾਂ ਦਾ ਜੋੜ ਘਟਾਉਣ 'ਤੇ। ਜੇਕਰ ਆਹ 180 ਡਿਗਰੀ ਹੈ ਅਤੇ ਆਹ ਵਾਲਾ ਇੱਕ ਜਿਹੜਾ ਚੱਕਰ ਖੰਡ ਹੈਗਾ ਜੀ ਇਸ ਪਾਸੇ, ਇਸ ਜੀਵਾ ਤੋਂ ਇੱਕ ਪਾਸੇ, ਕੋਰਡ ਤੋਂ ਇੱਕ ਪਾਸੇ ਜਿਹੜਾ ਭਾਗ ਹੈਗਾ ਚੱਕਰ ਦਾ, ਇਸਨੂੰ ਚੱਕਰ ਖੰਡ ਕਹਿੰਦੇ ਆ। ਅਤੇ ਇਸ ਚੱਕਰ ਇੱਕ ਚੱਕਰ ਖੰਡ ਵਿੱਚ ਬਣੇ ਕੋਣ ਸਮਾਨ ਹੁੰਦੇ ਹਨ, ਠੀਕ ਹੈ। ਅਤੇ ਇਸ ਕਰਕੇ ਜੇਕਰ ਆਹ 80 ਡਿਗਰੀ ਹੈ ਤਾਂ ਆਹ ਵੀ ਜਿਹੜਾ ਉਹ 80 ਡਿਗਰੀ ਹੋਵੇਗਾ। ਇਹਦੇ ਵਿੱਚ ਕਿੰਨੇ ਹੀ ਆਪਾਂ ਕੋਣ ਬਣਾਉਂਦੇ ਇਸ ਚੱਕਰ ਖੰਡ ਦੇ ਵਿੱਚ, ਇਹਨਾਂ ਦੇ ਜਿਹੜੇ ਆ ਦੋ ਸਿਰੇ ਇੱਥੇ ਰਹਿਣੇ ਅਤੇ ਤੀਸਰਾ ਜਿਹੜਾ ਉਹ ਇੱਥੇ ਰਹਿਣਾ। ਤਾਂ ਇੱਥੇ ਜੇ ਮੰਨ ਲਓ ਮੈਂ ਇੱਕ ਹੋਰ ਇੱਥੇ ਕੋਣ ਬਣਾ ਦਿੰਦਾ ਆਹ ਵਾਲਾ ਇੱਥੇ, ਅਤੇ ਇਹਨੂੰ ਇੱਥੇ ਮਿਲਾਉਂਦਾ, ਤਾਂ ਆਹ ਵਾਲਾ ਕੋਣ ਵੀ 80 ਡਿਗਰੀ ਬਣਦਾ ਐਵੇਂ, ਠੀਕ ਹੈ। ਤਾਂ ਬੀ ਡੀ ਸੀ ਕੋਣ ਜਿਹੜਾ ਤੁਹਾਡੇ ਕੋਲ 80 ਡਿਗਰੀ ਜਵਾਬ ਹੋਏਗਾ ਇਹਦਾ। ਕਰਨਾ ਕਿਵੇਂ ਹੈ ਮੈਂ ਤੁਹਾਨੂੰ ਦੱਸ ਦਿੱਤਾ, ਲਿਖਣਾ ਤੁਸੀਂ ਹੈਗਾ। ਇੱਕ ਕ੍ਰਿਕਟ ਮੈਚ ਵਿੱਚ ਇੱਕ ਬੱਲੇਬਾਜ਼ ਦੁਆਰਾ ਖੇਡੀਆਂ ਗਈਆਂ 24 ਗੇਂਦਾਂ ਵਿੱਚ 8 ਵਾਰ ਚੌਕਾ ਮਾਰਦਾ ਹੈ, 24 ਗੇਂਦਾਂ ਵਿੱਚ 8 ਵਾਰ ਚੌਕਾ ਮਾਰਦਾ, ਤਾਂ ਕਿੰਨੀਆਂ ਗੇਂਦਾਂ ਵਿੱਚ ਚੌਕਾ ਨਹੀਂ ਮਾਰਦਾ। ਤਾਂ 16 ਅਤੇ 8 24 ਹੁੰਦਾ ਜੀ, ਠੀਕ ਹੈ। ਤਾਂ 16 ਗੇਂਦਾਂ ਦੇ ਵਿੱਚ ਚੌਕਾ ਨਹੀਂ ਮਾਰਦਾ, ਤਾਂ ਚੌਕਾ ਨਾ ਮਾਰੇ ਜਾਣ ਦੀ ਸੰਭਾਵਨਾ ਕਿੰਨੀ ਹੋਏਗੀ, ਕਿੰਨੀਆਂ ਗੇਂਦਾਂ ਦੇ ਵਿੱਚ ਨਹੀਂ ਮਾਰਦਾ, 16 ਦੇ ਵਿੱਚ ਨਹੀਂ ਮਾਰਦਾ, ਕੁੱਲ ਕਿੰਨੀਆਂ ਗੇਂਦਾਂ ਨੇ 24। ਤਾਂ 16/24 ਜਿਹੜਾ ਉਹ ਇਸਦਾ ਜਵਾਬ ਹੈ। ਇਸਨੂੰ ਤੁਸੀਂ ਸਿੰਪਲੀਫਾਈ ਕਰ ਦੇਣਾ, ਤਾਂ 8 × 16 ਹੁੰਦਾ ਅਤੇ 8 × 3 = 24 ਹੁੰਦਾ, 2/3 ਜਿਹੜੀ ਸੰਭਾਵਨਾ ਹੋਵੇਗੀ ਜੀ ਇਹਦੀ, 2/3 ਆਨਸਰ ਹੈਗਾ ਜੀ। ਅੱਗੇ ਜੀ, ਢੁਕਵੀਂ ਸਰਬਸੰਮਤਾ ਦਾ ਪ੍ਰਯੋਗ ਕਰਕੇ ਵਿਸਤਾਰ ਕਰੋ। ਤਾਂ 2x-y+z ਇਹਦੇ ਲਈ ਖਾਲੀ ਥਾਂ ਦੇਖਦਾ ਮੈਂ, 2x+y-y+z ਅਤੇ ਇਹਦਾ ਵਰਗ ਕਰਨਾ ਢੁਕਵੀਂ ਸਰਬਸੰਮਤਾ ਦਾ ਪ੍ਰਯੋਗ ਕਰਕੇ। ਤਾਂ ਢੁਕਵੀਂ ਸਰਬਸੰਮਤਾ ਹੁਣ ਕਿਹੜੀ ਦਾ ਇਸਤੇਮਾਲ ਕਰਾਂਗੀ ਮੈਂ ਉਹ ਵੀ ਲਿਖ ਦਿੰਦਾ, a+b+c² = a² + b² + c² + 2ab + 2bc + 2ca, ਠੀਕ ਹੈ ਜੀ। ਇਹ ਸਰਬਸੰਮਤਾ ਹੈਗੀ ਹੈ, ਇਸ ਤੋਂ ਤੁਸੀਂ ਇੱਥੇ ਯੂਜ਼ ਕਰਨਾ ਹੈਗਾ। ਹਾਂਜੀ, ਸਰਬਸੰਮਤਾ ਜਿਹੜੀ ਹੈ ਤੁਹਾਡੇ ਕੋਲ a+b+c² = a² + b² + 2ab + 2bc + 2ca। ਤਾਂ ਇਸਨੂੰ ਤੁਸੀਂ ਯਾਦ ਰੱਖ ਸਕਦੇ ਹੋ, ਏ ਬੀ ਸੀ ਨੂੰ ਸਾਈਕਲਿਕ ਆਰਡਰ ਦੇ ਵਿੱਚ ਲਿਖਣਾ ਹੁੰਦਾ। ਤਾਂ ਏ ਤੋਂ ਬੀ, ਏ ਬੀ ਹੋ ਗਿਆ ਮਤਲਬ ਆਹ ਵਾਲਾ ਏ ਬੀ ਵਾਲੀ ਟਰਮ ਆਏਗੀ, ਫਿਰ ਬੀ ਤੋਂ ਸੀ, ਬੀ ਸੀ ਆਹ ਟਰਮ ਆਏਗੀ, ਅਤੇ ਫਿਰ ਸੀ ਤੋਂ ਜਿਹੜਾ ਤੁਸੀਂ ਏ ਨੂੰ ਗੁਣਾ ਕਰਨਾ, ਤਾਂ ਇਹ ਸੀ ਏ ਆ ਜਾਏਗਾ ਜੀ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਲਿਖਣਾ ਹੈ। ਹੁਣ ਇਹਦਾ ਜਵਾਬ ਜਿਹੜਾ ਤੁਸੀਂ ਦੇਖੋ ਕਿ ਕਿੰਨਾ ਬਣੇਗਾ। ਤਾਂ ਪਹਿਲਾਂ ਪਹਿਲੀ ਟਰਮ ਦਾ ਸਕੇਅਰ ਕਰਦੇ ਹਾਂ, 2x² + -y² + z² + 2 × 2x, ਫਿਰ ਬੀ, ਬੀ ਜਿਹੜਾ ਤੁਹਾਡਾ -y ਹੈ, -y + 2 × -y × z
प्लस टू इंटू टू इंटू जेड इंटू टू एक्स सी ए ए जो आखिर ए आता ए अपना जो आला ए है जी। ठीक है हम इन सिंपलीफाई करके आप इतने लिखते हैं तो टू एक्स का जोड़ा है टू द स्केयर फोर हो गया एक्स का स्केयर एक्स स्केयर हो गया वाई स्केयर तो माइनस वाई स्केयर जो वाई स्केयर ही होंगे। ठीक है माइनस का स्केयर भी प्लस ही होंगे मतलब प्लस जेड स्केयर टू इंटू टू फोर माइनस एक्स वाई माइनस फोर एक्स इंटू वाई इधर माइनस टू वाई जेड प्लस फोर जेड एक्स। ठीक है ये थोड़े को आंसर है। अगे देखते हैं सीधी गुणा किए बिना 104 गुणा 96 का मुल पता करो 104 ते 96 का मुल सीधी गुणा किए बिना करना है जी 104 अते 96 का मुल पता करना है बिना सीधी गुणा किए। तो बिना सीधी गुणा किए किवें इस्तेमाल करांगे इनू किवें तो तुसी देखो सब तो पहले दे लई कोई सर्वसम्मता लभनी है तुसी तां तुहानूं याद करा दां एक्स प्लस ए गुणा एक्स माइनस ए दा की सर्वसम्मता की इस तरह की तो यह हैगी तुहाडे कोले एक्स स्केयर माइनस ए स्केयर। ठीक है इहनूं भी याद रखना एक वाला एक फैक्टर जिहड़ा एक्स प्लस ए दूसरा एक्स माइनस ए है तो सिर्फ एक दे नाल जिहड़ा जिहड़ा दूसरी टर्म हैगी उहदे च साइन दा चेंज आंदा एक दे विच इत्थे प्लस आंदा दूसरे फैक्टर दे विच माइनस आंदा तो इसनूं तुसीं जिहड़ा किवें लिखोगे 100 प्लस 4 ते दूसरा जिहड़ा है 100 माइनस 4। ठीक है 100 माइनस 4। ठीक है जी तो ये हुण तुहाडे कोले इस तरह का बन गया तुहाडे कोले तो इहदा फार्मूला जिहड़ा है 100 का स्केयर माइनस 4 का स्केयर। ठीक है अकॉर्डिंग टू दिस आइडेंटिटी तो ये तुहाडे कोले 100 का स्केयर जिहड़ा है वह जिन्नियां सिफरां ने तुहाडे कोले एक दे नाल उहदे डबल हो जाणगियां दो है तो चार हो जाएगी तीन है तो छे हो जाएगी माइनस 16 तो यह आंसर जोड़ा है 9000 ये 10000 है तो 9984 ये आंसर आ गया। अगे देखते हैं दिते गए बिंदुओं कार्टीजन समतल से आलेखित करो तो ये जरा आप इतें बना लेंगे सब तो पहला जो तो ग्राफ पेपर होना चाहिए ये पर हम मेरे को उपलब्ध नहीं है तो मैं थोड़ा तो आइडिया दे दिना तो पहला है जी 5.0 तो 5.0 पहला जो नंबर है ये थोड़ा तो दसता है कि तुम एक्स एक्सिस के उपर कि चलना है मूल बिंदु तो मतलब इनिशियल पॉइंट ओरिजिन तो इतों 5 यूनिट जो अगे जाना है जी तुम इतने निशान लगा लेने 1 2 3 4 5। ठीक है तो इतने 5.0 जो आ बिंदु हो जाएगा जी वाई जीरो है यदा मतलब तुम वाई वाले पास नहीं चलना है मतलब वाई वाला पास जो उपर थले है आ नहीं जाना है प्लस का है वाई तो उपर जाना है वाई माइनस का थले जाना तो आ पहला बिंदु जो आएगा जी इसको आप बिंदु कह दें तो आ वाला थोड़ा ए बिंदु बन जाएगा जी इस तरीके। ठीक है इस तो बाद है 0.5 0.5 आ जीरो है एक्स के उपर पहला जीरो नंबर जो दस रहे ये कहता है कि तुम एक्स के उपर नहीं चलना। ठीक है दूसरा नंबर कहता वाई के उपर 5 चलना तो वाई का प्लस तो 5 है तो इस पास में चलेंगे आप 1 2 3 4 5 तो इतने जोड़ा है आ वाला बिंदु जोड़ा थोड़े को ये को बी बिंदु हो जाएगा जी कि बी बिंदु आ वाला बी आ सी देखिए एक और एक दो होर लगा मैं बाकी तुम अपने आप लगाने ने 2.5 2 इधर एक्स तुरे के उपर 2 चलना है तो दूजा है नाल 5। ठीक है आ 5 है थोड़े को 5 जो उपर जाना है 2 तो 5 उपर चलते हो तो तुम इतने कभी पहुँच गए जी सी तो आ सी बिंदु हो गया जी हूँ अगे जोड़ा मैं एक जोड़ा है आ डी कह लो इनू ई कह लो इनू एफ कह लो इनू जी इनू एच। ठीक है किसी तरीके कोई नाम दे देने इन्हों तो मैं ई प्लॉट एक माइनस वाला और प्लॉट कर दिना जी आ वाला बिंदु। ठीक है माइनस 3.5 तो माइनस 3 जो एक्स के उपर माइनस 3 तो माइनस जो खब्बे पासे आ माइनस 3 फिर 5 जो उपर। ठीक है प्लस का है तो उपर माइनस का है तो थले। ठीक है
ठीक है, तो आ वाला बिंदु तुहाडे कोले जिहड़ा है वो ई बिंदु है जी। ठीक है, तो इस तरीके नाल तुसीं बाकी दे बिंदु जिहड़े प्लॉट करने हैं। इत्थे ओ बना देना है, इधर एक्स है, इधर वाई बनाया ही होया, इधर तुसीं एक्स डैश लिख देना है, इधर वाई डैश लिख देना है। ठीक है, अगे अगे देखते हैं जो जहाँ भाग कि है वो बिंदु जो दोहां धुरिया है, एक्स मूल बिंदु जिहड़ा तुसीं देख रहे हो कि इस एक्स के उपर भी, एक्स धुरे के उपर भी है, वाई धुरे के भी उपर है। ठीक है, तो किहड़ा बिंदु है, इहदा निर्देशांक की है, 0,0। तो इहदा जवाब जिहड़ा तुहाडा आ होगा 0,0। बिंदु 2,5 की एक्स धुरे तो दूरी, एक्स धुरे तो दूरी जिहड़ी हुंदी है वो तुहाडा 2,5। चलो एक बार देखो तुसीं इत्थे कित्थे हैगा, तुहानूं आइडिया सही ज़्यादा चंगी तरह लग जाएगा। 2 आएगा, 5 आएगा, 2,5 सी बिंदु जिहड़ा आपणा लगाया सीगा। एक्स धुरे तो किन्ना दूर हैगा, एक्स धुरा आएगा तो किन्ना दूर हैगा, 5 इकाइयां दूर हैगा, आह वाली दूरी हैगी है। ठीक है, तो इस तो 5 इकाइयां दूरी ते है, तो 5 इकाइयां वाला जिहड़ा भाग हैगा आह तुहाडा आह नंबर हुंदा जी। वैसे देखिया जाए, सीधा देखा जाए तो एक्स जदों एक्स धुरे तो दूरी लभनी है तुसीं, तां वाई दा निर्देशक देखना है, आह वाला देखना है। ਜਦੋਂ ਵਾਈ ਧੁਰੇ ਤੋਂ ਦੂਰੀ ਦੇਖਣੀ ਹੈ ਤਾਂ ਤੁਸੀਂ ਆਹ ਪਹਿਲੇ ਵਾਲਾ ਦੇਖਣਾ ਹੈਗਾ, ਐਕਸ, ਫਿਰ ਐਕਸ ਵਾਲਾ ਨੰਬਰ ਦੇਖਣਾ ਹੈਗਾ, ਮਤਲਬ ਐਕਸ ਨਿਰਦੇਸ਼ਕ ਦੇਖਣਾ ਹੈ। ਅਤੇ ਹੁਣ ਆਹ ਵਾਲਾ ਜਿਹੜਾ 5 ਵਾਲੇ ਦੇ ਨਾਲ ਮਿਲਾਉਣਾ ਸੀਗਾ, ਤਾਂ ਆਹ 5 ਇਕਾਈਆਂ ਸੀ। ਠੀਕ ਹੈ, 2,5 ਦੀ ਵਾਈ ਧੁਰੇ ਤੋਂ ਦੂਰੀ, ਤਾਂ ਵਾਈ ਧੁਰੇ ਤੋਂ ਦੂਰੀ ਐਕਸ ਹੁੰਦੀ ਹੈ। ਠੀਕ ਹੈ, ਐਕਸ ਨਿਰਦੇਸ਼ਕ ਹੁੰਦਾ ਹੈ, ਤਾਂ ਐਕਸ ਨਿਰਦੇਸ਼ਕ ਜਿਹੜਾ ਉਹ 2 ਹੈਗਾ, ਇਹਦਾ ਇਸ ਬਿੰਦੂ ਦਾ ਆਹ ਵਾਲਾ 2 ਹੈਗਾ, ਤਾਂ ਇਹ 2 ਵਾਲਾ ਆਪਸ਼ਨ ਜਿਹੜਾ ਉਹਦੇ ਨਾਲ ਮੈਚ ਕਰਨਾ ਇਹਨੂੰ। ਉਹ ਬਿੰਦੂ ਜੋ ਦੋਵਾਂ ਧੁਰਿਆਂ ਵਿੱਚੋਂ ਕਿਸੇ 'ਤੇ ਵੀ ਨਹੀਂ ਹੈ, ਕਿਸੇ 'ਤੇ ਵੀ ਨਹੀਂ ਹੈ, ਜਿਹੜਾ ਵਾਲਾ ਆਹ ਵਾਲਾ 2,5 ਜਿਹੜਾ ਤੁਸੀਂ ਦੇਖ ਰਹੇ ਹੋ, ਆਹ 2,5 ਸੀਗਾ ਸੀ ਬਿੰਦੂ, ਅਤੇ ਇਹ ਕਿਸੇ ਵੀ ਧੁਰੇ ਦੇ ਉੱਪਰ ਨਹੀਂ ਹੈ, ਤਾਂ ਇਸ ਕਰਕੇ ਜਿਹੜਾ ਇਹਦਾ ਜਵਾਬ ਆਹ ਵਾਲਾ ਹੈ। ਠੀਕ ਹੈ, ਨੈਕਸਟ, ਚਿੱਤਰ ਵਿੱਚ ਜੇ ਏ ਬੀ ਅਤੇ ਸੀ ਡੀ ਸਮਾਂਤਰ ਹੋਣ, ਏ ਬੀ ਅਤੇ ਸੀ ਡੀ ਸਮਾਂਤਰ ਹੋਣ ਅਤੇ ਈ ਐੱਫ ਅਤੇ ਸੀ ਡੀ ਲੰਬ ਹੋਣ, ਆਹ ਵਾਲਾ ਲੰਬ ਹੈ ਜੀ, ਈ ਐੱਫ ਸੀ ਡੀ ਦੇ ਉੱਪਰ ਲੰਬ ਹੈ, ਅਤੇ ਜੀ ਈ ਡੀ 126 ਡਿਗਰੀ, ਜੀ ਈ ਡੀ 126 ਡਿਗਰੀ ਹੈ ਜੀ, ਆਹ ਵਾਲਾ ਕੋਣ 126 ਡਿਗਰੀ ਹੈ, ਅਤੇ ਆਹ ਤੁਹਾਨੂੰ ਨਜ਼ਰ ਆ ਰਿਹਾ ਪਹਿਲਾਂ ਹੀ, ਆਹ ਕਿੰਨਾ ਹੈ 90 ਡਿਗਰੀ, ਜੇ ਆਹ 90 ਡਿਗਰੀ ਹੈਗਾ, ਆਹ 126 ਹੈਗਾ, 126 ਦੇ ਵਿੱਚੋਂ 90 ਘਟਾ ਦਿਓਗੇ ਤਾਂ ਤੁਹਾਡੇ ਕੋਲ ਆਹ ਰਹਿ ਜਾਏਗਾ ਜੀ। ਠੀਕ ਹੈ, 126 ਦੇ ਵਿੱਚੋਂ 90 ਘਟਾ ਦਿਓ, ਫਿਰ 10 ਅਤੇ 36 ਡਿਗਰੀ ਦਾ ਰਹਿ ਗਿਆ ਜੀ, ਆਹ ਵਾਲਾ ਕੋਣ, ਜੇ ਕਿਤੇ ਪੁੱਛਿਆ ਹੋਇਆ ਤਾਂ ਆਪਾਂ ਦੱਸ ਦਿਆਂਗੇ। ਤਾਂ ਏ ਜੀ ਈ ਕੌਣ, ਏ ਜੀ ਈ, ਏ ਜੀ ਈ ਆਹ ਵਾਲਾ ਕੌਣ ਚਾਹੁੰਦਾ ਜੀ, ਇਹ ਕਿੰਨੇ ਡਿਗਰੀ ਦਾ ਹੋਵੇਗਾ। ਤਾਂ ਆਹ ਵਾਲਾ ਕੌਣ ਅਤੇ ਆਹ ਵਾਲਾ ਕੌਣ ਕਿਹੜੇ ਕੌਣ ਕਹਿੰਦੇ ਇਹਨਾਂ ਨੂੰ, ਇਹਨਾਂ ਨੂੰ ਕਹਿੰਦੇ ਆ ਜੀ ਇਕਾਂਤਰ ਅੰਦਰਲੇ ਕੌਣ, ਮਤਲਬ ਆ 126 ਡਿਗਰੀ ਆਹ ਵਾਲਾ ਅਤੇ ਆਹ ਵਾਲਾ ਏ ਜੀ ਈ, ਇਕਾਂਤਰ ਅੰਦਰਲੇ ਕੌਣ, ਇਹ ਬਰਾਬਰ ਹੁੰਦੇ ਆ। ਕਦੋਂ ਬਰਾਬਰ ਹੁੰਦੇ ਆ, ਜਦੋਂ ਆਹ ਵਾਲੀਆਂ ਦੋ ਰੇਖਾਵਾਂ ਸਮਾਂਤਰ ਹੋਣ, ਤਾਂ ਇਹ ਸਮਾਂਤਰ ਆਪਾਂ ਨੂੰ ਪਹਿਲਾਂ ਹੀ ਦਿੱਤਾ ਹੋਇਆ, ਏ ਬੀ ਅਤੇ ਸੀ ਡੀ ਸਮਾਂਤਰ ਹੈਗੀਆਂ, ਇਸ ਕਰਕੇ ਆਹ ਵਾਲੇ ਦੋ ਕੋਣ ਬਰਾਬਰ ਹੋਣਗੇ। ਜੇ ਆਹ 126 ਡਿਗਰੀ ਦਿੱਤਾ ਹੋਇਆ ਤਾਂ ਆਹ ਵਾਲਾ 126 ਡਿਗਰੀ ਬਣ ਜਾਏਗਾ। ਠੀਕ ਹੈ, ਇਕਾਂਤਰ ਅੰਦਰਲੇ ਕੋਣ ਬਰਾਬਰ ਹੁੰਦੇ ਹਨ, ਇਸ ਕਰਕੇ ਆਹ ਵਾਲਾ ਕੋਣ 126 ਡਿਗਰੀ ਹੋਵੇਗਾ। ਜੀ ਈ ਐੱਫ, ਜੀ ਈ ਐੱਫ ਦੇਖੋ ਕੌਣ ਕਿੱਥੇ ਜੀਏਗਾ, ਜੀ ਈ ਅਤੇ ਐੱਫ ਆਹ ਵਾਲਾ ਕੌਣ ਪੁੱਛਿਆ ਜੀ ਇਹਨੇ, ਜਿਹੜਾ ਕਿ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ, 36 ਡਿਗਰੀ ਦਾ ਜਵਾਬ ਹੈ ਜੀ ਇਹਦਾ, ਆਹ 36 ਡਿਗਰੀ ਹੈ। ਐੱਫ ਜੀ ਈ, ਐੱਫ ਜੀ ਈ ਆਹ ਵਾਲਾ ਕੌਣ ਕਿੰਨੇ ਡਿਗਰੀ ਦਾ ਹੋਵੇਗਾ। ਤਾਂ ਇਹ ਦੇਖੋ ਕਿ ਆਹ 126 ਡਿਗਰੀ, ਆਹ ਵਾਲਾ ਬਾਹਰਲਾ ਕੌਣ ਏ ਜੀ ਈ ਬਾਹਰੀ ਕੌਣ, ਅਤੇ ਆਹ ਵਾਲਾ ਈ ਜੀ ਐੱਫ, ਇਹਨਾਂ ਦੋ ਕੋਣਾਂ ਦਾ ਜੋੜ ਕਿੰਨੇ ਡਿਗਰੀ ਹੈਗਾ, ਕਿਉਂਕਿ ਇਹ ਇੱਕ ਸਰਲ ਰੇਖਾ ਹੈਗੀ ਉੱਪਰ। ਠੀਕ ਹੈ, ਤਾਂ ਸਰਲ ਰੇਖਾ 180 ਡਿਗਰੀ ਦੀ ਹੁੰਦੀ ਹੈ, ਇਹਦਾ ਮਤਲਬ ਇਹਦਾ ਅਤੇ ਇਹਦਾ ਜੋੜ 180 ਡਿਗਰੀ ਹੈ। ਆਹ ਕੌਣ ਪਤਾ ਕਰਨ ਦੇ ਲਈ 180 ਦੇ ਵਿੱਚੋਂ ਆਹ 126 ਡਿਗਰੀ ਵਾਲਾ ਘਟਾਵਾਂਗੇ ਆਪਾਂ, ਤਾਂ 180 ਡਿਗਰੀ ਦੇ ਵਿੱਚੋਂ 126 ਡਿਗਰੀ ਘਟਾ ਦਿਆਂਗੇ, ਤਾਂ ਆਪਣੇ ਕੋਲ ਜਵਾਬ ਆ ਜਾਏਗਾ ਜੀ। ਤਾਂ ਕਿੰਨਾ ਹੋ ਗਿਆ ਜੀ ਇਹ ਤੁਹਾਡੇ ਕੋਲ, ਹੋ ਗਿਆ 54 ਡਿਗਰੀ। ਠੀਕ ਹੈ ਜੀ, ਅਗਲਾ ਚਿੱਤਰ ਦੇਖਦੇ ਹਾਂ। ਚਿੱਤਰ ਵਿੱਚ ਏ ਬੀ ਸਮਾਂਤਰ ਸੀ ਡੀ ਹੈ, ਏ ਬੀ ਸਮਾਂਤਰ ਸੀ ਡੀ ਹੈ, ਇਹ ਦੋ ਰੇਖਾਵਾਂ ਤੁਹਾਡੇ ਕੋਲ ਸਮਾਂਤਰ ਦਿੱਤੀਆਂ ਹੋਈਆਂ, ਅਤੇ ਏ ਪੀ ਕਿਊ ਜਿਹੜਾ ਤੁਹਾਡੇ ਕੋਲ, ਏ ਪੀ ਕਿਊ ਆਹ ਵਾਲਾ ਕੋਣ 50 ਡਿਗਰੀ, ਪੀ ਆਰ ਡੀ 127 ਡਿਗਰੀ, ਪੀ ਆਰ ਡੀ 127 ਡਿਗਰੀ, ਅਤੇ ਐਕਸ ਅਤੇ ਵਾਈ ਦੇ ਮੁੱਲ ਪਤਾ ਕਰਨੇ ਹੈ, ਐਕਸ ਕਿੰਨਾ ਹੈ, ਵਾਈ ਕਿੰਨਾ ਹੈ। ਠੀਕ ਹੈ, ਤਾਂ
आ वाला कोण 50 डिग्री, आ वाला उन्ना ही है जिन्ना के आ है, क्योंकि आ एक काटवीं रेखा हैगी है, तो काटवीं रेखा के नाल दो समांतर रेखाओं जो तो काटवीं रेखा कट दी है तो एक अंतर अंदरले कोण बराबर बनते हैं, ठीक है। तो आ 50 डिग्री, आ 50 डिग्री हो जाएगा थोड़े को, आ 50 डिग्री हो जाएगा। तो इस त्रिकोण के विच आ बारी कोण है त्रिकोण का, तो आ ऑपोजिट इंटीरियर एंगल्स है, मतलब सन्मुख कोण, अंदरूनी सन्मुख कोण है। तो असं जानते हैं कि त्रिभुज का बाहरी कोण अंदरूनी सन्मुख कोणों के जोड़ के बराबर होंगे, यदा मतलब एक्स से वाई का जोड़ 127 है, एक्स प्लस वाई बराबर 127 डिग्री। तो ये अपन पहले पता है कि एक्स 50 डिग्री का है, तो वाई कि हो जाएगा, वाई हो जाएगा 127 घटा के 127 50 घटा के प्राप्त होगा जी, ठीक है। तो ये तुम देख लेना कि आएगा जो भी आएगा। अगला जी, एक संभुज त्रिभुज की रचना करो जो इसकी एक भुजा 5 सेंटीमीटर हो, कारण सहित पुष्टि करो। संभुजी त्रिभुज की रचना किवें करनी है, संभुजी त्रिभुज की रचना जी है, संभुजी त्रिभुज बनाने के लिए तुम्हें की करना है, भुजा कितनी रखनी सी अपने 5 सेंटीमीटर आई थिंक, पांच सेंटीमीटर। तो किवें बनानी है तुम्हें, तो तुम जोड़ा एक 5 सेंटीमीटर का रेखाखंड लेना है, फुटे नाल माप के बना लेना, मैं उ बना रहा हूँ थोड़े सामने, ठीक है। इस तो बाद तुम्हें की करना है, इन्नी प्रकार खोलनी है, तुम इन मैं ये भी लिख लेना, इन्नी जी तुम प्रकार खोल लेनी है, ए तो लैके बी तक मतलब 5 सेंटीमीटर खोल लेनी है। ए दे उपर रख के तुम एक चाप लगानी है जी, किधर न लगानी है, इस पासे लगानी है एवें, ठीक है। फिर उ प्रकार उन्नी रखते हुए तुम बी के उपर आना है, इतने प्रकार रखोगे बी सिरे के उपर, एक चाप फिर लगाओगे, कितने लगाओगे, तो इस तरह लगाओगे बी तो लगाओगे आ वाले, तो फिर आ जो दोनों चापा का काट बिंदु जोड़ा है इसनों तुम ए नाल मिलाओगे, इनू बी नाल मिलाओगे, तो इस तरीके जी आ वाले थोड़े को सी बिंदु, इसनों जो काट बिंदु है दोनों चापा का, इसनों सी का नाम देंगे। तो आ इस तरह बनने वाले त्रिकोण जी है वो एक संभुजी त्रिभुज बन जाएगी, जिसकी हरेक भुजा 5 सेंटीमीटर होगी, ठीक है। रचना की पुष्टि जी है वो मैं नहीं करता, क्लीयर है वैसे मेरे ख्याल। एक त्रिभुज दीयां भुजावां दा अनुपात 12:17:25 है, उसका परिमाप 540 सेंटीमीटर है, इस त्रिभुज का खेत्रफल पता करो कहिंदा। हुण भुजावां दा अनुपात दिता है, तुहानूं अनुपात दिता है, तो तुसीं की करना है इन्हां नूं सारियां भुजावां दे जिहड़े अनुपात हैगे इन्हां नूं एक्स नाल गुणा कर लेना है, मतलब इन्हां भुजावां दे ए माप हो जाएंगे एक्स नाल गुणा करके। तो आ वाला जो तुम्हें पता है कि ये तीन भुजावां का जोड़ कितना दिता हो, 540 सेंटीमीटर दिता हो जी, 540 के बराबर दिता है। आ जोड़ के देखो 5 + 7 = 12 + 2 = 14, तो 1 + 3 + 4 + 5 = 54 आ गया जी, 54 × x = 540, तो 1x कितना हो गया, 10 हो गया जी। ਇਹਦਾ ਮਤਲਬ x ਜਿਹੜਾ ਹੈ ਉਹ ਤੁਹਾਡੇ ਕੋਲ 540/54 ਉਹ 10 ਆ ਜਾਏਗਾ ਜੀ। ਤਾਂ ਇਹਦਾ ਮਤਲਬ ਭੁਜਾਵਾਂ ਦੇ ਮਾਪ ਕਿੰਨੇ ਕਿੰਨੇ ਹੋਣਗੇ, ਭੁਜਾਵਾਂ ਦੇ ਮਾਪ ਹੋਣਗੇ ਜੀ 120 ਇਹਨੂੰ ਬਣਾ ਜਿਹੜਾ ਹੈ 10 ਨਾਲ ਗੁਣਾ ਕਰਨੇ ਆ, ਤਾਂ ਦੂਸਰੀ ਭੁਜਾ ਜਿਹੜੀ ਹੈ ਉਹ 17 ਨੂੰ 10 ਨਾਲ ਗੁਣਾ ਕਰਕੇ ਆਏਗੀ 170, ਤੀਸਰੀ ਭੁਜਾ 250, 25 ਨੂੰ 10 ਨਾਲ ਗੁਣਾ ਕਰਕੇ। ਹੁਣ ਤੁਸੀਂ ਇਹਦੇ 'ਤੇ ਹੀਰੋ ਦਾ ਫਾਰਮੂਲਾ ਜਾਂ ਹੀਰੋ ਸੂਤਰ ਲਗਾਉਣਾ ਹੈ, ਅਤੇ ਹੀਰੋ ਸੂਤਰ ਫਿਰ ਯਾਦ ਕਰਾ ਦਾਂ ਕੀ ਸੀਗਾ, ਹੀਰੋ ਸੂਤਰ ਜਿਹੜਾ ਸੀਗਾ ਐੱਸ ਗੁਣਾ ਐੱਸ ਮਾਈਨਸ ਏ ਐੱਸ ਮਾਈਨਸ ਬੀ ਐੱਸ ਮਾਈਨਸ ਬੀ ਐੱਸ ਮਾਈਨਸ ਸੀ, ਅਤੇ ਇਹਦਾ ਅੰਡਰ ਰੂਟ ਸੀਗਾ ਜੀ, ਅਤੇ ਐੱਸ ਕੀ ਹੈਗਾ ਇਹਨਾਂ ਤਿੰਨਾਂ ਦਾ ਜੋੜ ਵਟਾ ਦੋ, ਜਿਹੜਾ ਕਿ ਪਰਿਮਾਪ ਹੁੰਦਾ, ਸੋਰੀ ਪਰਿਮਾਪ ਦਾ ਅੱਧਾ ਹੁੰਦਾ, ਪਰਿਮਾਪ ਤੁਹਾਨੂੰ ਪਹਿਲਾਂ ਹੀ ਦਿੱਤਾ ਹੋਇਆ 540 ਦਾ ਅੱਧਾ ਕਰ ਦੇਣਾ ਹੈਗਾ 270, ਤਾਂ 270 ਐੱਸ ਦੇ ਮਾਨ ਜਿਹੜਾ ਹੈ ਤੁਹਾਡੇ ਕੋਲ 270 ਆ ਜਾਏਗਾ ਜੀ, ਠੀਕ ਹੈ। 270 ਅਤੇ ਇਹ ਭੁਜਾਵਾਂ ਦੇ ਵਿੱਚ ਰੱਖ ਕੇ ਤੁਸੀਂ ਇਹਨੂੰ ਹੱਲ ਕਰਨਾ ਹੈ ਜੀ, ਠੀਕ ਹੈ।
एक शंकु की वक्र सतह का खेत्रफल 308 वर्ग सेंटीमीटर है। वक्र सतह का फार्मूला जो है, वक्र सतह के खेत्रफल का फार्मूला जो नोट कर लेना, पाई आर एल हों। एल की है पाई, पाई तो क्लीयर ही है। शंकु इस तरह का है थोड़े को, वाली जी भुज हैगी है, ठीक है, तेन तिरछी लंबाई कहें आप, शंकु की तिरछी लंबाई एल हैगी है, ये आ वाला जोड़ा ये अर्धव्यास है जी, आर है तो आर, आ वाला आर है, आ एल है, आ वाली लंबाई एल है, ठीक है। तो यह तुम्हें दिता है, इसकी तिरछी ऊंचाई 14 हैगी है, तिरछी ऊंचाई मतलब एल दिता है तुम्हें, यह 14 सेंटीमीटर दिता है। तो फार्मूले के इसनों जोड़ा है पुट करके तो आर की कीमत पता कर सकते हो, जो आर आ गया तो यही थोड़ा जवाब हो जाएगा, अर्धव्यास वाला जवाब आ जाएगा। शंकु की कुल सतह का खेत्रफल, शंकु की कुल सतह का खेत्रफल वक्र सतह और जो चक्राकार आधार होंगे जो थले जो चक्कर लगे होंगे तो वह खेत्रफल देखना होंगे, यदा खेत्रफल जो है वह पाई आर स्क्वायर होंगे। तो कुल सतह का खेत्रफल का फार्मूला जोड़ा है ये चक पाई आर एल जी आर एल जो दिता है ये पाई आर स्क्वायर जोड़ना है जी तुम, ठीक है। आता पाई एल, पाई आर एल की कीमत तो थोड़े को सामने पहले ही पई हैगी है, कि 308 स्क्वेयर सेंटीमीटर है जी, आता 308 तो प्लस आ पाई आर स्क्वेयर ये होर जोड़ देना है, पहला आर पता हो जाएगा तो पाई आर स्क्वेयर कैलकुलेट हो जाएगा थोड़े को, ठीक है। इसमें करना है जी कंप्लीट। तुम एक वेलन की पासवीं सतह का खेत्रफल 94.2 स्क्वेयर सेंटीमीटर है और उसकी उचाई 5 सेंटीमीटर है, तो पता करो वेलन का अर्धव्यास, आधार का अर्धव्यास, वेलन का आयतन। तो सब तो पहला जो आप देखते हैं पासवीं सतह के खेत्रफल का सूत्र की होंगे एक वेलन के, वेलन की पासवीं सतह का खेत्रफल, वेलन जोड़ा तो को किस तरह की शेप का है जी, कुछ इस तरह का है जी, ये वेलन है, तो आला जो चौड़ाई हैगी व्यास है, ठीक है। तो किन्ना उच्चा है वह उचाई हैगी है, व्यास का अद्धा कर देने तो अर्धव्यास आ जाता है, तो ये आर हो जाएगा जी अद्धा जरा मतलब इन्ना ही सिर्फ। तो पासवीं सतह का खेत्रफल की है 2πRH होंगे जी, ये फार्मूला याद रखना है, 2πRH पासवीं सतह का खेत्रफल है जी, तो ये बराबर तुम दिता हुआ 94.2 के 94.2 तो इस एच जोड़ा है वो थोड़े को दिता हुआ उचाई एच हैगी एच है, ठीक है। तो ये पाँच इतने रखते हैं, आर पता नहीं है, आर रहन दें, पाई पाई जोड़ा वो कीमत तुम की करोगे, ठीक है, 94.2 तो इतों तुम आर लिख सकते हो, आर बराबर 94.2 बटा आ वाला तो 10 बनता है, 2 × 5 = 10, ठीक है। तो बटा 10 के आ जाएगा जी, इधर गुणा से इधर आके पाव हो जाएगा, तो बटा पाई, ठीक है। तो ये थोड़ा अर्धव्यास हो जाएगा जी, इसमें तुम सिंपलीफाई कर सकते हो, तो 3.14 का मान जो रखना है पाई का, तो 94.2 बटा 3.14 गुणा 10, तो ये थोड़े को जोड़ा तुम देखो कि 14 ती है 42 हों, वाला 42 पे थोड़े को पॉइंट अगे पिछे छड़ के, तो 3 ती है 9 हों, तो यह तिगुणा जोड़ा है वह इतने है पर पॉइंट जोड़ा अगे पिछे है, तो तुम इन देखो कि इन 10 नाल होर भाग करते हैं तो यह 9.42 बन जाता जी, तो बटा 3.14, ठीक है। आ पॉइंट नाल आ कटिया जाएगा, ठीक है, तो आ 3 आ जाएगा जी थोड़े को, आर थोड़े 3 आ जाएगा जी इतों, ठीक है। जे आर 3 है तो हूँ करना की सी, आपने वेलन की पासी सतह का खेत्रफल इन्ना तो उसकी उचाई इन्नी सेंटीमीटर है, तो पता करो आधार का अर्धव्यास, अर्धव्यास जो आपने आर पता किया हमने, आर जो 3 सेंटीमीटर आया अपने को, आर 3 सेंटीमीटर है जी, ठीक है। वेलन का आयतन पता करो, आयतन वेलन का फार्मूला जो है पाई आर स्क्वेयर एच, पाई आर स्क्वेयर एच, तो ये कीमत भर दौ, पाई 3.14 गुणा 3 3 10 9,
ठीक है, एच किन्ना है पंच, इन सिंपलीफाई कर दो, उन्ने कण सेंटीमीटर, इकाई ध्यान नोट करनी है, कण सेंटीमीटर हैगी है। ठीक है जी, आखिरी सवाल के नेड़े जा रहे हैं आप, आखिरी है जी। हेठा दिती सारणी में 400 नियॉन लैंपा के जीवन काल दिते हुए हैं, ये दो सवाल आखिरी सवाल जिहड़ा तुहाडे लई मैं छड्डदा जी। ठीक है, तो अज का लैक्चर इत्थे खत्म करते हैं, मैनू आस है कि तुहानू ये सोल्यूशन जिहड़े हैगे इस मॉडल पेपर के पसंद आए होणगे। जे तुहानू लगता है कि कोई फायदेमंद हैगा तो तुसीं इस चैनल नू अते इस वीडियो नू भी लाइक शेयर कर देना, वध तो वध जिन्ने भी स्टूडेंट्स हैगे तुसीं सारिआं नाल इहनू सांझा करो, जिहड़े नौवीं जमात दे विच खास तौर पर पढ़ रहे हैगे ते तुहाडे जिहड़े फाइनल एग्जाम दे लई भी ते हुण जिहड़े भी एग्जाम होणे हैगे उहनां दे लई भी लाइवबंद होणगे, मैनू इस तरह की पूरी आस है। थैंक यू, चैनल नू लाइक सबसक्राइब जरूर कर लियो जी, ताकि तुहानू नवीं तो नवीं वीडियो जिहड़ी है समय समय से मिलती रहे। थैंक यू।